सलाम नमस्ते सत श्री अकाल मैं हां थोड़ी होस्ट ते दोस्त मोनी गिल सत श्री अकाल नमस्कार अस्सलाम वालेकुम मैं हां कुलदीप गिल ते तुसी देख रहे हो जस्ट चिल विद मिस्टर एंड मिसेस गिल लो जी मिस्टर और मिसेस गिल अगेन ਤੁਹਾਨੂੰ ਚਿਲ ਕਰਾ ਰਹੇ ਨੇ ਮੈਂ ਸੋਚ ਰਹੀ ਹਾਂ ਮੈਂ ਖੁਦ ਵੀ ਚਿਲ ਤੇ ਕਰ ਹੀ ਰਹੀ ਹਾਂ ਔਰ ਇਸ ਤਰ੍ਹਾਂ ਦੀ ਪਰਸਨੈਲਿਟੀ ਦੇ ਨਾਲ ਚਿਲ ਕਰਾ ਰਹੇ ਹਾਂ ਕਿ ਜਿਨ੍ਹਾਂ ਦੇ ਸਾਡੇ ਬਜ਼ੁਰਗ ਉਹਨਾਂ ਦੇ ਖਾਨਦਾਨ ਦੇ ਬਰੀਦ ਸੀਗੇ ਔਰ ਫੈਨ ਰਹੇ ਨੇ ਉਸ ਤੋਂ ਬਾਅਦ ਅਸੀਂ ਸੋਚਦੇ ਹੁੰਦੇ ਸੀ ਕਿ ਸਾਨੂੰ ਕਦੋਂ ਮੌਕਾ ਮਿਲੇਗਾ ਇਸ ਤਰ੍ਹਾਂ ਦੇ ਫਨਕਾਰ ਦੇ ਕਿਸੇ ਘਰ ਦੇ ਇੱਕ ਮੈਂਬਰ ਨਾਲ ਵੀ ਮਿਲਣ ਦਾ ਸੋ ਅੱਜ ਉਹ ਖੁਸ਼ ਪੂਰੀ ਹੋਈ ਹੈ ਜੀ ਅੱਜ ਸਾਡੇ ਨਾਲ ਜਿਹੜੇ ਸ਼ਾਮਿਲ ਹੋ ਰਹੇ ਨੇ ਸਾਡੇ ਨਾਲ ਮਾਈ ਟੀਵੀ ਤੇ ਜਿਹੜੀ ਸਾਡੀ ਆਡੀਅੰਸ ਹੈ ਉਹਨਾਂ ਦੇ ਨਾਲ ਰੂਬਰੂ ਕਰ ਰਹੀ ਹੈ ਜੀ ਵਨ ਆਫ ਮਾਈ ਫੇਵਰਿਟ ਘਰਾਣਾ ਵੱਡੇ ਗੁਲਾਮ ਅਲੀ ਖਾਨ ਸਾਹਿਬ ਦੇ ਘਰਾਣੇ ਤੋਂ ਬਿਲੋਂਗ ਕਰਦੇ ਨੇ ਜੀ ਉਹਨਾਂ ਦੇ ਪੋਤੇ ਨੇ ਤੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਉਸਤਾਦ ਨਕੀ ਅਲੀ ਜੀ ਦਾ ਬਹੁਤ ਬਹੁਤ ਸਵਾਗਤ ਹੈ ਉਸਤਾਦ ਜੀ ਸਤਿ ਸ਼੍ਰੀ ਅਕਾਲ ਜੀ नमस्कार जी ਤੁਹਾਡੇ ਸਾਡੇ ਜਿੰਨੇ ਵੀ ਮਾਈ ਟੀਵੀ ਦੇ ਜਿੰਨੇ ਵਿਊਅਰਸ ਨੇ ਵਰਲਡ ਵਾਈਡ ਸਭ ਨੂੰ ਨਕੀ ਅਲੀ ਖਾਨ ਵੱਲੋਂ ਪਿਆਰ ਭਰਾ ਸਤਿ ਸ਼੍ਰੀ ਅਕਾਲ ਅਸਲਾਮ ਅਲੈਕੁਮ ਆਦਾਬ ਐਂਡ ਨਮਸਕਾਰ ਬਿਲਕੁਲ ਜੀ ਔਰ ਜਿਸ ਤਰ੍ਹਾਂ ਕਿ ਮੈਂ ਦੱਸਿਆ ਕਿ ਅਸੀਂ ਸਾਡੇ ਬਜ਼ੁਰਗ ਮੇਰੇ ਫਾਦਰ ਸਾਹਿਬ ਜਾਂ ਅੱਗੋਂ ਉਹਨਾਂ ਦੇ ਫਾਦਰ ਸਾਹਿਬ ਅਸੀਂ ਵੱਡੇ ਗੁਲਾਮ ਅਲੀ ਖਾਨ ਸਾਹਿਬ ਨੂੰ ਬਹੁਤ ਸੁਣਿਆ ਸਪੈਸ਼ਲੀ ਮੈਂ ਉਹਨਾਂ ਦੀ ਜਿਹੜੀ ਫੈਨ ਆ ਠੁਮਰੀ ਦੀ ਫੈਨ ਆ ਉਹਨਾਂ ਦੀ ਜਿਸ ਤਰੀਕੇ ਦੇ ਉਹਦੇ 'ਚ ਐਕਸਪ੍ਰੈਸ਼ਨ ਹੋਇਆ ਕਰਦੇ ਸੀ ਤਾਂ ਇੱਦਾਂ ਲੱਗਦਾ ਸੀ ਕਿ ਉਹ ਵਰਡ ਜੋ ਬੋਲ ਰਹੇ ਨੇ ਨਾ ਤੇ ਉਹ ਵਰਡ ਇੱਦਾਂ ਲੱਗ ਰਿਹਾ ਕਿ ਵਾਕਈ ਉਹਦੇ ਨਾਲ ਹੀ ਵਰਡਸ ਨਾਲ ਹੀ ਆਸ਼ਕੀ ਹੋ ਜਾਏ ਜੀ ਜੀ ਬਿਲਕੁਲ ਐਸਾ ਹੀ ਹੈ ਜੀ ਹਾਂ ਅਸੀਂ ਕਹਿਣਾ ਚਾਹਾਂਗੇ ਕਿ ਕੋਵਿਡ ਨੇ ਸਾਰੇ ਦੁਨੀਆ ਦੇ ਬਾਰਡਰ ਬੰਦ ਕਰਤੇ ਨੇ ਅਮਰੀਕਾ ਤੋਂ ਇਵਨ ਅਸੀਂ ਕੈਨੇਡਾ ਨਹੀਂ ਜਾ ਸਕਦੇ ਕੈਨੇਡਾ ਤੋਂ ਅਮਰੀਕਾ ਨਹੀਂ ਜਾ ਸਕਦੇ ਕਦੀ ਵੀ ਇੰਜ ਬਾਰਡਰ ਬੰਦ ਨਹੀਂ ਹੋਇਆ ਔਰ ਲੇਕਿਨ ਆਹ ਜਿਹੜੇ ਆਰਟਿਸਟ ਨੇ ਅਸੀਂ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਿ ਇਹ ਆਪਣੀ ਆਵਾਜ਼ ਦੁਨੀਆ ਦੇ ਹਰ ਕੋਨੇ ਤੇ ਪਹੁੰਚਾ ਰਹੇ ਨੇ ਇਸ ਸੰਗੀਤ ਨੂੰ ਇਸ ਸੁਰ ਨੂੰ ਕਿਸੇ ਬਾਰਡਰ ਦੀ ਲੋੜ ਨਹੀਂ ਪਹਿਲਾਂ ਤਾਂ ਹਿੰਦੁਸਤਾਨ ਪਾਕਿਸਤਾਨ ਦੇ ਵਿੱਚ ਹੀ ਚੱਲ ਰਿਹਾ ਸੀ ਹੁਣ ਅਮਰੀਕਾ ਔਰ ਕੈਨੇਡਾ ਦੇ ਵਿੱਚ ਵੀ ਸਾਡੇ ਸ਼ੁਰੂ ਹੋ ਗਏ ਹਾਂਜੀ ਬਾਰਡਰ ਬੰਨੇ ਚਲੋ ਉਹ ਸੇਫਟੀ ਵਾਸਤੇ ਨੇ ਜੋ ਵੀ ਹਕੂਮਤ ਕਰਦੀ ਹੈ ਕੋਸ਼ਿਸ਼ ਇਹੀ ਹੁੰਦੀ ਹੈ ਉਹਨਾਂ ਦੀ ਹਕੂਮਤ ਮਤਲਬ ਦੇਸ਼ ਜੋ ਸੋਚਦੇ ਨੇ ਉਹ ਇਹ ਸੋਚਦੇ ਨੇ ਕਿ ਸੇਫਟੀ ਵਾਸਤੇ ਹੀ ਹੈ ਅਤੇ ਜਦੋਂ ਤੱਕ ਸਾਨੂੰ ਕਰੋਨਾ ਦਾ ਪ੍ਰੋਪਰ ਇਲਾਜ ਨਹੀਂ ਮਿਲ ਸਕਦਾ ਅਤੇ ਆਪਾਂ ਆਪਣੇ ਬ੍ਰੇਨ ਦਾ ਇਲਾਜ ਕਰਾਂਗੇ ਮਿਊਜ਼ਿਕ ਦੇ ਨਾਲ ਤਾਂ ਕਿ ਸਾਡਾ ਬ੍ਰੇਨ ਹੈਲਥੀ ਰਹੇ ਅਗਰ ਬ੍ਰੇਨ ਹੈਲਥੀ ਹੈ ਤਾਂ ਸਾਰਾ ਕੁਝ ਹੈਲਥੀ ਹੈ ਕੀ ਖਿਆਲ ਹੈ ਜੀ ਬਿਲਕੁਲ ਐਸਾ ਹੀ ਹੈ ਔਰ ਹਮੇਸ਼ਾ ਤੋਂ ਇਹ ਰਿਹਾ ਕਿ ਜੀ ਮਿਊਜ਼ਿਕ ਹੈਜ਼ ਨੋ ਬਾਉਂਡਰੀਜ਼ ਐਂਡ ਅੱਜ ਇਸ ਚੀਜ਼ ਦੀ ਮਜ਼ੀਦ ਜਿਹੜੀ ਹੈ ਤਸਦੀਕ ਹੋ ਗਈ ਹੈ ਕਿ ਅਸੀਂ ਵਰਲਡ ਵਿੱਚ ਕਿਤੇ ਵੀ ਹੋਈਏ ਕਿਤੇ ਵੀ ਬੈਠੇ ਹੋਈਏ ਸੰਗੀਤ ਇੱਕ ਐਸਾ ਜ਼ਰੀਆ ਹੈ ਜਿਹੜਾ ਸਾਰੀ ਦੁਨੀਆ ਨੂੰ ਆਪਸ ਵਿੱਚ ਮਿਲਾਉਂਦਾ ਔਰ ਇਹ ਮੁਹੱਬਤਾਂ ਵੰਡਦਾ ਹੈ ਔਰ ਉਹਦੀਆਂ ਕੋਈ ਬਾਉਂਡਰੀਜ਼ ਨਹੀਂ ਨੇ ਅਸੀਂ ਚਾਹੇ ਹਿੰਦੁਸਤਾਨ ਹੋਈਏ ਪਾਕਿਸਤਾਨ ਹੋਈਏ ਕੈਨੇਡਾ ਹੋਈਏ ਅਮੈਰੀਕਾ ਹੋਈਏ UK ਮਿਡਲ ਈਸਟ ਵਰਲਡ ਵਾਈਡ ਜਿੱਥੇ ਜਿੱਥੇ ਵੀ ਅਸੀਂ ਹੋਈਏ ਇੱਕ ਆਵਾਜ਼ ਔਰ ਇੱਕ ਸੰਗੀਤ ਇੱਕ ਐਸਾ ਖੂਬਸੂਰਤ ਇੱਕ ਜ਼ਰੀਆ ਹੈ ਜਿਹੜਾ ਸਾਰਿਆਂ ਨੂੰ ਆਪਸ ਵਿੱਚ ਮਿਲਾਉਂਦਾ ਹੈ ਔਰ ਇਸੇ ਵਾਸਤੇ ਅੱਜ ਅਸੀਂ ਤੁਹਾਡੇ ਨਾਲ ਵੀ ਮਿਲ ਬੈਠੇ ਹਾਂ ਔਰ ਤੁਹਾਡੇ ਵਜ੍ਹਾ ਤੋਂ ਸਾਡੇ ਜਿੰਨੇ ਦਰਸ਼ਕ ਨੇ ਉਹਨਾਂ ਨਾਲ ਸਾਡੀ ਅੱਜ ਗੁਫ਼ਤਗੂ ਹੋ ਰਹੀ ਹੈ ਤੇ ਮੈਂ ਇੱਕ ਗੱਲ ਬਿਫੋਰ ਵੀ ਸਟਾਰਟ ਯੂ ਨੋ ਡਿਗ ਇਨ ਟੂ ਕੈਨੇਡਾ ਸਿੰਗਿੰਗ ਤੇ ਮੈਂ ਇੱਕ ਗੱਲ ਪੁੱਛਣਾ ਚਾਹਾਂਗੀ ਕਿ ਜਿਹੜੀ ਸਾਡੀ ਆਡੀਅੰਸ ਹੈ ਮੈਂ ਤਾਂ ਕਾਫੀ ਕੁਝ ਤੁਹਾਡੇ ਤੋਂ ਵੀ ਪਤਾ ਕਰ ਲਿਆ ਤੁਹਾਡੀ ਬਾਇਓ ਡਾਟਾ ਕੱਢ ਲਿੱਤੀ ਹੈ ਅੱਛਾ ਜੀ ਜਿਹੜੀ ਸਾਡੀ ਆਡੀਅੰਸ ਹੈ ਉਹਨਾਂ ਨੂੰ ਮੈਂ ਦੱਸਣਾ ਚਾਹਾਂਗੀ ਤੁਹਾਨੂੰ ਕਦੀ ਮੌਕਾ ਮਿਲਿਆ ਆਪਣੇ ਦਾਦਾ ਹਜ਼ੂਰ ਨਾਲ ਵੇਖਣ ਦਾ ਜਾਂ ਉਹਨਾਂ ਨਾਲ ਸੰਗਤ ਜਾਂ ਉਹਦੇ ਵੈਸੇ ਦੇਖਣ ਦਾ ਉਹਨਾਂ ਨੂੰ ਮੌਕਾ ਮਿਲਿਆ ਸੀ ਨਹੀਂ ਮੈਂ ਬੜੇ ਖਾਨ ਸਾਹਿਬ ਨੂੰ ਬੜੇ ਗੁਲਾਮ ਅਲੀ ਖਾਨ ਸਾਹਿਬ ਨੂੰ ਮੈਂ ਨਹੀਂ ਦੇਖ ਸਕਿਆ ਕਿਉਂਕਿ ਉਹ ਜਿਸਲੇ ਉਹਨਾਂ ਦਾ ਉਹਨਾਂ ਦੀ ਡੈਥ ਹੋਈ ਤੇ ਆਈ ਵਾਸ ਮੈਂ ਪੈਦਾ ਨਹੀਂ ਸਾਂ ਹੋਇਆ ਲੇਕਿਨ ਦੇਖੋ ਅਜੀਬ ਇਤਫਾਕ ਦੀ ਗੱਲ ਹੈ ਕਿ ਇੱਕ ਆਈ ਹੈਡ ਅ ਡ੍ਰੀਮ ਵਨ ਨਾਈਟ ਔਰ ਮੈਂ ਉਹਨਾਂ ਨੂੰ ਉਹ ਖਾਬ ਵਿੱਚ ਜ਼ਰੂਰ ਦੇਖਿਆ ਔਰ ਉਹਨਾਂ ਕੋਲੋਂ ਮੈਂ ਬਲਕਿ ਸਿੱਖਿਆ ਵੀ ਖਾਬ ਵਿੱਚ ਦਿਸ ਇਜ਼ ਵੈਰੀ ਇੱਕ ਬਿਊਟੀਫੁਲ ਚੀਜ਼ ਹੈ ਔਰ ਉਹ ਖਾਬ ਮੈਨੇ ਇੱਕ ਵਾਰੀ ਮੈਂ ਉਹਨਾਂ ਦੀ ਇੱਕ ਠੁਮਰੀ ਯਾਦ ਕਰ ਰਿਹਾ ਸੀ ਮੈਂ ਅਤੇ ਉਹ ਇੱਕ ਜਗ੍ਹਾ ਉਹਦੀ ਮੇਰੇ ਕੋਲੋਂ ਨਹੀਂ ਸੀ ਆਉਂਦੀ ਮੈਂ ਦੇਖਿਆ ਕਿ ਮੇਰੇ ਗ੍ਰੈਂਡਫਾਦਰ ਖਾਬ ਵਿੱਚ ਆਏ ਨੇ ਉਹਨਾਂ ਨੇ ਮੈਂ ਕੋਲ ਬਿਠਾ ਕੇ ਆਪਣੇ ਅਤੇ ਉਹ ਜਗ੍ਹਾ ਖੁਆਈ ਅਤੇ ਮੈਂ ਜਦੋਂ ਯਕੀਨ ਮੰਨੋ ਜਦੋਂ ਉੱਠਿਆ ਮੈਂ ਅਤੇ ਮੈਂ ਉਹੀ ਹਮ ਕਰ ਰਿਹਾ ਸੀ ਇਸ ਜ਼ਰੀਏ ਨਾਲ ਤਾਂ ਉਹਨਾਂ ਨਾਲ ਹੋਇਆ ਲੇਕਿਨ ਉਹਦੇ ਜਿਹੜਾ ਹੈ ਇਨ ਪਰਸਨ ਨਹੀਂ ਮੁਲਾਕਾਤ ਹੋ ਸਕੀ ਲੇਕਿਨ ਮੇਰੇ ਚਾਚਾ ਜਿਹੜੇ ਸਨ ਉਸਤਾਦ ਮਨਵਰ ਅਲੀ ਖਾਨ ਸਾਹਿਬ ਔਰ ਬਾਕੀ ਸਭ ਮੈਂਬਰਸ ਨੂੰ ਅੱਲਾ ਦੀ ਮਿਹਰਬਾਨੀ ਨਾਲ ਦੇਖਿਆ ਬਹੁਤ ਸੁਣਿਆ ਵੀ ਜੀ ਹਾਂ ਓਕੇ ਤੇ 뮤직 ਦੀ ਤੁਸੀਂ ਟ੍ਰੇਨਿੰਗ ਫਿਰ ਜ਼ਿਆਦਾ ਜਿਹੜੀ ਉਹ ਕਿਹਦੇ ਤੋਂ ਲਈ ਆ ਗੁਰੂ ਧਾਰਿਆ ਕੋਈ ਜੀ ਜੀ ਆਫ ਕੋਰਸ ਇੱਕ ਇੱਕ ਗੱਲ ਮੈਂ ਤੁਹਾਨੂੰ ਦੱਸਾਂ ਇੱਕ ਜੀ ਇਹਦੇ ਨਾਲ ਕਿ ਜਿਸਲੇ ਬੱਚਾ ਆਪਣੇ ਇੱਕ ਫੈਮਿਲੀ 'ਚ ਪੈਦਾ ਹੋ ਜਾਂਦਾ ਰਾਈਟ ਕਿਤੇ ਵੀ
ਉਹ ਆਪਣੀ ਮਾਦਰੀ ਜ਼ੁਬਾਨ ਮਦਰ ਟੰਗ ਬੋਲ ਲੈਂਦਾ ਲੇਕਿਨ ਉਹ ਜੀ ਲਿਖ ਲਿਖ ਪੜ੍ਹ ਨਹੀਂ ਸਕਦਾ ਕਿਉਂਕਿ ਜਦ ਹਾਂਜੀ ਤੱਕ ਉਹਨੂੰ ਉਹਦੇ ਸਿਖਾਇਆ ਨਾ ਕਾਇਦੇ ਜਾਵੇ ਕਾਨੂੰਨ ਨਾ ਦੱਸੇ ਜਾਣ ਇਸ ਜੀ ਲਈ ਫੈਮਿਲੀ ਦੇ ਵਿੱਚ ਪੈਦਾ ਹੋ ਜਾਂਦਾ ਹੈ ਫੈਮਿਲੀ ਮਿਊਜ਼ੀਸ਼ੀਅਨ ਫੈਮਿਲੀ ਹੋਵੇ ਜਾਂ ਕਿਤੇ ਵੀ ਲੇਕਿਨ ਇਸ ਸੰਗੀਤ ਨੂੰ ਸਿੱਖਣ ਲਈ ਉਸਤਾਦ ਦੀ ਬਹੁਤ ਜ਼ਰੂਰਤ ਹੈ ਵਾਹ ਠੀਕ ਵਾਹ ਹੈ ਬਿਲਕੁਲ ਸਹੀ ਕਿਹਾ ਔਰ ਇਸੇ ਵਜ੍ਹਾ ਤੋਂ ਫਿਰ ਅਸੀਂ ਆਪਣੇ ਮੈਂ ਚਾਚਾ ਉਸਤਾਦ ਮੁਨੱਵਰ ਅਲੀ ਖਾਨ ਸਾਹਿਬ ਕੋਲੋਂ ਇਹਦੀ ਜਿਹੜੀ ਹੈ ਬਾਕਾਇਦਾ ਤਾਲੀਮ ਲਈ ਉਹਨਾਂ ਦੀ ਗੰਡਾਬੰਦ ਸ਼ਾਗਿਰਦੀ ਕੀਤੀ ਗੰਡਾਬੰਦ ਸ਼ਾਗਿਰਦੀ ਸਭ ਨੂੰ ਇਹ ਤੁਹਾਨੂੰ ਤਾਂ ਪਤਾ ਹੋਏਗਾ ਕਿ ਇੱਕ ਮੌਲੀ ਜੀ ਬੰਨੀ ਜਾਂਦੀ ਹੈ ਰਾਈਟ ਜੀ ਤੋ ਸ਼ਾਗਿਰਦ ਜਿਹੜਾ ਹੈ ਫਿਰ ਉਹ ਕਰਾਨੇ ਨਾਲ ਮਨਸੂਬ ਹੋ ਜਾਂਦਾ ਹੈ ਸਰਟੀਫਾਈਡ ਹੋ ਜਾਂਦਾ ਹੈ ਤੋ ਮੈਂ ਆਪਣੇ ਚਾਚਾ ਉਸਤਾਦ ਮੁਨੱਵਰ ਅਲੀ ਖਾਨ ਸਾਹਿਬ ਕੋਲੋਂ ਸਿੱਖਿਆ ਇਹਦੇ ਇਲਾਵਾ ਮੇਰੇ ਦੋ ਵੱਡੇ ਭਾਈ ਨੇ ਉਹ ਨਿਊ ਦਿੱਲੀ ਹੁੰਦੇ ਨੇ ਉਹਨਾਂ ਜੀ ਕੋਲੋਂ ਵੀ ਮੈਂ ਸਿੱਖਿਆ ਮੈਨੂੰ ਔਰ ਆਪਣੇ ਵੱਡੇ ਭਾਈਆਂ ਦਾ ਨਾਮ ਵੀ ਦੱਸੋ ਪਲੀਜ਼ ਉਸਤਾਦ ਮਜ਼ਹਰ ਅਲੀ ਖਾਨ ਸਾਹਿਬ ਔਰ ਉਸਤਾਦ ਜਵਾਦ ਅਲੀ ਖਾਨ ਸਾਹਿਬ ਔਰ ਬਹੁਤ ਅੱਛਾ ਲੱਗਾ ਇਟ ਵਾਜ਼ ਅ ਗ੍ਰੇਟ ਇੱਕ ਖੂਬਸੂਰਤ ਮਾਹੌਲ ਹਮੇਸ਼ਾ ਤੁਰਿਆ ਔਰ ਜਿਹਦੀ ਵਜ੍ਹਾ 'ਚ ਗਾਣਾ ਇਨਸਾਨ ਦਾ ਬੜਾ ਡਿਵੈਲਪ ਹੁੰਦਾ ਸਾਡੇ ਬਜ਼ੁਰਗ ਦਾਦਾ ਜੀ ਵੀ ਕਹਿੰਦੇ ਸਨ ਬਲਕਿ ਉਸਤਾਦ ਬੜੇ ਗੁਲਾਮ ਅਲੀ ਖਾਨ ਸਾਹਿਬ ਕਿ ਪਹਿਲੇ ਉਸਤਾਦ ਐਸੇ ਹੁੰਦੇ ਸਨ ਕਿ ਉਹ ਸ਼ਾਗਿਰਦ ਦੀ ਤਬੀਅਤ ਬਣਾ ਦਿੰਦੇ ਸਨ ਕਿ ਉਹਨਾਂ ਦੇ ਵਿੱਚ ਗਾਣੇ ਦੀ ਰਵਾਨੀ ਖਤਮ ਨਹੀਂ ਸੀ ਹੁੰਦੀ ਸਮਝਦੇ ਔਰ ਇਹੋ ਇੱਕ ਅੱਛੇ ਉਸਤਾਦਾਂ ਦੀ ਔਰ ਇੱਕ ਟੀਚਰਸ ਦੀ ਨਿਸ਼ਾਨੀ ਹੈ ਕਿ ਉਹ ਆਰਟਿਸਟ ਦੇ ਟੈਲੈਂਟ ਨੂੰ ਉਹਨਾਂ ਦੀ ਐਬਿਲਿਟੀ ਨੂੰ ਇੰਨਾ ਕੁ ਡਿਵੈਲਪ ਕਰ ਦਿੰਦੇ ਨੇ ਕਿ ਫਿਰ ਉਹਦੇ 'ਚ ਰਵਾਨੀ ਖਤਮ ਨਹੀਂ ਹੁੰਦੀ ਔਰ ਬੰਦਾ ਅੱਗੇ ਤੋਂ ਅੱਗੇ ਵੱਧਦਾ ਜਾਂਦਾ ਅੱਲਾ ਦੀ ਮਿਹਰਬਾਨੀ ਜੀ ਹਾਂ ਤੇ ਕਿਸ ਕਿਹੜੀ ਕੀ ਏਜ ਸੀ ਕਿ ਜਦੋਂ ਤੁਸੀਂ ਸ਼ਾਗਿਰਦ ਹੋਏ ਸੀ ਤੁਹਾਡੀ ਉਮਰ ਕੀ ਸੀ ਜਦੋਂ ਮੈਂ ਫਸਟ ਆਫ ਆਲ ਜਦੋਂ ਉਹਨਾਂ ਨੂੰ ਮੈਂ ਯੂ ਕੈਨ ਸੇ ਇਟ ਕਿ ਗਾ ਤੇ ਮੈਂ ਬਚਪਨ ਤੋਂ ਰਿਹਾ ਹਾਂ ਸਮਝਦੇ ਹੋ ਜਦੋਂ ਮੈਂ ਸਕੂਲ ਹੀ ਸਾਂ ਨਾ ਤੇ ਉਦੋਂ ਹੀ ਮੈਂ ਛੋਟਿਆ ਹੁੰਦਿਆਂ ਮੈਨੂੰ ਉਹ ਇੱਕ ਪੋਇਮ ਹੁੰਦੀ ਸੀ ਟਵਿੰਕਲ ਟਵਿੰਕਲ ਲਿਟਲ ਸਟਾਰ ਮਤਲਬ ਬਹੁਤ ਛੋਟੇ ਤੋਂ ਗਾ ਰਿਹਾ ਹਾਂ ਉਹ ਮੈਨੂੰ ਮੇਰੇ ਟੀਚਰਸ ਨੇ ਯਾਦ ਕਰਾਈ ਤੇ ਮੈਂ ਉਹਨੂੰ ਨਾ ਲਫ਼ਜ਼ਾਂ 'ਚ ਨਹੀਂ ਸਾਂ ਪੜ੍ਹਦਾ ਤਰਨਮ 'ਚ ਪੜ੍ਹਨਾ ਸਾਂ ਮੈਲੋਡੀ ਦੇ ਵਿੱਚ ਹਾਂ ਸੋ ਆਈ ਵਾਸ ਲਿਟਲ ਯੰਗ ਬੋਏ ਬੇਬੀ ਤੋਂ ਬੜਾ ਉਹਨਾਂ ਨੂੰ ਅੱਛਾ ਲੱਗਦਾ ਸੀ ਉਹ ਕਰਦਿਆਂ ਕਰਦਿਆਂ ਫਿਰ ਜਦੋਂ ਮੇਰੀ ਕਲਾਸਾਂ ਵੀ ਵਧਦੀਆਂ ਗਈਆਂ ਤੇ ਫਿਰ ਮੈਨੂੰ ਇਹ ਹੋਇਆ ਕਿ ਉਹਨਾਂ ਨੇ ਦੇਖਿਆ ਕਿ ਜੀ ਇਹਦਾ ਆਵਾਜ਼ ਤਾਂ ਬੜਾ ਅੱਛਾ ਹੈ ਉਹ ਫਿਰ ਹਰ ਜਗ੍ਹਾ ਮੈਨੂੰ ਜ਼ਿਆਦਾ ਅੱਗੇ ਪ੍ਰਮੋਟ ਕਰਨਾ ਉਹਨਾਂ ਨੇ ਅਸੈਂਬਲੀਜ਼ ਦੇ ਵਿੱਚ ਵੀ ਔਰ ਜੀ ਖੈਰ ਉਹਦੇ ਬਾਅਦ ਫਿਰ ਜਦੋਂ ਤਕਰੀਬਨ 9-10 ਸਾਲ ਦੀ ਉਮਰ ਹੋਈ ਨਾ ਤੇ ਫਿਰ ਮੈਂ ਇਹਨੂੰ ਬਾਕਾਇਦਾ ਜਿਹੜਾ ਸੀ ਨਾ ਆਪਣੇ ਬ੍ਰਦਰਸ ਕੋਲ ਪਹਿਲੇ ਸ਼ੁਰੂ ਕੀਤਾ ਜਵਾਦ ਅਲੀ ਖਾਨ ਸਾਹਿਬ ਕੋਲ ਔਰ ਮਜ਼ਹਰ ਅਲੀ ਖਾਨ ਸਾਹਿਬ ਦੇ ਨਾਲ ਫਿਰ ਮੈਂ ਉਹਦੇ ਬਾਅਦ ਜਿਹੜਾ ਆਪਣੇ ਚਾਚਾ ਜੀ ਕੋਲੋਂ ਅਰਾਊਂਡ ਮਾਈ ਇਨ ਮਿਡ 20s ਜਿਹੜਾ ਨਾ ਆਈ ਬਿਕੇਮ ਇਜ ਗੰਡਾ ਬੰਦ ਸ਼ਾਗਿਰ ਵੈਰੀ ਗੁੱਡ ਔਰ ਉਹਦੇ ਬਾਅਦ ਫਿਰ ਸਿਲਸਿਲਾ ਅੱਜ ਤੱਕ ਚੱਲ ਰਿਹਾ ਹੈ ਚੱਲ ਰਿਹਾ ਅੱਛੀ ਗੱਲ ਹੈ ਵੈਸੇ ਵੀ ਤੁਹਾਡੇ ਤਾਂ ਬਲੱਡ ਦੇ ਵਿੱਚ ਹੀ ਹੈ ਹਾਂ ਤੇ ਉਹ ਖੂਨ ਕਹਿੰਦਾ ਨਾ ਛੁਰੀ ਨਾਲ ਕੱਟੋ ਤੇ ਖੂਨ ਕੱਟ ਤੇ ਸੁਰ ਜ਼ਿਆਦਾ ਨਿਕਲਣਗੇ ਤੇ ਆਪਾਂ ਪ੍ਰੋਗਰਾਮ ਅੱਗੇ ਲੈ ਕੇ ਜਾਣ ਤੋਂ ਪਹਿਲਾਂ ਕੁਝ ਗੈਸਟ ਸਾਡੇ ਨਾਲ ਜੁੜ ਗਏ ਨਾ ਆਪਾਂ ਉਹਨਾਂ ਦਾ ਥੈਂਕ ਯੂ ਕਰੀਏ ਰਹਿਣਾ ਰਾਹੁਲ ਜੀ ਜੈ ਮਾਤਾ ਦੀ ਵੈਸ਼ਨੋ ਦੇਵੀ ਤੋਂ ਲਿਖ ਰਹੇ ਨੇ ਜੰਮੂ ਤੋਂ ਵਿਭਾ ਸ਼੍ਰੀਵਾਸਤਵ ਹੈਲੋ ਹਾਏ ਨਮਸਤੇ ਰਹਿਣਾ ਰਾਹੁਲ ਜੀ ਵੈਲਕਮ ਨਤਾਸ਼ਾ ਚਾਵਲਾ ਜੀ ਵਾਚਿੰਗ ਜੋਵਨ ਜੋਤ ਪਾਰਸ ਇਸ ਵਾਚਿੰਗ ਜੋਵਨ ਜੋਤ ਪਾਰਸ ਹਿਊਸਟਨ ਤੋਂ ਵਾਚ ਕਰ ਰਹੇ ਨੇ ਇਹ ਬਹੁਤ ਸੰਗੀਤ ਦੇ ਫੈਨ ਨੇ ਯੰਗ ਹੁੰਦੇ ਔਰ ਸਪੈਸ਼ਲੀ ਇਸ ਘਰਾਨੇ ਦੇ ਫੈਨ ਨੇ ਵੱਡੇ ਗੁਲਾਮ ਅਲੀ ਖਾਨ ਸਾਹਿਬ ਦੇ ਫੈਨ ਨੇ ਰਮਾਈ ਟੀਵੀ ਹੈਡ ਅ ਗ੍ਰੇਟ ਜੌਬ ਆਲਵੇਸ ਵਿਵੇਕ ਕਿਲਜ਼ਾਰਕਰ ਬਹੁਤ ਖੂਬ ਮੋਨੀ ਜੀ ਐਂਡ ਕੁਲਜੀਤ ਜੀ ਥੈਂਕ ਯੂ ਸਾਰਿਆਂ ਦਾ ਜੁੜਨ ਦਾ ਔਰ ਸਾਨੂੰ ਦੱਸਣਾ ਸਾਡੀ ਆਵਾਜ਼ ਕਲੀਅਰ ਆ ਰਹੀ ਹੈ ਕਿ ਨਹੀਂ ਆ ਰਹੀ ਕ੍ਰਿਸਟਲ ਕਲੀਅਰ ਸਾਡੀ ਵੀ ਤੇ ਸਾਡੇ ਤੋਂ ਜ਼ਿਆਦਾ ਖਾਨ ਸਾਹਿਬ ਮੇਰੇ ਔਰ ਖਾਨ ਸਾਹਿਬ ਦੀ ਡੈਫੀਨਿਟਲੀ ਆਣੀ ਚਾਹੀਦੀ ਕੁਲਦੀਪ ਵੀ ਆਵੇ ਨਾਲ ਨਹੀਂ ਇਹਦੀ ਵੀ ਆਵੇ ਅੱਛਾ ਜੋ ਕਰੇ ਕਈ ਵਾਰ ਲੋਕ ਸੋਚਦੇ ਪਤਾ ਨਹੀਂ ਕਿੰਨਾ ਡਰਾ ਕੇ ਰੱਖਦੇ ਆ ਤੁਸੀਂ ਐਡੇ ਵੱਡੇ ਉਸਤਾਦ ਐਡੇ ਵੱਡੇ ਘਰਾਨੇ ਦੇ ਬੱਚੇ ਹੋ ਤੇ ਕਦੀ ਇੰਝ ਲੱਗਿਆ ਕਿ ਬਚਪਨ ਤੋਂ ਹੀ ਪ੍ਰੈਸ਼ਰ ਸੀਗਾ ਜਾਂ ਪ੍ਰੈਸ਼ਰ ਹੁੰਦਾ ਹੈ ਕਿ ਐਡੇ ਵੱਡੇ ਉਸਤਾਦ ਦੇ ਪੁੱਤਰ ਜਾਂ ਦੋਤੇ ਪੋਤੇ ਉਹ ਗਾ ਰਹੇ ਨੇ ਅੱਛਾ ਹੀ ਗਾਣਾ ਅੱਛਾ ਹੀ ਗਾਣਾ ਐਸਾ ਕੁਝ ਹੋਇਆ ਪ੍ਰੈਸ਼ਰ ਤਾਂ ਹੁੰਦਾ ਹੀ ਹੈ ਲਾਜ਼ਮੀ ਹੈ ਹੁੰਦਾ ਹੀ ਆਫ ਕੋਰਸ ਬਿਕੋਜ਼ ਸਾਨੂੰ ਬੜਾ ਦੇਖ ਕੇ ਗਾਣਾ ਪੈਂਦਾ ਔਰ ਸਮਝ ਕੇ ਗਾਣਾ ਪੈਂਦਾ ਗਾਣਾ ਤੇ ਹਰ ਇੱਕ ਨੂੰ ਚਾਹੀਦਾ ਵੈਸੇ ਲੇਕਿਨ ਕਿਉਂਕਿ ਇਹ ਹੁੰਦਾ ਹੈ ਕਿ ਜਿਹੜੇ ਫੈਮਿਲੀ ਵਾਲੇ ਲੋਕ ਹੁੰਦੇ ਨੇ ਨਾ ਕਿਉਂਕਿ ਉਹ ਉਹਨਾਂ ਨੂੰ ਆਪਣੇ ਇੱਕ ਘਰਾਨੇ ਦੀ ਪਰੰਪਰਾ ਨੂੰ ਜਿਹੜਾ ਇੱਕ ਟ੍ਰੈਡੀਸ਼ਨ ਹੈ ਔਰ ਸਟਾਈਲ ਨੂੰ ਫੋਲੋ ਕਰਨਾ ਪੈਂਦਾ ਠੀਕ ਹੈ ਔਰ ਫਿਰ ਇਹ ਹੈ ਕਿ ਬਸ ਇੰਨਾ ਜ਼ਰੂਰ ਹੈ ਕਿ ਜੀ ਬੰਦਾ ਗਾਏ ਔਰ ਕਿਉਂਕਿ ਦੇਖੋ ਅਗਰ ਮੈਂ ਕਹਾਂ ਕਿ ਜੀ ਕੋਈ ਬੜੇ ਗੁਲਾਮ ਅਲੀ ਖਾਨ ਸਾਹਿਬ ਬਣ ਜਾਏਗਾ ਤਾਂ ਉਹ ਨਹੀਂ ਬਣਦਾ ਠੀਕ ਹੈ ਕੋਈ ਕਹੇ ਜੀ ਨਵਰ ਅਲੀ ਖਾਨ ਸਾਹਿਬ ਆਪਣੇ ਉਸਤਾਦ ਵਰਗਾ ਕੋਈ ਹੋ ਜਾਏ ਕਦੀ ਵੀ ਕੋਈ ਆਪਣੇ ਉਸਤਾਦ ਵਰਗਾ ਨਹੀਂ ਹੋਇਆ ਬਣੇ ਸਾਰਾ ਜੀ ਠੀਕ ਹੈ ਆਪਣੇ ਫਾਦਰ ਕਰਾ ਕਦੀ ਕੋਈ ਬੇਟਾ ਨਹੀਂ ਹੋਇਆ ਠੀਕ ਹੈ ਲੇਕਿਨ ਜੋ ਫਾਦਰ ਦੀ ਆਪਣੇ ਪੇਰੈਂਟਸ ਦੀ ਕੋਈ ਇੱਕ ਟ੍ਰੇਨਿੰਗ ਹੁੰਦੀ ਹੈ ਨਾ ਉਹ ਫਰੇਮ ਵਰਕ ਤੁਹਾਡੇ ਉੱਤੇ ਜ਼ਰੂਰ ਰਹਿੰਦਾ ਹੈ ਪਿਕਚਰ ਆਪਣੀ ਲੱਗ ਜਾਂਦੀ ਹੈ
ठीक है, और लगनी चाहिए भी, ठीक है ना। मतलब कहता है वे कि अगर उस्ताद की तालीम हो रही है तो साढ़े हमेशा जहन उन्होंने एक एक आइडियल रेंदे ने, और साढ़े है ने मेरे चचा जी साढ़े उस्ताद मुनवर अली खान साहब इज़ ऑलवेज माई आइडियल, और फिर मेरे दादा जी बड़े गुलाम अली खान साहब, उन्होंने जहन रख के गाने असी, ठीक है ना। और कोशिश ये भी होंगी है कि जो अल्लाह ने सानू भी टैलेंट दिता है वह भी साढ़ा नाल करके आवे, तो फ्रेमवर्क फ्रेम सारा उन्होंने है, तकरीबन पिक्चर साड़ी अपनी लग जाती तो मिक्स होके जरा ना फिर वो एक परफॉर्मेंस बन जाती है, और बड़ा एक न्यू टैलेंट आता सामने फिर। हाँ जी, ऑफकोर्स थोड़ा सा अपना भी देखे कि सानू अल्लाह ने जो दिता है वो उन्हों का मिला के तो फिर असी की पेश कर रहे हैं, ये जरूरी है। क्या बात है, आज तो मैं नाम डेफिनेटली पढ़ दवा इस तो पहला कि वो मैं गुस्सा करके फेसबुक ही बंद कर दें। मैं भी उनका नाम जरूर बताऊंगा। नदीम सलामत जी, बहुत बहुत स्वागत है माई टीवी पे, वन ऑफ द फाइनेस्ट आर्टिस्ट वी हैव मतलब साडे एशियन कंट्री च, पाकिस्तान या इंडिया कह लो कोई गल लगती है, तो वो लिखते हैं क्या कहने क्या कहने जी, बहुत बहुत थैंक यू। इस तरह के फनकार जो सानू प्रोत्साहित करते हैं आशीर्वाद देंगे ने, तो सानू होर लगता है कि वी हैव टू वर्क हार्ड। सेम जिस तरह म्यूजिक फील्ड भी सेम है कि गुरु जो तुम सिक्ख्या दिता है तो गुरु तुम फिर एक प्रैशर भी दिता है कि यू हैव टू डू इट बेस्ट, अपनी तुम अपनी कैपेबिलिटी के हिसाब न बेस्ट तो बेस्ट यू नो प्रजेंट करो। तो खान साहब हूँ आप जिमें पिछे बड़े गुलाम अली खान साहब की तस्वीर लगी बहुत खूबसूरत लग रही है, आई थिंक इट्स हैंड पेंटेड इट इज यस, एंड वो भी खूबसूरत लग रही, तुसी भी बहुत ही खूबसूरत लग रही है। क्यों ना इस खूबसूरती ने हुन सुरा चार चांद लगाई है, चार चांद लगाई जी जी। तो शुरुआत किस चीज ना करना चाहोगे आज दी? मैं एक ठुमरी सुनाना हूँ तो दे बाद फिर इंशाल्लाह विल कैरी ऑन लाइट सम मोर स्टफ। साढ़े दादा जी इस राग नू इस ठुमरियां माज खमाज नू बड़ा गांदे गाए ने, चाचा जी भी असी लोग बड़ा खूबसूरत बड़ा हुसन है गान। तो पहले मैं थोड़ा वाजे वजात कर दें कि ठुमरी जड़ी सी जी ये साढ़े पूरब की गायकी है, ठीक है, लखनऊ बनारस की एक सिंफ हैगी है, और उतों की ही लोग गाते सड़े नू ज्यादा, लेकिन इस पंजाब विच साढ़े परदादा जी उस्ताद अली बख्श खान साहब और उस्ताद काले खान साहब और फिर साढ़े दादा उस्ताद बड़े गुलाम अली खान साहब, उस्ताद बरकत अली खान साहब और उस्ताद मनवर अली खान साहब, उस्ताद मुबारक अली खान साहब, फिर खान साहब के छोटे भाई सन, वो सारे लैके आए पंजाब विच, ठीक है। ये गायकी तो उही है, लेकिन इन्होंने फिर उद्दे विच होर जिद्दत पैदा की, होर ये वो जड़ा एक टिपिकल अंदाज सी पूरब दा, मैं पहले तुम दसना थोड़ा जहा, फिर उद्दे बाद वी विल क्या हम अगर पूरब दे विच गाणगे इस चीज़ नू प्रेम ज्ञान ये यारा जलावे पे पर प्रेम ज्ञान ये यारा जे यादा जला। अच्छा पूरब दे विच जो एक उन्हां दा भी खूबसूरत अंग है उन्हों उन्होंने इस तरह देख रहे सन प्रेमगन जिया प्रेम, ठीक है। हाँ सब जी ने देखा कि इन ज्यादा बहुत ज्यादा खिचण न निस्बत ए करता प्रेम ज्ञान कैसे बुझाऊं
सजने पे गनया जीता जिया जलोई के खुदा कभी किसी को किसी पे फिदा ना करे फिदा करे तो कयामत तक कभी जुदा ना करे प्यार साजन तो हमसे रुच गए लित विद्या सतावे गयो हे यारा हमारे प्रेम कने यारा हे हे प्रेम नदीम सलामत जी पाकिस्तान दे हैगे ने जिहड़ी साडी अंडरस्टैंडिंग है जिहड़ा असीं पिछे शो कीता सी जे आरडी बर्मन साहब और एआर रहमान साहब नूं बक्से च पा के मिक्स कीता जावे ना ते नदीम सलामत जी बाहर आ जाणगे जी जी ऐसा फनकार अनमोल खजाना मैं जानना उहनां नूं मेरा बड़ा बड़ा सलाम उहनां नूं दिओ तुसीं नदीम जी तुहानूं सलाम आ रिहा जी ते नसीर खुरेजी खुरेशी जी मोनी जी कुलदीप जी माशा अल्लाह थैंक यू जी रहना राहुल जी लिख रहे ने स्टार्टिंग ही बहुत गुड कांग्रेचुलेशंस सर ने कांग्रेस माय टीवी सर थैंक यू राहुल जी बहुत टाइम के बाद वापस आए हैं बहुत बहुत स्वागत है माय टीवी पर और जितने भी साडे दर्शक ने क्योंकि साडी कोशिश यही है कि अच्छा तो अच्छा म्यूजिक तुहाडे नाल साझा किया जाए अच्छे अच्छे घराने तुहाडे नाल साझे किए जाए और उहदे लई सानूं ऑडियंस का साथ चाहिए सो थैंक्स टू यू गाइज सो कुडोस टू यू गाइज कि तुसीं अच्छे लिसनर हो तो हुण असीं वापस नक्की खान जी कोल आने हैं तो मैनूं इह दस्सो कि ऑफकोर्स असीं ते फैन है ही हाँ वड्डे गुलाम अली खान साहब दे और तुहानूं उहनां दी बेस्ट कीड़ी चीज़ लगती है उहनां दा बेस्ट की सीगा खान साहब जी दा सब कुछ ही बेस्ट सी कोई ऐसी गल है ही नहीं कि जिहड़ी बेस्ट ना होवे समझ दो मैनूं तां मुच्छां वेख के बड़ा डर जिहा लगदा सी मैनूं तां लगदा सी उह जिवें पहलवान नहीं हुंदे हड्डे कट्टे उहनां दीआं मुच्छां वी बड़ियां सुरीलियां सन तां पता सच्ची बड़े बड़े देख के ना जिवें जिवें लगदा रोब वाले कि ओह माय गॉड पहलवान ज्यादा लगते जो गाए तो फिर इन्हां लोकां ने मजा लिया उन्हां दा कि फिर दीवाना वार उन्हां दे पिछे लोग के जी क्या बात एक न्यू ट्रेंड लैके आए और एक कह लो ना कि जिवें क्योंकि ठुमरी दे विच इन्नी की इन्नी का रोमांस रोमांस भर के आंदा ना ओदे च बाहर ख्याल भी बहुत अच्छा क्योंकि बेसिकली वो ख्याल गाने ले सन ख्याल हाँ। गाती सी क्लासिकल म्यूजिक जी और उन्होंने फिर ठुमरी नु भी बहुत खूबसूरत संवार के गाया उन्होंने एक अजीब उन्होंने दे विच एक एक्सप्रेशन बहुत जबरदस्त सी बहुत रोमांटिक गाने दे विच रोमांस और एक डिवोशनल एस्पेक्ट भी बहुत ज्यादा रोमांटिक भी बहुत सारे उन्होंने ख्याल बड़े बड़े खूबसूरत ने राग किदारे दे विच भोपाली दे विच रागेश्री उन्होंने बड़ा सी
ਜਿਹੜਾ ਇੱਕ ਉਹਨਾਂ ਨੇ ਫਿਲਮ ਮੁਗਲੇ ਆਜ਼ਮ ਵਿੱਚ ਦੋ ਗਾਣੇ ਗਾਏ ਸੀ, ਉਹਨਾਂ 'ਚ ਇੱਕ ਰਾਗ ਰਾਗੇਸ਼ਰੀ ਵੀ ਸੀ, ਉਹ ਬੜਾ ਅੱਛਾ ਗਾਏ। ਔਰ ਹਰ ਚੀਜ਼ ਦਾ ਇੱਕ ਰਾਗ, ਰਾਗਾਂ ਦਾ ਇੰਨਾ ਖੂਬਸੂਰਤ ਉਹਨਾਂ ਨੇ ਚਿਹਰਾ ਦਿਖਾਇਆ, ਸਾਰੀ ਦੁਨੀਆ ਦੀ ਉਹ ਪਸੰਦ ਬਣ ਗਿਆ ਅਤੇ ਸਾਡੀ ਵੀ, ਲੋਕਾਂ ਦੀ ਵੀ, ਸਾਡੀ ਵੀ ਬਹੁਤ ਖੂਬਸੂਰਤ। ਇੰਨਾ ਸੁਰ ਨੂੰ ਦੇਖ ਕਰਕੇ ਆਉਣਾ ਐਸਾ, ਔਰ ਐਸਾ ਇੱਕ ਆਈਡੀਆ ਉਹਦੇ ਵਿੱਚ ਤਖਲੀਕ ਕਰਨਾ, ਇਹ ਉਹਨਾਂ ਦੀ ਆਪਣੀ ਲਾਜਵਾਬ ਚੀਜ਼ ਸੀ। ਔਰ ਮੈਨੂੰ ਉਹਨਾਂ ਦਾ ਖਾਸ ਕਰ ਜ਼ਿਆਦਾਤਰ ਰਾਗੇਸ਼ਰੀ ਰਾਗ ਗਾਇਆ ਬਹੁਤ ਪਸੰਦ। ਏਮਨ ਆਈ ਲਾਈਕ ਐਵਰੀਥਿੰਗ, ਯੂ ਨੋ, ਲਾਈਕ ਜੋ ਵੀ ਕੁਛ ਗਾਇਆ ਉਹਨਾਂ ਨੇ ਲਾਜਵਾਬ। ਔਰ ਕਈ ਠੁਮਰੀਆਂ ਫਿਰ ਉਹਨਾਂ ਨੇ ਬੜੀਆਂ ਅੱਛੀਆਂ ਗਾਈਆਂ, ਜਿਹੜੀ ਯਾਦ ਪਿਆ ਕੀ ਆਏ, ਤੁਸੀਂ ਲੋਕਾਂ ਨੇ ਵੀ ਸੁਣੀ ਹੈ, ਉਹ ਬੜੀ, ਸਾਰੇ ਆਰਟਿਸਟਾਂ ਨੇ, ਕਈਆਂ ਨੇ ਹੋਰਾਂ ਨੇ ਵੀ ਉਹਨਾਂ ਨੂੰ ਗਾ ਕਰਕੇ ਟ੍ਰਿਬਿਊਟ ਵੀ ਦਿੱਤਾ, ਉਹਨਾਂ ਨੂੰ ਪਸੰਦ ਕੀਤਾ, ਬਹੁਤ ਅੱਛਾ ਜੀ। ਠੁਮਰੀ ਵੀ ਬਹੁਤ ਅੱਛੀ ਗਾਇਓ, ਯਾਦ ਪਿਆ ਕੀ ਆਏ, ਆਇਨਾ ਬਾਲਮ, ਸਈਆਂ ਬੋਲੋ, ਔਰ ਫਿਰ ਯੂ ਨੇਮ ਇਟ। ਤੇ ਪਰਸਨਲ ਤੁਹਾਡਾ ਕੀ ਫੇਵਰਿਟ ਹੈ? ਮਤਲਬ ਜਿਵੇਂ ਮੈਂ ਜਿਸ ਤਰ੍ਹਾਂ ਕਹਿੰਦੀ ਕਿ ਮੈਂ ਆਈ ਲਵ ਮਾਈਸੈਲਫ, ਜਿਵੇਂ ਤੁਸੀਂ ਹੁਣੇ ਕਿਹਾ ਸੀ ਕਿ ਰਾਗ ਰਾਗੇਸ਼ਰੀ ਤਾਂ ਰਾਗੇਸ਼ਰੀ ਜੀ, ਹਾਂ ਮੈਂ ਬਹੁਤ ਪਸੰਦ ਹੈ, ਬਹੁਤ ਜ਼ਿਆਦਾ। ਤੇ ਕੋਈ ਉਹਦੇ 'ਚ ਕੁਛ ਯਾਦ ਹੈ? ਹਾਂ ਮੈਂ ਤੁਹਾਨੂੰ ਸੁਣਾਉਣਾ ਜ਼ਰੂਰ, ਰਾਗੇਸ਼ਰੀ ਦੇ ਵਿੱਚ ਜੀ ਇਹ ਖਾਨ ਸਾਹਿਬ ਦਾ ਇੱਕ ਮੁਗਲੇ ਆਜ਼ਮ ਦਾ ਹੀ ਹੈ ਜਿਹੜਾ ਗਾਣਾ ਮੈਂ ਤੁਹਾਨੂੰ ਸੁਣਾਉਣਾ ਵਾਂ ਉਹਦੇ ਵਿੱਚ ਜੀ। ਜਗਪਾਲ ਕੌਰ ਜੀ ਲਿਖ ਰਹੇ ਨੇ, ਕਿਆ ਬਾਤ ਹੈ, ਥੈਂਕ ਯੂ ਮਾਸੀ ਜੀ, ਥੈਂਕ ਯੂ ਮਾਸੀ। ਉਹ ਜਿਸਲੇ ਨਾ ਵਾਪਸ ਉਹਨਾਂ ਦੀ ਵਾਲਤਾ ਕਹਿੰਦੇ ਨੇ ਕਿ ਤਾਨ ਸਹਿਨ ਕੋ ਔਰ ਉਹ ਕਰੈਕਟਰ ਸੀ ਕਿ ਜੀ ਐਸਾ ਰਾਗ ਗਾਏ, ਰਾਈਟ, ਖੁਸ਼ੀ ਕਾ ਇੱਕ ਇਜ਼ਹਾਰ ਹੋਤੇ ਦੇ ਚ, ਫਿਰ ਉਹ ਖੁਸ਼ੀ ਦਾ ਇਜ਼ਹਾਰ ਹੈ ਕਿ ਸ਼ੁਭ ਦਿਨ ਆਇਓ ਰਾਜ ਦੁਲਾਰਾ ਸਾਹਿਬ ਆਲਮ ਜਗ ਗੁਜਿਆਰਾ, ਸ਼ੋਭ ਦੇਨ ਆਯੋ ਸਾਹਿਬ ਆਲਮ ਜਗ ਗੁਜਿਆਰਾ, ਸ਼ੋਭ ਦੇਨ ਆ ਸ਼ੋਭ ਦੇਨ ਰਾਜ ਸ਼ੋਭ ਦੇਨ ਮਵਲੀ ਜੋਨ ਆਯੋ ਸ਼ੋਭ ਦੇਨ ਰਾਜ ਗਗਮਰ ਧਨਿ ਸਦਾ ਧਨਿ ਸਗਮਾ ਧਨਿ ਸਗਮਾ ਸਗਮਾ ਦਗਾ ਮਰ ਧਨਿ ਸਦਾ ਧਨਿ ਸਗਮਾ ਦਨਿ ਦਮਾ ਸਨਿ ਸਦਾਨਿ ਦਮਾ ਸਨਿ ਸਦਾਨਿ ਦਿਨ ਸਦਾਨਿ ਮਾ ਸਨਿ ਸਦਾਨਿ ਦਮਾ ਦਗਾ ਮਰ ਧਨਿ ਸਾ ਸ਼ੋਭ ਦੇਲ ਆਯੋ ਸ਼ੋਭ ਦੇਨ ਰਾਜ ਸ਼ੋਭ ਦੇਨ ਬਹੁਤ ਅੱਛੇ। ਔਰ ਇੱਥੇ ਮੈਂ ਇੱਕ ਕਨਫੈਸ਼ਨ ਵੀ ਕਰਾਂਗੀ, ਕਿਉਂਕਿ ਮੋਨੀ ਗਿੱਲ ਜੋ ਦੇਖਤੀ ਹੈ, ਜੋ ਸੁਣਤੀ ਹੈ, ਵਹੀ ਬੋਲਤੀ ਹੈ। ਮੈਂ ਕਹਾਂਗੀ ਕਿ ਆਈ ਐਮ ਗਲੈਡ ਕਿ ਮੈਂ ਤੁਹਾਨੂੰ ਲਾਈਵ ਲੈ ਕੇ ਆਈ ਹਾਂ,
I'm very thankful ਕਿਉਂਕਿ ਇਸ ਘਰਾਣੇ ਦੇ ਅਸੀਂ ਜਿਸ ਤਰ੍ਹਾਂ ਮੈਂ ਦੱਸਿਆ ਸੀ ਮੁਰੀਦ ਆ ਕਸੂਰ ਘਰਾਣਾ ਯੂ نو ਪਟਿਆਲਾ ਘਰਾਣਾ ਕਹਿ ਲੋ ਜਾਂ ਫਿਰ ਵੱਡੇ ਗੁਲਾਮੀ ਖਾਨ ਸਾਹਿਬ ਤੇ ਹੈ ਹੀ ਮਤਲਬ ਪੰਜਾਬ ਨਜ਼ਰ ਆਉਂਦਾ ਉਹਨਾਂ ਦੀ ਗਾਇਕੀ ਚ ਤੇ ਮੈਂ ਬਹੁਤ ਗਲੈਡ ਆ ਕਿ ਅੱਜ ਅਸੀਂ ਲਾਈਵ ਤੁਹਾਡੇ ਨਾਲ ਕਰ ਰਹੇ ਹਾਂ ਕਿਉਂਕਿ ਲਾਈਵ ਯੂ ਆਰ ਸਿੰਗਿੰਗ ਸੋ ਅਮੇਜ਼ਿੰਗ ਥੈਂਕ ਯੂ ਸੋ ਅਮੇਜ਼ਿੰਗ ਕਿ ਮੈਂ ਇਹਨਾਂ ਨਹੀਂ ਸੋਚਿਆ ਸੀ ਕਿ ਤੁਸੀਂ ਇੰਨਾ ਅੱਛਾ ਗਾ ਸਕਦੇ ਹੋ ਮੈਂ ਜਦੋਂ ਤੁਹਾਡੇ ਗਾਣੇ ਜਿਹੜੇ ਆਈ ਐਮ ਟੈਲਿੰਗ ਯੂ ਦ ਟਰੂਥ ਮਤਲਬ ਜੇ ਸੱਚ ਹੈ ਕਿਉਂਕਿ ਮੈਂ ਜਿਹੜੇ ਤੁਹਾਡੇ ਤੁਸੀਂ ਰਿਕਾਰਡਡ ਭੇਜੇ ਸੀ ਨਾ ਸੌਂਗ ਉਹਦੇ 'ਚ ਬੰਦਾ ਬੰਦ ਜਾਂਦਾ ਜਦੋਂ ਤੁਸੀਂ ਕੋਈ ਕੰਪੋਜੀਸ਼ਨ ਸੌਂਗ ਕਰਦੇ ਹੋ ਜਾਂ ਕੋਈ ਐਲਬਮ ਕਰਦੇ ਹੋ ਜਾਂ ਕੋਈ ਕਿਸੇ ਦੀ ਕੰਪੋਜੀਸ਼ਨ ਕਰਦੇ ਹੋ ਜਾਂ ਕੁਝ ਵੀ ਕਰਦੇ ਹੋ ਆਪਣਾ ਆਪਣਾ ਸੀਡੀ ਦੇ ਵਿੱਚ ਜਾਂ ਗਾਣੇ ਦੇ ਵਿੱਚ ਤੇ ਉਹਦੇ 'ਚ ਤੁਸੀਂ ਬੰਨ ਜਾਂਦੇ ਹੋ ਕਿ ਮੈਂ ਇੰਨਾ ਕੀ ਗਾਣਾ ਤੇ ਲਾਈਵ ਦੇ ਵਿੱਚ ਜਿੱਥੇ ਜਿੱਥੇ ਤੁਹਾਡਾ ਬ੍ਰੇਨ ਜਾ ਰਿਹਾ ਤੁਸੀਂ ਉਹ ਗਾ ਸਕਦੇ ਹੋ ਸੋ ਦਿਸ ਇਜ਼ ਦੀ ਕੁਆਲਿਟੀ ਆਫ ਲਾਈਵ ਸਿੰਗਿੰਗ ਤੇ ਮੈਂ ਜ਼ਰੂਰ ਪ੍ਰਮੋਟ ਕਰਦੀ ਹਾਂ ਕਿ ਲਾਈਵ ਜ਼ਰੂਰ ਸੁਣਨਾ ਚਾਹੀਦਾ ਔਰ ਕਿਉਂਕਿ ਲਾਈਵ ਉਹ ਹੀ ਗਾ ਸਕਦਾ ਜਿਹੜਾ ਸਿੰਗਰ ਹੈ ਦੂਜੇ ਦਾ ਗਾਇਨ ਸਾਦ ਲਾਈਵ ਇਸੇ ਇਸੇ ਚੀਜ਼ 'ਚ ਰਣਜੀਤ ਸਿੰਘ ਨੇ ਲਿਖਿਆ ਹੈ ਕਿ ਬਾਬਾ ਜੀ ਦਾ ਨਾਮ ਬਹੁਤ ਵੱਡਾ ਹੈ ਤੁਹਾਡੇ ਫਾਦਰ ਗ੍ਰੈਂਡਫਾਦਰ ਫਾਦਰ ਦਾ ਅਦਰ ਕਰਾਨਾਸ ਹੈਜ਼ ਫਾਲੋਡ ਬਾਬਾ ਜੀ ਥੈਂਕ ਯੂ ਸੋ ਮਚ ਫਾਰ ਬ੍ਰਿੰਗਿੰਗ ਖਾਨ ਸਾਹਿਬ ਸੋ ਆਡੀਅੰਸ ਵੀ ਇਹੀ ਲਿਖ ਰਹੀ ਹੈ ਸਿਰੀ ਵੀ ਸਾਨੂੰ ਕਹਿ ਰਹੀ ਹੈ ਕਿ ਥੈਂਕ ਯੂ ਫਾਰ ਬ੍ਰਿੰਗਿੰਗ ਜਿਵੇਂ ਤੁਸੀਂ ਹੁਣ ਗਾਇਆ ਨਾ ਅਗਰ ਇੱਕ ਸੈਕਿੰਡ ਲਈ ਕਈ ਵਾਰੀ ਮੈਂ ਤੁਹਾਨੂੰ ਦੇਖਦਾ ਸੀ ਕਈ ਵਾਰੀ ਪਿੱਛੇ ਤਸਵੀਰ ਨੂੰ ਦੇਖਦਾ ਸੀ ਤੇ ਮੈਨੂੰ ਇੰਝ ਲੱਗਦਾ ਸੀ ਪਿੱਛੇ ਤਸਵੀਰ 'ਚ ਆਵਾਜ਼ ਆ ਰਹੀ ਹੈ ਸੋ ਸਵੀਟ ਦੈਟਸ ਅੱਜ ਕੁਲਦੀਪ ਤਾਲੀ ਲੈ ਗਿਆ ਅੱਜ ਔਰ ਮੇਰੀ ਸਿਸਟਰ ਸੰਦੀਪ ਇਹ ਵੀ ਅਮਰੀਕਾ 'ਚ ਇਹ ਵੀ ਦੇਖ ਰਹੀ ਹੈ ਸੰਦੀਪ ਨਿੱਜਰ ਥੈਂਕ ਯੂ ਅਤੇ ਵਾਕਈ ਕਹਿੰਦੇ ਨਾ ਵੱਡੀ ਟ੍ਰੀ ਦੇ ਥੱਲੇ ਛੋਟੀ ਟ੍ਰੀ ਦਾ ਆਉਣਾ ਉਂਝ ਫਲਣਾ ਫੁੱਲਣਾ ਬੜਾ ਮੁਸ਼ਕਿਲ ਹੈ ਲੇਕਿਨ ਜਿਹੜੇ ਅਸੀਂ ਘਰਾਣੇ ਲੈ ਰਹੇ ਹਾਂ ਜਿਹਨਾਂ ਦੇ ਬੱਚੇ ਲੈ ਕੇ ਆ ਰਹੇ ਹਾਂ ਉਹਨਾਂ 'ਚ ਸ਼ਾਇਦ ਰੱਬ ਦੀ ਬੜੀ ਬਰਕਤ ਹੈ ਜਾਂ ਸ਼ੁਰੂ 'ਚੋਂ ਉਹਨਾਂ ਦੇ ਉਸਤਾਦ ਜਾਂ ਦਾਦਿਆਂ ਦੀ ਇੰਨਾ ਪਿਆਰ ਹੈ ਜਾਂ ਇੰਨਾ ਖੂਨ 'ਚ ਸੰਗੀਤ ਹੈ ਕਿ ਉਹ ਹੋਰ ਵੀ ਸੁਰੀਲੇ ਸੁਰੀਲੇ ਬੱਚੇ ਅੱਗੇ ਆ ਰਹੇ ਨੇ ਆਪਣੇ ਰੰਗ ਨਾਲ ਆਪਣੇ ਰੰਗ ਨਾਲ ਸੋ ਇਹ ਮੈਂ ਕਹਿ ਰਹੀ ਸੀ ਕਿ ਕਨਫੈਸ਼ਨ ਮੇਰਾ ਇਹ ਸੀਗਾ ਕਿ ਮੈਨੂੰ ਲੱਗਿਆ ਸੀ ਕਿ ਆਈ ਵਾਜ਼ ਕਾਈਂਡ ਆਫ ਅੰਡਰ ਜੱਜ ਯੂ ਅੰਡਰ ਜੱਜ ਯੂ ਮੈਨੂੰ ਲੱਗਿਆ ਕਿ ਹਾਂ ਗਾ ਲੈਂਦੇ ਅੱਛਾ ਗਾ ਲੈਂਦੇ ਇਟਸ ਓਕੇ ਲੇਕਿਨ ਨਾਓ ਯੂ ਆਰ ਆਸਮ ਤਾਈ 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 ਤੁਹਾਨੂੰ ਸ਼ੋਅ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪੁੱਛਿਆ ਕਿ ਤੁਹਾਨੂੰ ਉਸਤਾਦ ਕਹਿ ਸਕਦੇ ਹਾਂ ਹੁਣ ਤਾਂ ਡੈਫੀਨੇਟਲੀ ਕਹਿ ਸਕਦੇ ਹੋ ਆਈ ਐਮ ਗਲੈਡ ਕਿ ਆਪਾਂ ਕਨੈਕਟ ਹੋਏ ਹਾਂ ਨੱਕੀ ਜੀ ਸਟੇ ਟੁਗੈਦਰ ਔਰ ਸਟੇ ਇਨ ਟੱਚ ਕਿ ਮਾਈ ਟੀਵੀ ਅਸੀਂ ਕੋਸ਼ਿਸ਼ ਇਹੀ ਹੈ ਕਿ ਅੱਛਾ ਮਿਊਜ਼ਿਕ ਲੋਕਾਂ ਨੂੰ ਸੁਣਾਈਏ ਤਾਂ ਕਿ ਉਹਨਾਂ ਦੇ ਆਪਾਂ ਦਿਮਾਗ ਚੇਂਜ ਕਰ ਸਕੀਏ ਕਿ ਡੈਟ ਤੇ ਗਾਣਾ ਜਾਂ ਲਿਪ ਸਿੰਗ ਕਰਕੇ ਗਾਣਾ ਨੂੰ ਛੱਡੋ ਆਹ ਸੁਣੋ ਆਹ ਕੀ ਚੀਜ਼ ਹੈ ਰੂਹਦਾਰੀ ਸੁਣੋ ਤਾਂ ਕਿ ਅਸੀਂ ਅੱਛੇ ਸਿੰਗਰਸ ਨੂੰ ਪ੍ਰਮੋਟ ਕਰ ਸਕੀਏ ਅਗਰ ਜਿਹੜੇ ਦੂਸਰੇ ਵੀ ਗਾਉਂਦੇ ਨੇ ਅਗਰ ਮਿਊਜ਼ਿਕ ਰਿਕਾਰਡ ਕਰਕੇ ਉਹਨੂੰ ਲਿਪ ਸਿੰਗ ਕਰਦੇ ਨੇ ਤੇ ਮੈਂ ਉਹਨਾਂ ਨੂੰ ਰੈਕਮੈਂਡ ਕਰਾਂਗੀ ਗਾਇਸ ਪਲੀਜ਼ ਲਰਨ ਕੋਈ ਗੁਰੂ ਧਾਰੋ ਤੁਹਾਨੂੰ ਸਿਖਾਏਗਾ ਕੁਛ ਤੁਸੀਂ ਸਾਲ ਡੇਢ ਸਾਲ 'ਚ ਇੱਕਦਮ ਰੈਡੀ ਹੋ ਜਾਓਗੇ ਔਰ ਇੱਕ ਅਲੱਗ ਰੰਗ ਦੇ ਵਿੱਚ ਤੁਹਾਡਾ ਵੀ ਰੂਪ ਨਜ਼ਰ ਆਏਗਾ ਤੁਹਾਨੂੰ ਆਪਣੇ ਆਪ ਨੂੰ ਅੱਛਾ ਲੱਗੇਗਾ ਕਿ ਮੈਂ ਅੱਛਾ ਗਾ ਰਿਹਾ ਜੀ ਜੀ ਠੀਕ ਹੈ ਜੀ ਬਿਲਕੁਲ ਤੇ ਹੁਣ ਹੁਣ ਨੱਕੀ ਜੀ ਤੋਂ ਪੁੱਛਦੇ ਆ ਕਿ ਖਾਣ ਪੀਣ ਦੇ ਵਿੱਚ ਕੀ ਪਸੰਦ ਹੈ ਜ਼ਿਆਦਾ ਆਈ ਐਮ ਵੈਰੀ ਫੈਨ ਆਫ ਚਿਕਨ ਹਾਂ ਹਾਂ ਸਾਰੇ ਫੈਨ ਨੇ ਰੋਸਟ ਚਿਕਨ ਚਿਕਨ ਕਰੀ ਔਰ ਫਿਸ਼ ਔਰ ਕੁਝ ਵੀ ਅੱਛਾ ਵੈਸੇ ਪੱਕਾ ਹੋਵੇ ਤੇ ਅੱਛਾ ਹੀ ਹੁੰਦਾ ਯੂ نو ਖਾਣਾ ਵਾਣਾ ਮੈਂ ਅਸੀਂ ਲੋਕ ਸਾਰੇ ਬਲਕਿ ਸਾਡੀ ਸਾਰੀ ਫੈਮਿਲੀ ਬੜਾ ਅੱਛਾ ਪਕਾ ਲੈਂਦੇ ਸਨ ਸਾਡੇ ਚਾਚਾ ਜੀ ਵੀ ਮੁਨਵਰ ਅਲੀ ਖਾਨ ਸਾਹਿਬ ਅਸੀਂ ਉਹਨਾਂ ਦਾ ਸੁਣਿਆ ਸੀ ਮੈਂ ਤੁਹਾਨੂੰ ਇੱਕ ਵਾਕਿਆ ਵੀ ਸੁਣਾਵਾਂ ਬੜਾ ਅੱਛਾ ਤੇ ਚਾਚਾ ਜੀ ਨੂੰ ਅਸੀਂ ਕਿਹਾ ਚਾਚਾ ਜੀ ਸੁਣਿਆ ਸੀ ਕਿ ਤੁਸੀਂ ਖਾਣਾ ਬੜਾ ਅੱਛਾ ਪਕਾ ਲੈਂਦੇ ਹੋ ਤੇ ਉਹ ਕਹਿਣ ਲੱਗੇ ਆਹੋ ਬਸ ਐਸਾ ਹੀ ਹੈ ਸਾਡੇ ਵਾਲਿਦ ਵੀ ਬੜਾ ਅੱਛਾ ਪਕਾ ਲੈਂਦੇ ਸਨ ਕਰਾਮਤ ਅਲੀ ਖਾਨ ਸਾਹਿਬ ਬੜੇ ਗੁਲਾਮ ਅਲੀ ਖਾਨ ਸਾਹਿਬ ਦੇ ਦੋ ਬੇਟੇ ਸਨ ਔਰ ਵੱਡੇ ਬੇਟੇ ਸਨ ਕਰਾਮਤ ਅਲੀ ਖਾਨ ਸਾਹਿਬ ਜਿਹਨਾਂ ਦੇ ਅਸੀਂ ਔਲਾਦ ਹਾਂ ਔਰ ਉਹਨਾਂ ਦੇ ਛੋਟੇ ਬੇਟੇ ਸਨ ਮਨਵਰ ਅਲੀ ਖਾਨ ਸਾਹਿਬ ਉਸਤਾਦ ਮਨਵਰ ਅਲੀ ਖਾਨ ਸਾਹਿਬ ਜੀ ਸਾਡੇ ਵਾਲਿਦ ਵੀ ਬਹੁਤ ਅੱਛਾ ਖਾਣਾ ਬਣਾ ਲੈਂਦੇ ਸਨ ਫਿਰ ਸਾਡੇ ਚਾਚਾ ਜੀ ਉਹਨਾਂ ਅਸੀਂ ਕਿਹਾ ਚਾਚਾ ਜੀ ਤੁਸੀਂ ਖਾਣਾ ਬਣਾ ਕੇ ਸਾਨੂੰ ਕਿਸੇ ਦਿਨ ਦਿਓ ਤੇ ਅਸੀਂ ਜਦੋਂ ਕਹਿਣਾ ਅੱਛਾ ਜਦੋਂ ਮੇਰਾ ਮੂਡ ਹੋਇਆ ਮੈਂ ਕਰਾਂਗਾ ਜਦੋਂ ਫਿਰ ਇੱਕ ਦਿਨ ਦਿੱਲੀ ਅਸੀਂ ਗਏ ਸਾਂ ਤੇ ਚਾਚਾ ਜੀ ਆਏ ਉਹ ਕਹਿਣ ਲੱਗੇ ਚਲੋ ਵੀ ਮੁੰਡਿਓ ਅੱਜ ਮੈਂ ਖਾਣਾ ਬਣਾਵਾਂਗਾ ਅਸੀਂ ਬੜੇ ਖੁਸ਼ ਹੋਏ ਵਾਹ ਜੀ ਵਾਹ ਚਾਚਾ ਜੀ ਨੇ ਫਿਰ ਉਹ ਮੈਂ ਕਹਾਂ ਕਿ ਉਹਨਾਂ ਨੇ ਲੁੰਗੀ ਸ਼ੁੰਗੀ ਧੋਤੀ ਬੰਨੀ ਔਰ ਕਿਨਾਰੇ ਟਿਪੀਕਲ ਜਿਹੜਾ ਸਾਡਾ ਨਾਚ ਕਿਚਨ ਦੇ ਚਲੇ ਗਏ ਔਰ ਫਿਰ ਉੱਥੇ ਸਾਰੀ ਉਹਨਾਂ ਦਾ ਕੀਤਾ ਫਿਰ ਉਹਨਾਂ ਨੇ ਫਿਸ਼ ਫਿਸ਼ ਤੇ ਸਾਗ ਪਕਾਇਆ ਬਹੁਤ ਮਜ਼ੇਦਾਰ
ਉਹ ਫਸਟ ਟਾਈਮ ਅਸੀਂ ਉਸ ਡਿਸ਼ ਨੂੰ ਟਰਾਈ ਕੀਤਾ ਔਰ ਇਤਨਾ ਸੁਭਾਨ ਅੱਲਾ ਖਾਣਾ ਸੀ ਕਿ ਕਿਆ ਕਹਿਣਾ। ਸੋ ਜਿਹੜਾ ਉਹਨਾਂ ਦਾ ਸੁਣਿਆ ਸੀ ਉਹ ਬੜਾ ਅੱਛਾ। ਹਾਂਜੀ ਮੈਂ ਵੀ ਪਕਾ ਲੈਂਦਾ ਕਿਉਂਕਿ ਅੱਛਾ ਲੱਗਦਾ ਮੈਨੂੰ, ਅੱਛਾ ਖਾਣਾ ਪਕਾਇਆ ਆ ਔਰ ਅੱਛਾ ਸੁਰੀਲਾ ਖਾਣਾ, ਸਮਝਦੇ ਹੋ। ਹਾਂਜੀ ਔਰ ਆਉਣਾ ਚਾਹੀਦਾ, ਮੈਂ ਤਾਂ ਇਹ ਕਹਿੰਦੀ ਆਉਣਾ ਚਾਹੀਦਾ, ਡੈਫੀਨਿਟਲੀ ਆਉਣਾ ਚਾਹੀਦਾ, ਨਥਿੰਗ ਰੋਂਗ ਇਨ ਦੈਟ। ਖਾਸ ਕਰਕੇ ਬਾਹਰਲੇ ਦੇਸ਼ਾਂ 'ਚ ਜਿਹੜੇ ਰਹਿੰਦੇ ਨੇ ਉਹਨਾਂ 'ਤੇ ਆਉਣਾ ਹੀ ਚਾਹੀਦਾ, ਸਾਰਿਆਂ ਨੂੰ ਆਉਣਾ ਚਾਹੀਦਾ। ਹਾਂਜੀ ਹਾਂ ਬਿਲਕੁਲ। ਤੇ ਕੁਝ ਹੋਰ ਲੋਕ ਸਾਡੇ ਨਾਲ ਜੁੜ ਗਏ ਨੇ, ਖਾਨ ਰਫਾਕਤ ਅਲੀ ਖਾਨ ਵਾਚਿੰਗ। ਅੱਛਾ ਜੀ ਵਿਭਾ ਸ਼੍ਰੀਵਾਸਤਵ, ਅੱਜ ਕੀ ਲਾਈਵ ਸੈਸ਼ਨ ਬੈਸਟ, ਵਾਹ ਜੀ ਵਾਹ। ਓ ਕਮਲਾ ਪੰਜਾਬੀ, ਯੋ ਯੋ ਕਮਲਾ ਪੰਜਾਬੀ ਫਰਮ ਹਿਊਸਟਨ ਟੈਕਸਸ। ਇਹ ਰੈਪਰ ਹੈ ਜੀ, ਕਲਾਸਿਕਲ ਸੁਣ ਰਿਹਾ, ਇਹ ਬੜੀ ਵੱਡੀ ਗੱਲ ਹੈ। ਅੱਛਾ ਨਹੀਂ, ਆਫ ਕੋਰਸ ਮਿਊਜ਼ਿਕ ਕਰਾਉਣੇ ਤੋਂ ਬਿਲੋਂਗ ਕਰਦੇ ਨੇ, ਇਹ ਵੀ ਮਿਊਜ਼ਿਕ ਕਰਾਉਣੇ 'ਚ ਬਿਲੋਂਗ ਕਰਦੇ ਨੇ। ਅਰੇ ਵਾਹ ਵਾਹ ਡੋਲੀ ਦੀਦੀ, ਸਤਿ ਸ਼੍ਰੀ ਅਕਾਲ। ਹਰਨੂਰ ਦਾ ਮਤਲਬ ਡੋਲੀ ਦੀਦੀ, ਓਕੇ। ਡੋਲੀ ਦੀਦੀ ਲਿਖ ਰਹੇ, ਪਲੀਜ਼ ਸੇ ਮਾਈ ਸਲਾਮ ਟੂ ਭਾਈ, ਆਈ ਨੋ ਭਾਈ ਫਰਮ ਸੁਰਿਸਤਾਨ ਗਰੁੱਪ ਡੋਲੀ ਕਨਵਰ, ਓਕੇ। ਹਾਂ ਜੀ ਜੀ, ਮੇਰਾ ਵੀ ਸਲਾਮ ਦਿਓ ਨਾ ਡੋਲੀ ਜੀ ਨੂੰ। ਜੀ ਬਿਲਕੁਲ ਸੁਣ ਰਹੇ ਨੇ ਤੁਹਾਨੂੰ, ਲਾਈਵ ਸੁਣ ਰਹੇ ਨੇ। ਰਫਾਕਤ ਅਲੀ ਖਾਨ ਸਾਹਿਬ ਨੂੰ ਵੀ ਬਹੁਤ ਬਹੁਤ ਸਲਾਮ, ਉਹ ਵੀ ਬੜੇ ਅੱਛੇ ਸਾਡੇ ਦੋਸਤ ਨੇ, ਬੜੇ ਅੱਛੇ। ਹਾਂ ਜੀ, ਔਰ ਡੋਲੀ ਜੀ ਨੇ ਫਿਰ ਕੀ ਲਿਖਿਆ ਥਲੇ? ਨਕੀ ਭਾਈ ਹੈਜ਼ ਅ ਗ੍ਰੇਟ, ਹੀ ਇਜ਼ ਅ ਗ੍ਰੇਟ ਆਰਟਿਸਟ, ਹੈਵ ਮੈਟ ਹਿਸ ਫੈਮਿਲੀ ਆਲਸੋ ਹੂ ਆਰ ਇਨ ਦਿੱਲੀ, ਕਿਉਂਕਿ ਡੋਲੀ ਜੀ ਦਿੱਲੀ ਚ ਨੇ ਔਰ ਮਿਊਜ਼ਿਕ ਲਵਰ, ਕਮਾਲ ਦੇ ਮਿਊਜ਼ਿਕ ਲਵਰ ਨੇ ਔਰ ਹਰ ਆਰਟਿਸਟ ਨੂੰ ਇੰਨਾ ਪਿਆਰ ਕਰਦੇ ਨੇ ਔਰ ਹੈਟਸ ਆਫ ਟੂ ਹਰ। ਕਮਲਾ ਪੰਜਾਬੀ ਬਾਰੇ ਦੱਸਦੀ ਹੈ, ਇਹ ਰੈਪਰ ਹੈ ਤੇ ਇਹ ਦਲੇਰ ਮਹਿੰਦੀ ਦੇ ਵੱਡੇ ਬ੍ਰਦਰ ਜਿਹੜੇ ਸ਼ਮਸ਼ੇਰ ਮਹਿੰਦੀ ਨੇ ਜਿਹੜੇ ਗੁਜ਼ਰ ਗਏ, ਇਹ ਉਹਨਾਂ ਦਾ ਦਾਮਾਦ ਹੈ। ਅੱਛਾ, ਉਹ ਵੀ ਮਿਊਜ਼ੀਕਲ ਫੈਮਿਲੀ 'ਚ ਨੇ। ਸਾਡੀ ਆਰਟਿਸਟ ਜਿਹੜੀ ਹੈ ਨਾ, ਇਹ ਸਾਰੀ ਮਿਊਜ਼ੀਕਲ ਫੈਮਿਲੀ 'ਚ ਹੀ ਹੈ। ਆਰਟਿਸਟ ਤੇ ਹੈ ਹੀ ਹੈ, ਆਡੀਅੰਸ ਵੀ ਜ਼ਿਆਦਾਤਰ ਉਹੀ, ਮਤਲਬ ਸੁਰੀਲੀ ਆਡੀਅੰਸ ਹੈ ਸਾਡੀ। ਕੀ ਬਾਤ! ਇੱਕ ਹੋਰ ਪੰਜਾਬ ਦਾ ਗ੍ਰੇਟ ਸਿੰਗਰ ਜੀ ਖਾਨ। ਜੀ ਖਾਨ, ਜੀ ਖਾਨ ਜੀ, ਸਤਿ ਸ਼੍ਰੀ ਅਕਾਲ, ਇਜ਼ ਵਨ ਆਫ ਮਾਈ ਫੇਵਰਿਟ ਸਿੰਗਰ। ਅੱਜ ਬਹੁਤ ਸੁਰੀਲਾ ਗਾਣਾ, ਵਾਹ ਜੀ ਵਾਹ। ਥੈਂਕ ਯੂ ਜੀ। ਔਰ ਜੀ ਖਾਨ ਜੀ, ਤੁਹਾਡੇ ਤੋਂ ਕਮੈਂਟ ਆਉਣਾ ਬੜੀ ਵੱਡੀ ਗੱਲ ਹੈ, ਔਰ ਬਹੁਤ ਅੱਛਾ ਗਾ ਰਹੇ ਨੇ ਸਾਰੇ ਜਿਹੜੇ ਵੀ ਸਾਡੇ ਨਾਲ ਫਨਕਾਰ ਜੁੜ ਰਹੇ ਨੇ, ਉਹ ਉਹੀ ਗੱਲ ਕਰ ਰਹੀ ਹੈ ਕਿ ਵਾਕਈ ਸਾਡੀ ਆਡੀਅੰਸ ਬਹੁਤ ਸੁਰੀਲੀ ਹੈ। ਤਾਂ ਹੁਣ ਖਾਨ ਸਾਹਿਬ ਵਾਪਸ ਤੁਹਾਡੇ 'ਤੇ ਆਉਂਦੇ ਹਾਂ। ਆਓ ਜੀ। ਅਤੇ ਬਚਪਨ 'ਚ ਮਤਲਬ ਤੁਸੀਂ ਮੇਰੇ ਖਿਆਲ ਨਾਲ ਯੂ ਆਰ ਦਾ ਯੰਗਰ ਵਨ, ਰਾਈਟ? ਸੱਤ ਭਰਾ ਸੀ ਤੁਸੀਂ? ਹਾਂਜੀ। ਅਤੇ ਹੁਣ 6 ਰਹਿ ਗਏ ਹੋ, ਰਾਈਟ? ਤੇ ਉਹਨਾਂ ਦੇ ਵਿੱਚੋਂ ਸਭ ਤੋਂ ਛੋਟੇ ਤੁਸੀਂ ਹੋ, ਤੁਸੀਂ ਤਾਂ ਫਿਰ ਬੜੇ ਲਾਡਲੇ ਸੀ, ਬਹੁਤ, ਔਰ ਹੋ ਅਜੇ ਵੀ। ਹਾਂਜੀ ਹਲੇ ਵੀ ਹੋ, ਤੇ ਮਾਂ ਤੋਂ ਕਦੇ ਚਿੱਤਰ ਖਾਦੇ ਨੇ ਕਿ ਬਚ ਗਏ ਹੋ? ਸ਼ਾਇਦ ਆਫ ਕੋਰਸ ਐਸਾ ਹੋਇਆ ਹੈ, ਉਹ ਗੁੱਡੀਆਂ ਉਡਾਉਣ ਦਾ ਬੜਾ ਸ਼ੌਕ ਸੀ ਨਾ। ਹਾਂਜੀ, ਪਤੰਗ ਬਾਜ਼ੀ ਅਕਸਰ ਸਾਡੇ ਕਦੀ ਹੋਣਾ ਕਿ ਜੀ ਐਗਜ਼ਾਮ ਦੇ ਡੇਜ਼ ਨੇ, ਯੂ ਨੋ, ਇਮਤਿਹਾਨ ਦੇ, ਤੇ ਜ਼ਿਆਦਾ ਗੁੱਡੀਆਂ ਉਡਾ ਰਹੇ ਹਾਂ ਤੇ ਥੱਲੇ ਆਇਆ ਤੇ ਫਿਰ ਉਹ ਛੱਤ ਤੋਂ ਥੱਲੇ ਮਤਲਬ ਕਿ ਆਓ, ਤੇ ਅੰਮੀ ਕਹਿੰਦੇ ਕਿੱਥੇ ਗਿਆ ਸੀ ਉਹ ਜੀ ਉਡਾ ਰਿਹਾ, ਇੱਧਰ ਆ ਜ਼ਰਾ, ਤੂੰ ਫੜ ਕੇ ਫਿਰ ਦੋ ਚਾਰ ਥੱਪੜ ਲਗਾਣੇ। ਮੈਂ ਵੀ ਬੜੀ ਮਾਰ ਖਾਦੀ, ਬਹੁਤ ਮਾਰ ਖਾਦੀ, ਲੇਕਿਨ ਹਾਂਜੀ ਮਰ, ਲੇਕਿਨ ਹਾਂ ਥੱਪੜ ਹਲਕੇ ਹਲਕੇ ਬਸ। ਔਰ ਫਿਰ ਕਦੀ ਕਦੀ ਮੈਂ, ਉਹ ਸਾਡੇ ਘਰ ਦਰਵਾਜ਼ੇ ਹੁੰਦੇ ਸੀ ਤੇ ਮੈਂ ਉਹਨਾਂ ਦੇ ਪਿੱਛੇ ਛੁਪ ਜਾਣਾ, ਤੇ ਮੈਨੂੰ ਕਿਹਾ ਕਿੱਧਰ ਗਿਆ? ਅੱਛਾ, ਮੈਂ ਨਿੱਕ ਨਹੀਂ, ਮੇਰਾ ਹੈਗਾ ਸੀ ਬਬਲੂ, ਬਬਲਾ ਮੈਨੂੰ ਕਹਿੰਦੇ ਕਿ ਕਿੱਥੇ ਗਿਆ ਬਬਲ, ਕਿੱਥੇ ਗਿਆ ਬਬਲੂ, ਯੂ ਨੋ। ਤੇ ਉਹ ਫਿਰ ਉਹਨਾਂ ਨੇ ਕਹਿਣਾ ਛੁਪ ਕੇ ਹੋਏਗਾ, ਫਿਰ ਉਹਨਾਂ ਨੇ ਮੈਂ ਦੋ ਚਾਰ ਲਾਣੇ, ਫਿਰ ਆਪਣੇ ਨਾਲ ਜੱਫੀ ਪਾ ਲੈਣੀ, ਫਿਰ ਹੁਣ ਨਾ ਜਾਈ, ਹੁਣ ਕਹਿ ਰਹੀ ਪੜਿਆ ਕਰੀਏ ਕਰੋ ਬਾਹਰ। ਥੱਪੜ ਥੱਪੜ ਤੇ ਠੀਕ ਹੈ, ਸਾਨੂੰ ਬਚਪਨ ਚ ਉਹ ਕੱਪੜੇ ਨਹੀਂ ਧੋਈਦੇ ਜਿੰਨਾ ਥਾਪੀ, ਹਾਂ ਹਾਂ, ਉਹ ਕਈ ਵਾਰੀ ਮਾਂ ਦੇ ਹੱਥ ਚ ਆ ਜਾਂਦੀ ਸੀ। ਓਹ ਹੋ, ਅੱਛਾ, ਫਿਰ ਤੇ ਅਸੀਂ ਮੱਲੇ ਚ ਅੱਗੇ ਅੱਗੇ ਪੰਜਾਬਣਾ ਸੀ ਨਾ, ਮਾਵਾਂ ਸਾਡੀਆਂ ਸਰਦਾਰਨੀਆਂ ਕੁਟਾਪਾ ਵੀ ਬੜਾ ਅੱਛਾ ਜਾਣਦੀਆਂ। ਅੱਛਾ, ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਾਂ, ਮਾਂ ਦੇ ਹੱਥ ਚ ਭਾਵੇਂ ਜੁੱਤੀ ਆ ਜਾਏ ਤੇ ਭਾਵੇਂ ਕੜਛੀ ਆ ਜਾਏ, ਜਿੰਨੀ ਸਪੀਡ ਚ ਵੱਜੋ ਮਾਂ ਦਾ ਨਿਸ਼ਾਨਾ ਬੜਾ ਪੱਕਾ ਹੁੰਦਾ ਸੀ, ਉਹ ਸਿੱਧਾ ਠਾ ਕੇ ਵੱਜਦਾ ਹੁੰਦਾ ਸੀ, ਉਹਨੂੰ ਪਤਾ ਇਹਨੇ ਲੈਫਟ ਜਾਣਾ ਕਿ ਇਹਨੇ ਰਾਈਟ ਆਣਾ, ਉਹਨੂੰ ਪਹਿਲੇ ਪਤਾ ਹੁੰਦਾ ਸੀ ਨਿਸ਼ਾਨਾ ਹੀ ਉੱਥੇ ਜਾਂਦਾ ਸੀ। ਤੇ ਚਲੋ ਜੀ, ਹੁਣ ਮੈਨੂੰ ਇਹ ਦੱਸੋ ਕਿ ਮੰਮੀ, ਕਿਉਂਕਿ ਤੁਸੀਂ ਸਭ ਤੋਂ ਯੰਗਰ ਹੋ, ਰਾਈਟ? ਤੇ ਫਿਰ ਜਿੰਨੇ ਲਾਡ ਪਿਆਰ ਵੀ ਬਹੁਤ ਮਿਲਦਾ ਬਾਕੀ ਭੈਣ ਭਰਾਵਾਂ ਦਾ, ਭੈਣ ਭੈਣ ਤੇ ਕੋਈ ਹੈ ਨਹੀਂ ਸੀ, ਨਹੀਂ ਹੈ ਨਾ? ਤੇ ਫਿਰ ਭਾਬੀਆਂ ਨੇ ਬੜਾ ਪਿਆਰ ਕੀਤਾ ਹੋਣਾ। ਹਾਂਜੀ, ਭਾਬੀਆਂ ਵੀ ਬਹੁਤ ਅੱਛੀਆਂ ਸਾਡੀਆਂ, ਮਾਸ਼ਾਅੱਲਾ, ਬਹੁਤ ਮੇਰੀ ਜਿਹੜੀ ਹੈ ਹਿੰਦੁਸਤਾਨ ਸਾਡੀ ਭਾਬੀਆਂ, ਉਹਨਾਂ ਨੂੰ ਬਿਲਕੁਲ ਸਾਡੀ ਮਾਵਾਂ ਕਰਨ, ਸਾਰੀਆਂ ਹੀ ਮਾਵਾਂ ਕਰਾਂ ਨੇ, ਬਹੁਤ ਅੱਛੀਆਂ ਭਾਬੀਆਂ, ਭਤੀਜੇ, ਸਾਰੇ ਬੱਚੇ ਵੀ, ਔਰ ਖਾਣੇ ਵੀ ਬਹੁਤ ਅੱਛੇ ਬਣਾਉਂਦੀਆਂ। ਮੈਂ ਤਾਂ ਕਹਿੰਦਾ ਤੁਸੀਂ ਸਾਰੀਆਂ ਜਨਤੀ ਹੈਗੀ ਹੋ, ਤੁਸੀਂ ਖਾਣੇ ਬਹੁਤ ਅੱਛੇ ਬਣਾਉਂਦੇ ਹੋ। ਚਲੋ ਅੱਛੀ ਗੱਲ ਹੈ। ਇਸ ਤਰ੍ਹਾਂ ਦਾ ਕੋਈ ਹਾਦਸਾ ਯਾਦ ਹੈ ਕਿ ਕੋਈ ਸ਼ਰਾਰਤ ਐਸੀ ਖਤਰਨਾਕ ਕੀਤੀ ਹੋਵੇ, ਫਿਰ ਉਹਦੇ ਲਈ ਬੜੀ ਡਾਂਟ ਪਿੱਟੀ ਹੋਵੇ ਔਰ ਫਿਰ ਭਰਾਵਾਂ ਨੇ ਤੁਹਾਨੂੰ ਲੁਕੋਇਆ ਹੋਵੇ, ਏਦਾਂ ਕੁਛ? ਨਹੀਂ, ਐਸਾ ਕਦੀ ਨਹੀਂ, ਮੈਂ ਸ਼ਰਾਰਤੀ ਬੱਚਾ ਨਹੀਂ ਥਾ, ਨਹੀਂ, ਇਤਨਾ ਨਹੀਂ ਥਾ, ਬਸ ਛੋਟੀ ਮੋਟੀ ਤੋਂ ਚਲਤੀ ਹੈ ਨਾ।
ओके ते हुण असीं हुण जाणे स्कूल टाइम दे विच, क्योंकि ऑफ कोर्स स्कूल टाइम दे विच मतलब बड़ा दिल करदा होएगा कि ओ आम ग्रैंड सन ऑफ वड्डे गुलाम अली खान साहब, ऐदा कदी होया इस तरह दा, कदी रो पाया अच्छा जाके बच्चां ते हाँ टीचरां वो ते? लेटर एज ही होया एक्चुअली, वो जब मैं शुरू च था ना तो उदो ते पता ही नहीं सी, ते वो बस वो छोटे होंदे वो ट्विंकल ट्विंकल शुरू कराई, फिर उसके बाद होर नज़मा, ते वो फिर मैनू ज़्यादातर वो प्रेयर्स होंदी है ना तुहाडे जिहड़ी, जी, साढ़े वो हाले भी तो होंदियां। हाँ, तो उहदे विच उन्होंने मैंने अगे कर देना कि इहदी आवाज़ ठीक है, ये कराएगा सारे नू ठीक है। फिर वो बाज़ुकत चैप्टर्स ऐसे आ जाते थे जिदे विच कुछ नज़मा वगैरह होंदिया सी, वो कहंदे सन जी ऐ तू गा के सुना, फिर सारे अटेंशन हो गई कि जी इहदा आवाज़ बड़ा अच्छा, स्कूल विच थोड़ी थोड़ी शोहरत हो गई। और उसके बाद फिर म्यूजिक फेस्टिवल्स से उन्होंने स्कूल ने भेजना शुरू कर दिता, उतों भी फिर असं जीत के आना। फिर आहिस्ता आहिस्ता एक बार की होया, मैं दसिया नहीं सी होया स्कूल कि मैं ग्रैंडसन बड़े गुलाम अली खान साहब, एक बार मेरी कॉपी चेक होने गई मेरी टीचर को, तो वो मैं लिखा सी नकी अली खान ग्रैंडसन ऑफ उस्ताद बड़े गुलाम अली खान। वाह वाह वाह, वो जिसने मेरी टीचर ने देखा मैडम ने, तो मैनू जो आई क्लासेस, अरे मैंने मोटू कहते थे तुमने बताया नहीं मोटू तुम्हारा तो क्या नाम, तुम खान साहब के ग्रैंडसन हो बड़े गुलाम अली खान। वो फिर मैंने बहुत प्यार करने लग गए, और बड़ी फिर इज्जत करनी उन्होंने, और बस इस तरह फिर ग्रेजुअली हो गया। फिर ऑब्वियसली खान साहब द ग्रैंडसन, वी आर वेरी लकी एंड प्राउड एंड वेरी हम्बल टू बी सर इज बड़ी ग्रैंड वड्डी गल है। जी, आर वेरी मैं हम्बल टू बी इज ग्रैंडसन, एंड अच्छा भी लगता है, और फिर दिल करता है कि जी अगर इस घराने च हूँ, और अच्छा लगता है कि म्यूजिकली करते रहिए कुछ ना कुछ, वी फील बिल्कुल, वेरी गुड और अबाउट दैट, एंड अल्लाह ते मौला पंचन पाक का करम है कि अल्लाह ने सानू इस कार्य पैदा किया, साढ़े बुजुर्ग इन्हें लायक बहुत माशाल्लाह। लकी, बहुत लकी मैं कहूंगी, ते क्योंकि जो पढ़ते होंगे सी तुसी कॉलेज च गए या हाई स्कूल कॉलेज च गए थे, कभी ये सोचा सीगा कि म्यूजिक तो अलावा भी जे मैं कुछ बनना चाहवा ते दिमाग च कुछ दिमाग और च आया कभी कि कुछ मैं कुछ आया? और भी यस, बनना आई है? ऑलवेज वांटेड टू बी अ डॉक्टर, मैं ओहो, बायोलॉजी मेरी डिफिकल्ट बड़ी अच्छी फील्ड। थी, हाँ, और वो बहुत अच्छा सी, और डॉक्टर में चाहना सब बनना, लेकिन बचपन बाजू का ऐसा होता ना कि जिस चीज़ को बंदा देख रहा है वही दिल करता है बन जाए बंदा, यू नो बिल्कुल कभी कभी हो कि दिल करता सी जी पायलट बन जाए, कभी कभी वो दिल करे के, लेकिन जैसे जैसे क्लासेस बढ़ती गई देन आई वॉज मोर इन टू डॉक्टर्स लाइन। लेकिन वट हैपन कि जो फिर वो गाना मेरे चो खत्म नहीं सी होता, मैं बचपन तो ही जड़ा ना मैं गाने का बड़ा सी, हर वक्त खड़े भी कितने भी खड़े हैं बैठे हैं भाई, कोई गल्ला भी कर रहा है तो थोड़ी हमिंग करी जाना और मजा लेना। फिर आई वॉज वेरी मच इन टू नेचर, यू नो लाइक नेचर यूज टू अट्रैक्ट मी अ लॉट, एंड बस कुदरत तो बचपन तो ही मेरी कुछ तबीयत दे विच ऐसा सी, तो फिर वो करते करते मेरा शौक इन्ना बढ़ गया, और बस वो मेरे भाई सन मेरे बड़े भाई ने जवाद अली खान साहब, जी उन्होंने मैं बहुत क्लोज सी, वो भी गाना सीखते सी, तो मैं उन्होंने जिद करके कहना तुसी जो सीखे मैनू होनी अज मैनू ही सिखाओ, मैनू ही होनी सिखाओ। वो मेरा भाई बड़ा मैं प्यार करना, उन्हें मेरा मुंह चुमन लग जाना और बड़ा प्यार करना, अच्छा मैं सिखाना, मैं कहना नहीं तू पहले पहले मैंने सिखा। उन्होंने फिर वो बागेश्वरी की कोई बंदी सीखी कोई भी राग दी, फिर हाँ उन्होंने जी थोड़ा थोड़ा कुआड़ा, फिर मेरे भाई मजहर अली खान साहब वो भी इस तरह ही उन्होंने को मैं सीखा, फिर काफ़ी फिर उन्होंने रियाज बहुत ज़्यादा किया, सुबह उठ के 5 बजे सुबह उठना, फिर 9 बजे तक हर एक रियाज करते रहना अरे उनकी, वाह, फिर उसके बाद थोड़ा ब्रेक ब्रेकफास्ट एंड देन फिर रियाज फिर लंच एंड देन फिर ग्रेजुएट, कितने साल ऐसा ही सिलसिला चलता रहा। फिर उसके बाद फिर जो तुम परफॉर्मेंस देने लगते हो तुम पता है, फिर वो करते हैं वो होंगे कि बहुत सारे म्यूजिक डायरेक्टर्स के काम करो, फिर हर देन यू लर्न अ लॉट फ्रॉम एवरी वन, यू नो दैट्स वॉट हैपन। ते खास साहब असी गल पुछांगे जदों तुहाडे ब्रदर्स ने तुहानूं सिखाया जिवें सिखा रहे सी, ओदी कुछ बंदिश कुछ याद है थोड़ा बहुत, जिहड़े आने वाले साडे सिंगर ने या जिहड़े दूजे सिंगर ने ओह वी जेडे थोड़ा सुन तुसे सकन के तुहानूं उहनां ने थोड़ा बहुत की सिखाया कि राग च? पहले तो तुहानूं पता है अलंकार साडे हुंदे ने पलटे वगैरह, ठीक है मैं उहनां दा दसदा वां, सारे तो नहीं मैं दस सकदा लेकिन बेसिक तुहानूं मैं, अक्सर लोग समझदे ने कि सारे गामा तैयार सानू आ गया राइट, जी देखो देखो शुरू उन्होंने मैंने इस तरह कराया कि जी सा लाड़ा है खरज का रियाज बहुत जरूरी, खरज कहने असी बेस का रियाज, जी बिल्कुल,
क्योंकि अगर ऊपर मंजिल खड़ी होनी है ना तो ये बेस नींव बहुत जरूरी है, नींव जिन कहने से पंजाबी जी जी कोई भी तुम पता है मकान बन जाए तो नींव मजबूत होगी, बिल्डिंग खलोएगी। इस तरह आवाज का भी है कि आवाज का अगर तुम्हारा बेस अच्छा है तो तुम्हारी उत्ते आवाज अच्छी लगेगी। फिर सारे पलटे साल हा साल असी करते रहे और अज भी करने। फिर सारे गा रे गा मा गा मा पा मा पा दा पा दा नी दा नी सा सा नी दा नी दा पा दा पा मा पा मा गा मा गा रे गा रे सा। अच्छा बहुत सारे लोगों ने याद है ने जी सन ते याद ने, लेकिन इन्हां नू टेंपो दे विच कहना और एक एक चीज नू अपने अपने हिसाब नाल वजन नाल कहना ता जाके फिर गला बनता इंसान का, समझ दो। फिर इहदा आकार कराया सारे गा रे गा मा गा बा पा बा पा दा पा दा नी दा नी सा सारे ना नी दा पा दा बा मा बा गा मा गा रे गा रे सा सारे गा रे गा मा गा बा पा मा पा दा पा दा नी दा नी सा। फिर इसलिए सुर पाक जाते फिर ये जो रागा का भी फिर कोई साफ सुर सा गा मा दा नी सा नी दा मा गा सा गा ले सा गा मा गा सा सा गा मा दा नी दा मा गा। फिर उन्होंने बंदी शुरू कराई मैंने राग दी जी, सी एमन राग दी। अल्लाह तेरो नाम जपत सुख पायो, अल्लाह तेरो नाम जपत सुख पायो, तेरा नाम ली बोले ओ वे तसल्ला अल्लाह तेरो नाम अल्लाह तेरो नाम जपत सुख पायो अल्लाह तेरो नाम। ऐसा फिर टेंपो दे विच करदे 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 फिर इट्स अ कंटीन्यूअस स्टिल। हां जी मैनू याद है मैं स्कूल च जो ऑफ कोर्स छोटी होया करदी सी ते उदों स्कूल च सानू टीचर ने सिखाना म्यूजिक टीचर ने बच्चा पलटे गाओ ते असी एक दिन दो दिन तीन दिन मैं कहा सर मुझे तो आता है आप आगे बताएं क्या करना है। हां मैं मतलब ये तो मुझे आता है। साडे चाचा जी ने भी जो सानू शुरू कराया ते वो इस तरह तानपुरा उन्होंने देता कहले साल आओ तुसी मैं मन बड़ा सी के जी मैं चाचा जी को जल्दी जल्दी को नवी नवी गल सीखांगा तो इस तरह ही उन्होंने क्या सा लाई जाओ सा सा बल्कि बहुत अच्छा रहा सा लाई जाओ बिल्कुल कैंटो कैंटो सा लाओ बस सा क्योंकि ताड़ा एक सा सही हो गया ना सारे सुर ठीक हो जाएंगे स्टेबिलिटी आएंगे हर सुर पे जी हां। तो रीजन इस करके तौर पे सवाल पूछा गया सी क्योंकि जड़े कई विच नए सिंगर भी देख रहे कई फ्रेश भी देख रहे ने तो उन्होंने दसिया जावे कि रियाज असल च इंज होंदा जब तक इस इना इना हर्डल्स चो नहीं निकलोगे तुसी अगे नहीं जा सकदे भावे जिड्डे वर्जी वड्डे खानदान दे हो दे एवरीबॉडी हैज टू गो थ्रू दिस दैट्स फॉर श्योर। लो जी पिंकी पारस ज्वाइन कर गए ने मेरे सिस्टर ने और की लिख रहे ने पिंकी पारस जी खान की पिंकी पारस ने लिखा के ऊपर नकी अली खान जी अस्सलाम वालेकुम वालेकुम सलाम मियां मरहार जी सुपर ऑसम मोनी जी पिंकी बहुत अच्छे लग रहे हो वैभव वैभव श्रीवास्तव एक रिक्वेस्ट सुना दे प्लीज सैया रूट गए मैं मनाती रही ये इन्हां दी रिक्वेस्ट है। नौशाद अली खान माशाल्लाह नसीर कुरैशी सुपर सुपर सोफा है सोफा ये बंदा सोफा देख रहे हैं पीछे नहीं नहीं सोफा तो नहीं पता नहीं की लिखना चाह रहे होगे आप दोबारा लिखना नासिर जी आप क्या लिखना चाह रहे हैं। रविंदर चीमा इज वाचिंग विभा श्रीवास्तव ने अपना हार्ट भेजा है शायद
ਤੁਸੀਂ ਸੁਣਾ ਦੋ ਤੇ ਸ਼ਾਇਦ ਬਈ ਇਹ ਹਾਰਟ ਮੇਰੇ ਲਈ ਹੈ ਕਿ ਉਸਤਾਦ ਜੀ ਕੇ ਲਈ ਹੈ ਇਹ ਵੀ ਬਤਾ ਦੋ ਅੱਜ ਸਭ ਨੱਕੀ ਅਲੀ ਜੀ ਨਹੀਂ ਜਾ ਰਹੇ ਨੇ ਹਾਰਟ ਹੂਟ ਸਭ ਉੱਧਰ ਨੂੰ ਜਾ ਰਹੇ ਨੇ ਥੈਂਕ ਯੂ ਐਂਡੀ ਤੁਸੀਂ ਇਹ ਦੱਸੋ ਕੈਨੇਡਾ ਤੁਸੀਂ ਕਦੋਂ ਆਏ ਕੈਨੇਡਾ ਜੀ ਤਕਰੀਬਨ ਕਾਫੀ ਸਾਲ ਹੋ ਗਏ ਨੇ 90s ਵਿੱਚ ਯੂ نو ਅੱਛਾ ਹਾਂ ਜੀ ਲੇਕਿਨ ਫਿਰ ਆਬਵੀਅਸਲੀ ਆਏ ਫਿਰ ਚਲੇ ਗਏ ਫਿਰ 5 ਸਾਲ ਆਊਟ ਦੈਨ ਕੇਮ ਬੈਕ ਦੈਨ 5 ਸਾਲ ਆਊਟ ਯੂ نو ਸੇ ਇਸ ਤਰ੍ਹਾਂ ਆਣਾ ਜਾਣਾ ਲੱਗਾ ਰਿਹਾ ਫਿਰ ਹੁਣ ਕੁਛ ਅਰਸੇ ਤੋਂ ਆਮੀ ਹੈ ਔਰ ਇਹ ਹੈ ਕਿ ਬਸ ਆਣਾ ਜਾਣਾ ਲੱਗਾ ਰਹਿੰਦਾ ਸਮਝ ਲਓ ਅੱਛੀ ਆ ਕਿਉਂਕਿ ਜੀ ਦੱਸੋ ਕੈਨੇਡਾ ਕਿਹੜੇ ਸ਼ਹਿਰ ਚੋ ਟੋਰਾਂਟੋ 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 ਦਾ ਇੱਕ ਸਬਰਬ ਹੈ ਮਿਸਿਸਾਗਾ ਓਕੇ ਤੇ ਉੱਥੇ ਤੁਸੀਂ ਕਲਾਸਾਂ ਵਗੈਰਾ ਵੀ ਦੇ ਰਹੇ ਹੋ ਸਿਖਾ ਵੀ ਰਹੇ ਹੋ ਮਿਊਜ਼ਿਕ ਅਕੈਡਮੀ ਹੈ ਮੇਰੀ ਔਰ ਮੈਂ ਨੱਕੀ ਖਾਨ ਮਿਊਜ਼ਿਕ ਅਕੈਡਮੀ ਵਾਓ ਵਾਓ That's good. So Canada ਦੇ ਲੋਕ ਬੱਚੇ ਬੜੇ ਖੁਸ਼ ਕਿਸਮਤ ਨੇ ਟੋਰਾਂਟੋ ਦੇ ਕੋਲ ਸਾਡੀ ਪੰਜਾਬ ਸਿੱਖ ਕਮਿਊਨਿਟੀ ਬਹੁਤ ਜ਼ਿਆਦਾ ਹੈ ਬਹੁਤ ਜ਼ਿਆਦਾ ਹੈ ਜੀ ਹਾਂ ਔਰ ਮੈਂ ਡੈਫੀਨਿਟਲੀ ਰეკਮੈਂਡ ਕਰਾਂਗੀ ਕਿ ਡੈਫੀਨਿਟਲੀ ਸਿੱਖਣ ਕਿਉਂਕਿ ਸਿੱਖਣ ਨਾਲ ਹੀ ਆਏਗਾ ਨਹੀਂ ਤਾਂ ਅਗਰ ਮੇਰੇ ਵਾਂਗੂ ਅਗਰ ਤੁਸੀਂ ਰਿਆਜ਼ ਅੱਧਾ ਛੱਡ ਕੇ ਭੱਜ ਗਏ ਤੇ ਫਿਰ ਹੋਸਟਿੰਗ ਕਰਨੀ ਪੈਣੀ ਹੈ ਸਿੰਗਿੰਗ ਨਹੀਂ ਕਰ ਸਕਦੇ ਇਹ ਵੀ ਬੜਾ ਅੱਛਾ ਕੰਮ ਹੈ ਮੈਂ ਤਨਕਾਲ ਵੀ ਦੱਸਿਆ ਸੀ ਕਿ ਲਤਾ ਜੀ ਨੂੰ ਕਿਸੇ ਨੇ ਪੁੱਛਿਆ ਸੀ ਕਿ ਜੀ ਤੁਸੀਂ ਗਾਣਾ ਲੈਣਾ ਹੁੰਦੇ ਤੇ ਕੀ ਹੁੰਦੇ ਤਾਂ ਕਹਿੰਦੀ ਜੀ ਮੈਂ ਰੱਬ ਕੋਲੋਂ ਪ੍ਰਾਰਥਨਾ ਕਰਦੀ ਕਿ ਜੀ ਮੈਨੂੰ ਅੱਛਾ ਗਾਣਾ ਸੁਣਨ ਦੀ ਸ਼ਕਤੀ ਦੇ ਸੇਵਾ ਕੀਤੀ ਹੈ ਸੋ ਉਹਨਾਂ ਨੇ ਰਿਸਪੈਕਟ ਸਿਖਾਈ ਹੈ ਤੇ ਕਿਵੇਂ ਗੱਲਬਾਤ ਕਰੀ ਦੀ ਔਰ ਸੁਣੀ ਦਾ ਕਿਵੇਂ ਸਭ ਤੋਂ ਪਹਿਲਾਂ ਤੇ ਸੁਣਨਾ ਸਿਖਾਇਆ ਮੈਂ ਵਾਕਿਆ ਤੁਹਾਨੂੰ ਦੱਸਣਾ ਕਿ ਬੰਬੇ ਚ ਪੰਡਿਤ ਰਵੀ ਸ਼ੰਕਰ ਜੀ ਸਿਤਾਰ ਵਜਾ ਰਹੇ ਸੀਗੇ ਤੇ ਉਹਨਾਂ ਨਾਲ ਤਿੰਨ ਤਬਲੇ ਵਾਲੇ ਸੀ ਜ਼ਾਕਿਰ ਬਾਈ ਸੀਗਾ ਚੱਕਰਵਰਤੀ ਸੀਗਾ ਤੇ ਇੱਕ ਹੋਰ ਥਰਡ ਮੈਨੂੰ ਉਹਦਾ ਨਾਂ ਚੇਤੇ ਨਹੀਂ ਆ ਰਿਹਾ ਤੇ ਜ਼ਾਕਿਰ ਬਾਈ ਨੇ ਜਦੋਂ ਤਬਲਾ ਵਜਾਇਆ ਤੇ ਉਹ ਆਪਣੇ ਗ੍ਰੀਨ ਰੂਮ ਚ ਆ ਗਏ ਤੇ ਮੈਂ ਉਹਨਾਂ ਦਾ ਤਬਲਾ ਦੂਜਾ ਚੱਕ ਕੇ ਨਾਲ ਉਹਨਾਂ ਦਾ ਗ੍ਰੀਨ ਰੂਮ ਚ ਆ ਗਿਆ ਛੋਟਾ ਜਿਹਾ ਸੀਗਾ ਮੇਰੀ ਉਮਰ ਸੀਗੀ ਮੇਰੇ ਕੋਲ 15 ਸਾਲ ਦਾ ਤੋਂ ਅੱਛਾ ਤੇ ਮੈਨੂੰ ਕਹਿੰਦੇ ਤੂੰ ਇੱਥੇ ਹੀ ਕਰ ਰਿਹਾ ਮੈਂ ਕਿਹਾ ਤੁਸੀਂ ਆ ਗਏ ਮੈਂ ਵੀ ਆ ਗਿਆ ਉਹ ਕਹਿੰਦਾ ਜਿਹੜੇ ਦੂਜੇ ਦੋ ਤਬਲੇ ਵਾਲੇ ਨੇ ਉਹਨਾਂ ਨੂੰ ਵੀ ਸੁਣ ਕਹਿੰਦਾ ਜੋ ਮੇਰੇ ਕੋਲ ਉਹ ਤੇ ਸਿਖਾ ਹੀ ਦਊਗਾ ਉਹਨਾਂ ਨੂੰ ਪਹਿਲਾਂ ਸੁਣਨਾ ਸਿੱਖ ਕਹਿੰਦਾ ਸੋ ਉਹਨਾਂ ਨੇ ਮੈਨੂੰ ਵਾਪਸ ਭੇਜਿਆ ਕਹਿੰਦੇ ਜਾ ਉਹਨਾਂ ਨੂੰ ਸੁਣ ਪਹਿਲਾਂ ਜਾ ਕੇ ਬਿਲਕੁਲ ਸਹੀ ਹੈ ਬਿਲਕੁਲ ਸਹੀ ਕਿਉਂਕਿ ਕੁਲਦੀਪ ਉਸਾਦ ਅੱਲਾ ਰੱਖਾ ਜੀ ਤੋਂ ਸਿੱਖਿਆ ਹੋਇਆ ਤੇ ਇਸ ਕਰਕੇ ਜੀ ਸਿੱਖਿਆ ਤੇ ਬੜੇ ਬੜੇ ਉਸਤਾਦਾਂ ਦੇ ਨਾਲ ਅਸੀਂ ਸਾਡੇ ਘਰੇ ਉਸਤਾਦ ਸਲਾਮਤ ਅਲੀ ਖਾਨ ਸਾਹਿਬ ਆ ਕੇ ਰਹੇ ਨੇ 2-3 ਮਹੀਨੇ ਤੇ ਉਹਨਾਂ ਦੇ ਸਾਰੇ ਮੁੰਡੇ ਤੇ ਉਹਨਾਂ ਦੇ ਥਰੂ ਵੀ ਬਹੁਤ ਆਰਟਿਸਟਾਂ ਨੂੰ ਮਿਲੇ ਔਰ ਫਿਰ ਇਹਨਾਂ ਦੇ ਫਾਦਰ ਸਾਹਿਬ ਜਿਹੜੇ ਗੁਲਾਮ ਅਲੀ ਖਾਨ ਸਾਹਿਬ ਦੇ ਸ਼ਾਗਿਰਦ ਨੇ ਜਿਹੜੇ ਪਾਕਿਸਤਾਨ ਦੇ ਨੇ ਤਾਰਿਕ ਖਾਨ ਸਾਹਿਬ ਛੋਟੇ ਗੁਲਾਮ ਅਲੀ ਖਾਨ ਸਾਹਿਬ ਫਿਰ ਤੇ ਤੁਸੀਂ ਸਾਡੇ ਘਰਾਣੇ ਦੇ ਹੋਏ ਨਾ ਤੁਹਾਡੇ ਘਰਾਣੇ ਦੇ ਹੋਏ ਕਿਉਂਕਿ ਉਸਤਾਦ ਜੀ ਗੁਲਾਮ ਅਲੀ ਖਾਨ ਸਾਹਿਬ ਵੱਡੇ ਗੁਲਾਮ ਅਲੀ ਖਾਨ ਸਾਹਿਬ ਦੇ ਸ਼ਾਗਿਰਦ ਹੈ ਬਿਲਕੁਲ ਤੇ ਹੋਰ ਮੈਂ ਕਿਉਂ ਕਹਿ ਰਹੀ ਸੀ ਕਿ ਇਹ ਘਰਾਣਾ ਸਾਡੇ ਦਿਲ ਦੇ ਬੜੇ ਕਰੀਬ ਹੈ ਜੀ ਇੱਕ ਹੋਰ ਬਹੁਤ ਵੱਡੇ ਸ਼ਖਸ ਨੇ ਇਜਾਜ਼ ਸ਼ੇਰ ਅਲੀ ਸਲਾਮ ਮੋਨੀ ਜੀ ਕੁਲਦੀਪ ਜੀ ਇਹ ਸੱਚੀ ਕਹਾਂ ਇਹ ਮੇਰੇ ਭਰਾ ਹੀ ਨੇ ਜੀ ਇਹ ਬਹੁਤ ਵੱਡੇ ਘਰਾਣੇ ਦੇ ਨੇ ਸਲਾਮ ਜੀ ਬਿਲਕੁਲ ਇਹਨਾਂ ਦਾ ਨਿਊ ਸੌਂਗ ਆਇਆ ਹੈਗਾ ਸਾਰੇ ਜਿਹੜੀ ਸਾਡੀ ਆਡੀਅੰਸ ਦੇਖ ਰਹੀ ਹੈ ਉਹਨੂੰ ਸ਼ੇਅਰ ਵੀ ਕਰਿਓ ਲਾਈਕ ਵੀ ਕਰਿਓ ਕਿਉਂਕਿ ਸਾਡਾ ਕੰਮ ਹੈ ਆਰਟਿਸਟ ਨੂੰ ਸਪੋਰਟ ਕਰਨਾ ਔਰ ਗੁੱਡ ਮਿਊਜ਼ਿਕ ਨੂੰ ਸਪੋਰਟ ਕਰਨਾ ਤੇ ਹੁਣ ਅਸੀਂ ਵਾਪਸ ਇੱਕ ਕਮੈਂਟ ਜ਼ਰੂਰ ਰੀਡ ਕਰਾਂਗਾ ਨੱਕੀ ਵਾਲੀ ਇੱਕ ਬੰਦੇ ਨੇ ਉਰਦੂ ਚ ਨਾਂ ਲਿਖਿਆ ਉਹ ਮੈਨੂੰ ਪੜ੍ਹਨਾ ਨਹੀਂ ਆਉਂਦਾ ਸੋਰੀ ਬ੍ਰਦਰ ਲੇਕਿਨ ਉਹਨਾਂ ਦਾ ਕਮੈਂਟ ਇੰਗਲਿਸ਼ ਚ ਉਹਨਾਂ ਦਾ ਕਮੈਂਟ ਲਿਖਿਆ ਨੱਕੀ ਵਾਲੀ ਖਾਂ ਸਾਬ ਕਮਾਲ ਦੇ ਸਿੰਗਰ ਹੈ ਗ੍ਰੈਂਡਸਨ ਆਫ ਉਸਤਾਦ ਬੜੇ ਗੁਲਾਮ ਅਲੀ ਖਾਂ ਏ ਲੈਜੈਂਡਰੀ ਉਸਤਾਦ ਕਿਆ ਕਹਿਣੇ ਯੂ ਬ੍ਰੌਟ ਏ ਵੈਰੀ ਵੈਰੀ ਹਾਈਲੀ ਰਿਸਪੈਕਟਿਡ ਸਿੰਗਰ ਆਫ ਬਿਗ ਕਸੂਰ ਪਟਿਆਲਾ ਘਰਾਨਾ ਥੈਂਕ ਯੂ ਜੀ ਸਾਡੇ ਧੰਨ ਭਾਗ ਨੇ ਵਾਕਈ ਕਿਉਂਕਿ ਅਸੀਂ ਇਸ ਘਰਾਨੇ ਦੇ ਨਾਲ ਇੰਨਾ ਕੁ ਜੁੜੇ ਹੋਏ ਆ ਕਿ ਇਹ ਸਾਡੀ ਫੈਮਿਲੀ ਦਾ ਹੀ ਘਰਾਨਾ ਹੈ ਕਿਉਂਕਿ ਮੇਰੇ ਫਾਦਰ ਸਾਹਿਬ ਇਸ ਘਰਾਨੇ ਦੇ ਸ਼ਾਗਿਰਦ ਨੇ ਸੌਰੀ ਅੱਜ ਇੱਕ ਹੋਰ ਬਹੁਤ ਵੱਡੇ ਕਵਾਲ ਘਰਾਨੇ ਦੇ ਸਿੰਗਰ ਜੁਨੇਦ ਸੁਲਤਾਨੀ ਜੁਨੇਦ ਸੁਲਤਾਨੀ ਜੀ ਆਦਾਬ ਕੈਸੇ ਆਪ ਸੋ ਸਰ ਅੱਜ ਸ਼ਾਇਦ ਕਿਸਮਤ ਸਾਰਿਆਂ ਦੀ ਚੰਗੀ ਕਿ ਵੱਡੇ ਸਿੰਗਰ ਹੀ ਸੁਣ ਰਹੇ ਨੇ ਕਿਉਂਕਿ ਅਸੀਂ ਵੱਡੇ ਗੁਲਾਮ ਨੇ ਖਾਨ ਸਾਹਿਬ ਦੀ ਦੁਨੀਆ ਇੰਨੀ ਕੁ ਦੀਵਾਨੀ ਹੈ ਮੁਰੀਦ ਆ ਅਸੀਂ ਇੰਨੀ ਕੁ ਦੀਵਾਨੀ ਹੈ ਕਿ ਉਹ ਮਿਊਜ਼ਿਕ ਦਾ ਇੱਕ ਵੱਖਰਾ ਇੱਕ ਰੁੱਖ ਲੈ ਗਏ ਸੀ ਇੱਕ ਕਿ ਕਲਾਸੀਕਲ ਬੋਰਿੰਗ ਨਹੀਂ ਹੈ ਕਲਾਸੀਕਲ ਦੇ ਵਿੱਚ ਰੂਹਦਾਰੀ ਹੈ ਕਲਾਸੀਕਲ ਦੇ ਵਿੱਚ ਅਗਰ ਤੁਸੀਂ ਆਪਣੀ ਸੋਲ ਪਾ ਦਵੋ ਤੇ ਉਹ ਰੋਮਾਂਟਿਕ ਹੈ ਸੋ ਜਿਹੜੀ ਚੀਜ਼ ਦਿਲ ਨੂੰ ਅੱਛੀ ਲੱਗੇ ਨਾ ਫਿਰ ਇਨਸਾਨ ਹੋਰ ਮਜ਼ਾ ਲੈ ਕੇ ਸੁਣਦਾ ਐਸਾ ਹੀ ਉਹਨਾਂ ਨੇ ਇੱਕ ਮਿਊਜ਼ਿਕ ਨੂੰ ਇੱਕ ਵੱਖਰਾ ਰੰਗ ਦਿੱਤਾ ਸੀ ਮੈਨੂੰ ਯਾਦ ਹੈ ਕਿ ਜਦੋਂ ਅਸੀਂ
ਪੁਰਾਣੀਆਂ ਗੱਲਾਂ ਸੁਣਿਆ ਕਰਦੇ ਸੀ ਤਾਨਸੇਨ ਟਾਈਪ ਦੀਆਂ, ਤੇ ਜੋ ਕਹਿੰਦੇ ਸੀ ਗਾ ਕੇ ਦੀਵੇ ਬੁਝਾ ਦਿੰਦੇ ਹੁੰਦੇ ਸੀ ਜਾਂ ਜਗਾ ਦਿੰਦੇ ਹੁੰਦੇ ਸੀ। ਸੋ ਇਮੇਜਿਨ ਕਿ ਕਿੰਨੀ ਕੁ ਯੂ ਨੋ ਪਾਵਰ ਹੁੰਦੀ ਹੋਈ ਉਹਨਾਂ ਦੇ ਗਾਇਕੀ ਦੇ ਵਿੱਚ। ਤੇ ਆਈ ਐਮ ਸੋ 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 ਲੱਕੀ ਅਗੇਨ ਕਿ ਉਹਨਾਂ ਦਾ ਘਰਾਣੇ ਦਾ ਇੱਕ ਅੰਸ਼ ਸਾਡੇ ਨਾਲ ਜੁੜਿਆ, ਕਿਉਂਕਿ ਸੇਮ ਘਰਾਣਾ, ਕਿਉਂਕਿ ਅਸੀਂ ਉਸੇ ਘਰਾਣੇ ਦੇ ਸ਼ਾਗਿਰਦਾਂ ਦੇ ਅੱਗੋਂ ਔਲਾਦ ਹਾਂ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਜਿਵੇਂ ਇਹਨੇ ਦੱਸਿਆ ਨਾ ਕਿ ਗਾਓ ਤੇ ਦੀਵੇ ਜਲ ਜਾਂਦੇ ਸੀ, ਬੁਝ ਜਾਂਦੇ ਸੀ, ਤੇ ਸਾਡੇ ਇੱਕ ਉਸਤਾਦ ਸੀ ਤਾਨ ਮੋਹਨ ਖਾਨ ਸਾਹਿਬ, ਉਹਨਾਂ ਦਾ ਅੱਜ ਦੂਜੀ ਵਾਰੀ ਨਾਂ ਲਿਆ ਜਾ ਰਿਹਾ। ਤੇ ਉਹ ਕਲਾਸ 'ਚ ਬੈਠੇ ਸੀ ਤੇ ਇੱਕ ਉਹਨਾਂ ਦਾ ਸ਼ਾਗਿਰਦ ਸੀ, ਸੋਰੀ ਤਦੋਂ ਬੱਚੇ ਸੀਗੇ, ਤੇ ਉਹ ਸ਼ਾਗਿਰਦ ਦਾ ਰੰਗ ਬੜਾ ਨਾ ਡਾਰਕ ਜਿਹਾ ਸੀਗਾ, ਕਾਲਾ ਜਿਹਾ ਸੀਗਾ। ਤੇ ਉਹਨੂੰ ਉਸਤਾਦ ਜੀ ਕਹਿੰਦੇ ਤੂੰ ਰਾਗ ਦੀਪਕ ਸੁਣਾ, ਤੇ ਉਹਨੇ ਵਿਚਾਰੇ ਨੇ ਜਿਵੇਂ ਸੁਰਾਂ ਸਾਰਾਂ ਲਾਈਆਂ ਸੁਣਾਇਆ, ਕਹਿੰਦੇ ਮਜ਼ਾ ਨਹੀਂ ਆਇਆ। ਮੈਂ ਕਿਹਾ ਸਰ ਤੁਹਾਨੂੰ ਮਜ਼ਾ ਨਹੀਂ ਆਇਆ, ਵਿਚਾਰਾ ਸੇਕ ਨਾਲ ਕਾਲਾ ਹੋ ਗਿਆ। ਛੋਟੇ ਮੋਟੇ ਵਾਕਿਆ ਠੀਕ ਹੈ, ਕਿਉਂਕਿ ਆਰਟਿਸਟ ਪਬਲਿਕ ਦਾ ਹੈ ਨਾ, ਪਬਲਿਕ ਪ੍ਰਾਪਰਟੀ। ਅੱਛਾ ਹੁਣ ਮੈਨੂੰ ਇਹ ਦੱਸੋ ਕਿ ਤੁਸੀਂ ਵਾਪਸ ਆਪਾਂ ਵਾਪਸ ਮੁੱਦੇ ਤੇ ਆਨੇ, ਆਪਣੀ ਫਰਸਟ ਐਵਰ ਐਲਬਮ ਜਾਂ ਕੋਈ, ਅੱਜ ਕੱਲ੍ਹ ਤੇ ਸੋਲੋ ਚੱਲਣ ਲੱਗ ਪਏ ਨੇ, ਇੱਕ ਇੱਕ ਗਾਣਾ ਕੱਢਦੇ ਆ, ਤੇ ਇਸ ਤਰ੍ਹਾਂ ਦਾ ਪਹਿਲੀ ਕੋਈ ਅਗਰ ਸੋਲੋ ਕੀਤੀ ਹੋਵੇ ਤੁਸੀਂ ਜਦੋਂ ਵੱਡੇ ਹੋ ਗਏ, ਜਦੋਂ ਪੂਰੀ ਹੋਸ਼ ਹਵਾਸ ਆ ਗਈ। ਹਾਂਜੀ, ਮੈਂ ਦੱਸਣਾ ਵਾ, ਅਖਤਰ ਹੁਸੈਨ ਅੱਖੀਆਂ ਇੱਕ ਮਿਊਜ਼ਿਕ ਡਾਇਰੈਕਟਰ ਸਨ ਲਾਹੌਰ ਵਿੱਚ, ਬਹੁਤ ਅੱਛੇ। ਉਹਨਾਂ ਨਾਲ ਮੈਂ ਇੱਕ ਐਲਬਮ ਸਭ ਤੋਂ ਪਹਿਲੇ ਆਪਣਾ ਉਹਨਾਂ ਨਾਲ ਕੀਤਾ ਸੀ। ਉਹ ਬੜੇ ਸਟ੍ਰਿਕਟ ਮਿਊਜ਼ਿਕ ਡਾਇਰੈਕਟਰ ਸਨ, ਉਹ ਸਾਡੇ ਬਜ਼ੁਰਗਾਂ ਦੇ ਬੜੇ ਚਾਹਣ ਵਾਲੇ ਸਨ, ਓਬਵੀਅਸਲੀ ਸ਼ਾਇਦ ਬਰਕਤ ਅਲੀ ਖਾਨ ਸਾਹਿਬ ਦੇ ਸ਼ਾਗਿਰਦ ਸਨ। ਤਾਂ ਉਹ ਉਹਨਾਂ ਦੀਆਂ ਗੱਲਾਂ ਬੜੀਆਂ ਮਜ਼ੇਦਾਰ ਹੁੰਦੀਆਂ ਸਨ, ਐਂਡ ਹੀ ਵਾਜ਼ ਵੈਰੀ ਸਟ੍ਰੇਟ ਫਾਰਵਰਡ। ਕਿ ਉਹ ਮੈਡਮ ਨੂਰ ਜਾਨ ਉਹਨਾਂ ਨੇ ਬਹੁਤ ਗਵਾਇਆ ਫਿਲਮਾਂ ਦੇ ਵਿੱਚ, ਇਕੱਲੀ ਇਕੱਲੀ ਜਾਨ, ਦੁੱਖ ਲੱਖ ਤੇ ਕਰੋੜਵੇ, ਫਿਰ ਉਹ ਮੈਡਮ ਜੀ ਨੇ ਉਹਨਾਂ ਦਾ ਉਹ ਗਾਇਆ ਹੋਕਾ ਮੈਂ ਦੇਵਾਂ ਗਲੀ ਗਲੀ, ਮੈਂ ਤੁਹਾਨੂੰ ਸੁਣਾਵਾਂਗਾ ਥੋੜ੍ਹਾ ਜਿਹਾ। ਤੇ ਉਹ ਉਹਨਾਂ ਨਾਲ ਮੈਂ ਜਦੋਂ ਟੀਵੀ ਤੇ ਗਾਇਆ ਤੇ ਉਹਨਾਂ ਨੂੰ ਮੇਰਾ ਗਾਣਾ ਬੜਾ ਅੱਛਾ ਲੱਗਦਾ ਸੀ, ਉਹਨਾਂ ਨੇ ਫਿਰ ਮੈਨੂੰ ਉੱਥੇ ਗਵਾਇਆ। ਉਹਨਾਂ ਦੇ ਨਾਲ ਕੰਮ ਕਰਕੇ ਤੇ ਫਿਰ ਬੜਾ ਅੱਛਾ ਵੀ ਲੱਗਾ, ਉਹਨਾਂ ਨੇ ਕਾਫੀ ਚੀਜ਼ਾਂ ਦੱਸੀਆਂ ਵੀ ਕਿ ਜੀ ਗਾਣੇ ਨੂੰ ਇਸ ਤਰ੍ਹਾਂ ਬੋਲ ਨੂੰ ਕਹੋ, ਇਸ ਤਰ੍ਹਾਂ ਕਹੋ, ਇਸ ਤਰ੍ਹਾਂ ਕਹੋ। ਤੇ ਜੀ ਹਾਂ, ਉਹ ਫਿਰ ਉਹਨਾਂ ਨਾਲ ਇਹ ਹੋਇਆ ਕਿ ਐਲਬਮ ਮੈਂ ਕੀਤਾ ਤੇ ਬਹੁਤ ਅੱਛਾ ਗਿਆ ਮੇਰਾ ਐਲਬਮ। ਉਹਨਾਂ ਨੇ ਗਜ਼ਲਾਂ ਮੈਨ ਕਰਾਈਆਂ, ਕੁਛ ਥੋੜ੍ਹਾ ਸਾ ਪੋਪ ਮਿਊਜ਼ਿਕ ਵੀ ਸੀ, ਉਹ ਵੀ ਕਰਾਇਆ। ਤੂੰ ਸਪਨੋ ਮੈਂ ਆ ਮੇਰੀ ਪਹਿਲੀ ਐਲਬਮ ਸੀ, ਔਰ ਉਹਦੇ ਬਾਅਦ ਫਿਰ ਮੈਂ ਦੋ ਤਿੰਨ ਹੋਰ ਕੀਤੀਆਂ ਐਲਬਮਸ। ਫਿਰ ਸਾਡੇ ਇੱਕ ਸੋਜ਼ੋ ਸਲਾਮ, ਇੱਕ ਰਿਲੀਜੀਅਸ ਹੁੰਦਾ ਹੈ ਸਿਲਸਿਲਾ, ਉਹ ਵੀ ਮੈਂ ਐਲਬਮ ਕੀਤਾ ਆਪਣਾ, ਔਰ ਫਿਰ ਕੁਛ ਫਿਲਮੀ ਗਾਣੇ ਵੀ ਕੀਤੇ ਰੀਮਿਕਸਿਸ। ਫਿਰ ਇੱਕ ਬੜੇ ਗੁਲਾਮ ਅਲੀ ਖਾਨ ਸਾਹਿਬ ਦੀਆਂ, ਬਲਕਿ ਦੋ ਠੁਮਰੀਆਂ ਸਨ, ਉਹ ਰੀਮਿਕਸ ਕੀਤੀਆਂ, ਇੱਕ ਆਇਨਾ ਬਾਲਮ ਕਾ ਕਰੂ ਸਜਨੀ, ਔਰ ਇੱਕ ਯਾਦ ਪਿਆ ਕੀ ਆਏ। ਉਹ ਤੇ ਬਸ ਇਟਸ ਸਫਰ ਇਸ ਕੰਟੀਨਿਊ, ਦੇਰ ਇਜ਼ ਆਲਵੇਸ ਸਕਾਈ ਇਜ਼ ਦਾ ਲਿਮਿਟ, ਯੂ ਨੋ। ਬਿਲਕੁਲ, ਔਰ ਯਾਦ ਪਿਆ ਕੀ ਆਏ ਵਨ ਆਫ ਮਾਈ ਫੇਵਰਿਟ ਆਲ ਟਾਈਮ ਫੇਵਰਿਟ ਹੈ। ਸੋ ਕਿਉਂ ਨਾ ਜਿਹੜਾ ਸਿਲਸ ਗਾਣੇ ਤੁਸੀਂ ਦੱਸੇ ਨੇ, ਮੈਂ ਰੋਮਾਂਟਿਕ ਆਇਆ, ਮੈਂ ਉਹਨਾਂ ਦੇ ਥੋੜੀ ਥੋੜੀ ਚਲਕੀਆਂ ਹੋ ਚਲਕੀਆਂ ਵੀ ਦੇਣੀਆਂ। ਦੱਸੋ ਕਿ ਪਹਿਲੀ ਐਲਬਮ ਦਾ ਇੱਕ ਗਾਣਾ ਗਾ ਕੇ। ਅੱਛਾ ਚਾਰ ਜੀ ਦੇਖ ਰਹੇ ਨੇ, ਔਸਮ, ਥੈਂਕ ਯੂ ਨਸੀਰ ਕੁਰੇਸ਼ੀ ਜੀ। ਇੱਕ ਗਜ਼ਲ ਸੀ ਉਹਨਾਂ ਨੇ ਕਰਵਾਈ ਮੈਨੂੰ, ਕਤੀਲ ਸ਼ਿਫਾਈ ਸਾਹਿਬ ਦੀ। ਮਿਲ ਕਰ ਜੁਦਾ ਹੋਵੇ ਤੋ ਨਾ ਸੋਇਆ ਕਰੇਂਗੇ ਹਮ, ਮਿਲ ਕਰ ਜੁਦਾ ਹੋਵੇ ਤੋ ਨਾ ਸੋਇਆ ਕਰੇਂਗੇ ਹਮ, ਇੱਕ ਦੂਸਰੇ ਕੀ ਯਾਦ ਮੈਂ ਰੋਇਆ
करेंगे हम मिलकर जुदा हुए तो न सोया करेंगे हम। अच्छा हुण बूथ दे विच सामने ते क्लोक है ना ਉਹ ਮੈਂ ਦੱਸਦੇ ਸਨ ਕਿ ਹੁਣ ਸੋਇਆ ਦਾ ਐਕਸਪ੍ਰੈਸ਼ਨ ਆਇਆ ਤੇ ਤੁਸੀਂ ਅੱਜ ਇੰਜ ਮਨਾਤ ਕਰਕੇ ਉਹਨਾਂ ਨੇ ਕਹਿਣਾ ਐਸ ਨਾ ਗੋ ਤੋ ਨਾ ਸੋਇਆ ਮਿਊਜ਼ਿਕ ਦੀ ਐਕਸਪ੍ਰੈਸ਼ਨ ਲੈਂਗੁਏਜ ਹੈ। ਹਾਂਜੀ ਤੇ ਉੱਥੇ ਤੁਸੀਂ ਰੁਕਣਾ ਹੈ ਇਸ ਲਫ਼ਜ਼ ਨੂੰ ਇਸ ਤਰ੍ਹਾਂ ਕਹਿਣਾ ਹੈ ਇਹਨੂੰ ਇਸ ਤਰ੍ਹਾਂ ਕਹਿਣਾ ਤੇ ਦੇਖੋ ਤੁਸੀਂ ਮਿਲਕਰ ਜੁਦਾ ਹੋਵੇ ਤੋ ਨਾ ਸੋਇਆ ਇੱਕ ਦੂਸਰੇ ਕੇ ਯਾਰ ਰੋਇਆ ਕਰੇਂਗੇ ਹਮ ਮਿਲਕਰ ਜਬ ਦੂਰੀਆਂ ਕੇ ਯਾਦ ਦਿਲਾਂ ਕੋ ਜਲਾਏਗੀ ਜਿਸਮੋ ਹੋ ਚਾਂਦਨੀ ਮੈਂ ਵੀ ਰੋਇਆ ਕਰੇਂਗੇ ਜਿਸਮੋ ਹੋ ਚਾਂਦਨੀ ਮੈਂ ਵੀ ਰੋਇਆ ਕਰੇਂਗੇ ਹਮ ਇੱਕ ਦੂਸਰੇ ਕੀ ਯਾਦ ਰੋਇਆ ਕਰੇਂਗੇ ਹਮ ਜੁਦਾ ਤੋ ਨਾ ਸੋਇਆ ਕਰੇਂਗੇ ਹਮ। ਫਿਰ ਇੱਕ ਇਹ ਗਾਣਾ ਮੈਂ ਕੀਤਾ ਜੁਨੇਦ ਸੁਲਤਾਨੀ ਜੀ ਲਿਖ ਰਹੇ ਨੇ ਮਾਈ ਫੇਵਰੇਟ ਸ਼ੋ ਔਰ ਆਪ ਲੋਕ ਨਗੀਨੇ ਚੁਣ ਚੁਣ ਕੇ ਲਾਤੇ ਹੈ। ਥੈਂਕ ਯੂ ਜੁਨੇਦ ਭਾਈ ਰੁਪਿੰਦਰ ਪੈਂਚ ਕਾਲ ਕਰਾਂਗੀ ਮੈਂ। ਜੋਵਨ ਸਾਹਿਬ ਲਿਖ ਰਹੇ ਖਾਨ ਸਾਹਿਬ ਯੂ ਸਿੰਗ ਲਾਈਕ ਬੜੇ ਗੁਲਾਮ ਅਲੀ ਖਾਨ ਸਾਹਿਬ ਜ਼ਫਰ ਨੁਮਾਨ ਜ਼ਫਰ ਵਾਹ ਵਾਟ ਏ ਬ੍ਰਿਲੀਅੰਟ ਸ਼ੋ ਉਸਤਾਦ ਨੱਕੀ ਅਲੀ ਖਾਨ ਸਾਹਿਬ ਏ ਗ੍ਰੇਟ ਐਂਡ ਮਾਰਵਲਸ ਵਰਸਟਾਈਲ ਸਿੰਗਰ ਐਂਡ ਅਮੇਜ਼ਿੰਗ ਸੋਲ। ਥੈਂਕ ਯੂ ਯਾਦ ਪਿਆ ਕੀ ਆਏ ਯਾਦ ਪਿਆ ਕੀ ਆਏ ਯੇ ਦੁੱਖ ਸਾ ਜਾਏ ਹੈ ਰਾਮ ਯਾਦ ਪਿਆ ਕੀ ਆਏ ਓ ਯਾਦ ਪਿਆ ਕੀ ਆਏ ਰਾਮ ਯਾਦ ਪਿਆ ਅਗਰ ਕਿਆ ਆ ਯਾਦ ਪਿਆ ਕਿਆ ਯੇ ਦੁੱਖ ਸਾ ਜਾਏ ਹੈ ਰਾਮ ਯਾਦ ਪਿਆ ਕਿਆ ਬਾਲੀ ਉਬਰਿਆ ਸੁਰ ਦੇ ਸਜਿਆ ਬਾਤੀ ਉਮਰਿਆ ਸੁਣ ਗਏ ਸਜਰੀਆ ਜੋ ਬਨ ਵੀ ਤੋ ਧਰੇ ਹੈ
याद पिया किया ये दुख सान जाए ये दुख सान आए याद पिया किया सरपत बीत मोरे सरपत बीत मोरे उन बिन रतिया आए न आए नो तरपत बीत मोरे तरपत बीत मोरे उन बन रतिया करूं सजनी रोत रोवत कलना लिसन मोहे बेरा सतावेया आवते याद आवते जबूल के बतिया आए न बालू का करो सदी आए न नुमान जफर ने लिखा सुभान अल्लाह वेरी वेल संग आए ना बालम वाह वाह नो वन सैंग लाइक दिस बिफोर ट्रू रिप्रेजेंटेशन ऑफ बड़े गुलाम अली खान साहब एक सेकंड लिए मैंने सर लगया कि तुसी लिप सिंगिंग कर रहे हो आवाज पिछो आ रही है फोटो मैंने लगया तस्वीर जो आ रही है तुसी आगे सिर्फ लिप सिंगिंग कर रहे हो एक्चुअली वेरी एफर्टलेस सिंगिंग है तुम्हारी मतलब जड़ा हाई नोट्स ने बहुत एफर्टलेस लगा रहे हो दैट्स गुड दैट्स कमेंडेबल
पटियाले घराने दी कसूर पटियाले घराने दी सब तो बड़ी करैक्टरिस्टिक से भी है गायकी दी गांदे आ मुंह ना बिगड़े बंदे दा और आकार दा गाना जितना तुसी सुन रहे हो साडे घराने दी खासियत सब तो बड़ी कि आच रवे जो चीज आ बिल्कुल समझदे हो बाकी घरानियां दा नालो ए सानू वख कर दी एक चीज कि साडा तुसी जो भी सुनो जे आ आ आकार आवाज रहे बिल्कुल बिल्कुल और मैं बड़ी खुशकिस्मत भी हाँ कि साढ़े खानदान च इस तरह के भी लोग है जी इस गायकी हाले भी संभाल के रखे ऑफकोर्स यू आर वन ऑफ दैम एंड ऑलसो मेरे ब्रदर जिथे ब्याहे ने बोदला खानदान के उन्होंने एक यंग बच्चा बहुत अच्छा कमाल की गायकी गा रहा और मैं इदा ही लगता है कि वाकई इस कसूर पटियाले घराने का ही है बच्चा वो मैं हम नाम ओदा कढ़ने की कोशिश कर रही हूँ क्योंकि सतिंदर सिंह बोदल क्लासिकल तो उन्होंने मैं ये टच बहुत नजर आता है क्योंकि आदि गायकी बहुत टफ है क्योंकि तो आकार अपना बना के रखना है थ्रू आउट सो वह कई बार डिफिकल्ट भी होंगे कि अगर तेरे को क्योंकि जो तुम आकार बनाने ना तो गला भी थक जाता है तो वह वास्ते कमेंडेबल जॉब है जी क्योंकि छोटे दादा उस्ताद बरकत अली खान साहब बड़े खान साहब को सिखिया लता जी भी इससे कराने फॉलो करते ने इस तरह खान साहब नूं सुनदे सन और इहदे बाद उन्हां ने खान साहब जी दे शागिर्द सन एक तुलसी दास उन्हां कोलों गंडा बन शागिर्दी कराई सी कीती सी उन्हां दी और वो भी इस घराने नूं फॉलो करदे फिर मैडम नूर जहां वो भी इसे घराने नूं फॉलो करदे ने वो भी गंडा बन शागिर्द सन गुलाम अली साडे गजल गायक ने जिहड़े वो भी ताडे अपने बहुत ही प्यारे मेरे नाल बहुत प्यार करदे ने गुलाम अली जी और अक्सर इत्थे आंदे ने ते मेरे नाल बड़ी उन्हां दी मुलाकात हुंदी है ते मेरे कोल स्टे भी उन्होंने दो तीन बार किया ते इस तरह जिते और इहदे अलावा जिन्ने भी होर लोग गा रहे ने आकार दी जिन्हां दी गायकी नूं साडे बुजुर्गां दे ही या साडे घराने कोलों उन्होंने सिखिया या दिस इज वन ऑफ द मेन करैक्टरिस्टिक्स लाइक आई सैड ते इस वास्ते एक उन्होंने इस चीज़ नूं सुथरा करके अच्छे करके तरीके नाल गाया ताकि म्यूजिक अच्छा और सुथरा होवे गाना हाँ जी और मैं पिछे जे इंटरव्यू भी देखा सी आशा जी दा ते उन्हें एक सिंगर बहुत अच्छा गा रही सी अगो ने कहा कि बेटा आ से गाया करो हाँ, आ। कि तुम्हारा मुंह एक तो पहली बात तो तुम मुंह बंद रखती हो तो मैं जो देखिया सी ते मैं क्या वाह जी आशा जी बड़ी बरीकी है ऑफ कोर्स दे आर लेजेंड इन आवर कंट्री पूरी दुनिया प्यार करती है उन्होंने आशा जी लता जी नु ते आदि गायकी बड़ा टफ है जी हर बंदे का बस का काम नहीं है जेड़ा सुरीला वही कर सकता जी सो एक दो कमेंट और पढ़ दिए नौशाद अली खान लिख रहे नक्की साहब बहुत खूब दिल खुश हो गया ते वैभव श्रीवास्तव लिख रहे ने आज तो मोनी जी कुलदीप जी कमाल का लाइव सेशन हमने गुलाम अली साहब को इस तरह लाइव कभी नहीं सुना बट लग रहा है गुलाम अली साहब की परछाई है जी थैंक यू मतलब गुलाम अली बड़े गुलाम अली खान साहब तुसी शैडो सुभान सुल्तानी लिख रहे ने आदाब ए भी बहुत कमाल दे सिंगर ने और नुमान जफर एक फरमाइश है पॉसिबल बागों में परे झूले बरकत अली खान साहब इरशाद साबरी जी ये भी बहुत बड़े कराने दे इरशाद तुम सो गए लगते थे कहाँ पर थे इरशाद भाई वो भी वाह लिख रहे ने जगपाल कौर लिख रही पिंकी बहुत खूब है इरशाद साहब लिख रहे सलाम अर्ज है सबको तुम सलाम भेज रहे अच्छा वालेकुम अस्सलाम ए अजमेर शरीफ जड़ी इंडिया दरगाह है ए अच्छा। उठे दे कवाल फैमिलियां चने मुंडे अच्छा 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 जी अच्छा साबरी ब्रदर्स बड़ा बड़ा कराना जी
ਸਲਾਮ ਜੀ ਮੇਰਾ ਵੀ ਉਹਨਾਂ ਨੂੰ, ਔਰ ਜਾਣ ਉੱਥੇ ਤੇ ਸਾਡਾ ਸਲਾਮ ਵੀ ਦੇਣ ਦਰਗਾਹ। ਬਿਲਕੁਲ ਬਿਲਕੁਲ ਬਿਲਕੁਲ। ਲਓ ਜੀ ਹੁਣ ਮੈਨੂੰ ਇਹ ਦੱਸੋ ਕਿ ਅਗਰ ਤੁਸੀਂ ਆਪਣੇ ਫ੍ਰੀ ਟਾਈਮ ਦੇ ਵਿੱਚ ਹੁੰਦੇ ਹੋ ਤੁਸੀਂ ਕੀ ਗੁਣਗੁਣਾਉਂਦੇ ਹੋ ਜਾਂ ਕੀ ਗਾਉਣਾ ਪਸੰਦ ਕਰਦੇ ਹੋ? ਲਾਈਟ 뮤직 ਗਾਉਂਦੇ ਹੋ? ਲਾਈਟ 뮤직 ਬਿਲਕੁਲ ਗਾਣੇ ਅਸੀਂ, ਮੈਂ ਬਲਕਿ ਕਲਾਸੀਕਲ ਦੇ ਨਾਲ ਲਾਈਟਲੀ 뮤직 ਆਈ ਡੂ ਗਜ਼ਲਸ ਗੀਤ ਫਿਊਜ਼ਨ ਦਾ ਮੈਨੂੰ ਬਹੁਤ ਸ਼ੌਕ ਹੈ ਐਂਡ ਆਈ ਹੈਵ ਡਨ ਇਟ ਔਰ ਸੂਫੀ 뮤직 ਆਬਵੀਅਸਲੀ। ਵੈਸੇ ਦੇਖਿਆ ਜਾਏ ਨਾ ਤਾਂ ਸੂਫੀ 뮤직 ਮਿਊਜ਼ਿਕ ਵਾਸ ਆਲਵੇਜ਼ ਅ ਸੂਫੀ 뮤직, ਯੂ ਨੋ ਵਾਟ ਆਈ ਮੀਨ, ਇੱਥੇ ਹੈ ਹੀ ਸੂਫੀ ਕੰਮ ਹੀ ਸੂਫੀਆਂ ਦਾ ਸਮੇਂ ਤੋਂ ਬਹੁਤ ਸਾਰੀ ਟ੍ਰੈਡੀਸ਼ਨਲ ਹਾਂ ਬੰਦਿਸ਼ਾਂ ਜਿਹੜੀਆਂ ਤੁਸੀਂ ਦੇਖੋ 뮤직 ਦੀਆਂ ਇਹ ਕਾਫੀ ਡਿਵੋਸ਼ਨਲ ਸੂਫੀ ਸਟਾਈਲ ਹੈ ਸਭ ਅੱਜ, ਕਿਉਂਕਿ ਜ਼ਰਾ ਉਸ ਪੋਇਟਰੀ ਨੂੰ ਕਿਉਂਕਿ ਲੈ ਆਉਂਦਾ ਹੈ ਉਸ ਕਲਾਮ ਨੂੰ ਤੇ ਉਹ ਦੇ ਕਾਲ ਇਟ ਅ ਸੂਫੀ 뮤직 ਦੇ ਮੇਡ, ਬਟ 뮤직 ਵਾਸ ਆਲਵੇਜ਼ ਅ ਸੂਫੀ ਥਿੰਗ। ਜੀ ਆਈ ਮੀਨ ਦਿਸ ਇਜ਼ ਜਸਟ ਅ ਅਮੈਂਡਮੈਂਟ ਦੇ ਮੇਡ ਇਟ ਕਿ ਜੀ ਸੂਫੀ 뮤직, 뮤직 ਵਾਸ ਆਲਵੇਜ਼ ਅ ਸੂਫੀ 뮤직, ਜਦ ਤੱਕ ਤੁਹਾਡਾ ਮਨ ਸੱਚਾ ਨਾ ਹੋਵੇ ਤੁਸੀਂ ਗਾ ਨਹੀਂ ਸਕਦੇ। ਗਾ ਨਹੀਂ ਸਕਦੇ, ਇਹ ਤਾਂ ਗੱਲ ਸਹੀ, ਬਹੁਤ ਵੱਡੀ ਗੱਲ, ਡੁੱਬਣਾ ਪੈਂਦਾ ਵਿੱਚ। ਹਾਂਜੀ ਔਰ ਨਾਟ ਓਨਲੀ ਕਿਉਂਕਿ ਮਨ ਦੇ ਸੱਚੇ ਉਹਨਾਂ ਲਈ ਹੁੰਦੇ ਕਿ ਬੰਦਾ ਆਰਟਿਸਟ ਲੋਕ ਕਦੀ ਜ਼ਾਲਮ ਨਹੀਂ ਹੁੰਦੇ, ਕਿਸੇ ਨਾਲ ਬੁਰਾ ਨਹੀਂ ਕਰਦੇ, ਸੱਚ ਬੋਲਦੇ ਨੇ ਔਰ ਇਮਾਨਦਾਰ ਬਹੁਤ ਜ਼ਰੂਰੀ ਹੋਣਾ ਔਰ ਇਮਾਨਦਾਰ ਹੁੰਦੇ ਨੇ ਤਾਂ ਹੀ ਉਹ ਤੇ ਫਿਰ ਰੱਬ ਦਿਲ ਵਿੱਚ ਵੱਸਦਾ ਹੈ ਤੇ ਫਿਰ ਨਹੀਂ ਸੱਚੇ ਸੁਰ ਲੱਗਦੇ ਨਾ, ਸੱਚੇ ਸਰ ਇਮਾਨਦਾਰੀ ਨਾਲ ਲਾਉਂਦੇ ਨੇ। ਯੂ ਹੈਵ ਟੂ ਬੀ, ਹਾਂਜੀ ਔਰ ਜਿੰਨਾ ਆਰਟਿਸਟ ਸੈਂਸਿਟਿਵ ਹੋਏਗਾ ਜਿੰਨਾ ਅੱਛਾ ਹੋਏਗਾ ਉਹਨਾਂ ਦਾ ਗਾਣਾ ਵੀ ਅੱਛਾ ਹੋਏਗਾ। ਹੁਣ ਤੁਸੀਂ ਭਟਕਾ ਰਹੇ ਹੋ ਦੇਖ ਲਓ ਸਾਨੂੰ ਸਾਰਿਆਂ ਨੂੰ, ਮੈਂ ਪੁੱਛਿਆ ਸੀ ਤੁਸੀਂ ਕੀ ਗਾਉਂਦੇ ਹੋ ਵੈਨ ਯੂ ਆਰ ਅਲੋਨ, ਕੀ ਚਾਲ ਕੀ ਚੀਜ਼ ਜ਼ਰੂਰ ਗਾਉਂਦੇ ਹੋ? ਹਾਂ ਹਾਂਜੀ ਉਹ ਮੈਂ ਦੱਸਣਾ ਵਾ, ਮੈਂ ਜ਼ਿਆਦਾਤਰ ਫਿਰ ਬਸ ਜੋ ਮਨ ਨੂੰ ਅੱਛਾ ਲੱਗ ਜਾਏ, ਬਾਅਦ ਵਕਤ ਮੈਨੂੰ ਚੁੰਮਰੀਆਂ ਅੱਛੀਆਂ ਲੱਗਦੀਆਂ ਉਹ ਗਾ ਲੈਂਦੇ ਹਾਂ, ਕੋਈ ਜਿਹੜੀ ਚੀਜ਼ ਦੇ ਜਾਂ ਟਾਈਮ ਹੈ ਐਸਾ ਜਾਂ ਮੌਸਮ ਐਸਾ ਹੈ, ਸੋ ਆਈ ਗੋ ਅਕੋਰਡਿੰਗਲੀ ਯੂ ਨੋ। ਸੋ ਜੋ ਦਿਲ ਆਉਂਦਾ ਉਹ, ਕਦੀ ਕਦੀ ਰਾਗ ਸੋਹਣੀ ਸੋਹਣੀ ਮੈਨੂੰ ਬਹੁਤ ਪਸੰਦ ਹੈ, ਰਾਗ ਸੋਹਣੀ ਉਹ ਗਾ ਲਿਆ। ਹਾਂਜੀ ਔਰ ਕਦੀ ਫਿਰ ਗੋਰਖ ਕਲਿਆਣਿਕ ਰਾਗ ਉਹ ਬੜਾ ਪਸੰਦ ਹੈ ਜੀ, ਉਹ ਮੈਂ ਸੁਣਿਆ ਪਰ ਮੈਂ ਰਾਗ ਸੋਹਣੀ ਮੈਂ ਬਹੁਤ ਘੱਟ ਲਾਈਵ ਤੇ ਮੈਂ ਨਹੀਂ ਸੁਣਿਆ ਹੈਗਾ। ਅੱਛਾ ਉਹ ਚਲਕੀ ਚਲਕੀ ਦੇ ਸਕਦੇ ਹੋ? ਮੇਰੀ ਛੋਟੀ ਵੱਡੀ ਸਿਸਟਰ ਦਾ ਨਾਮ ਸੋਹਣੀ ਹੈ ਵੈਸੇ। ਅੱਛਾ ਰਾਗ ਰਾਗ ਸੋਹਣੀ, ਉਹਨਾਂ ਦੇ ਨਾਮ ਉਹਨਾਂ ਨੂੰ ਡੈਡੀਕੇਟ ਕਰਨੇ ਆ ਠੀਕ ਹੈ, ਕਿਉਂਕਿ ਉਹ ਸੋਹਣੀ ਸੀ ਇਸ ਕਰਕੇ ਮੈਂ ਮੋਨੀ। ਅੱਛਾ ਅੱਛਾ ਮਾਸ਼ਾਅੱਲਾ ਮਾਸ਼ਾਅੱਲਾ, ਚਲੋ ਠੀਕ ਹੈ। ਐ ਬਲਕਿ ਬੰਦਿਸ਼ ਖਾਨ ਸਾਹਿਬ ਨੇ ਮੁਗਲ ਆਜ਼ਮ ਵਿੱਚ ਇਹ ਵੀ ਗਾਇਆ ਸੀ ਰਾਗ ਸੋਹਣੀ ਵੀ, ਜਿਹਦੇ ਚੋਂ ਦਲੀਪ ਕੁਮਾਰ ਔਰ ਮਧੂਬਾਲਾ ਹੁੰਦੇ ਨਾ ਬਾਗ ਵਿੱਚ ਮਿਲਦੇ ਨੇ ਤੇ ਉਹ ਗਾਉਂਦੇ ਨੇ ਪ੍ਰੇਮ ਜੋਗਨ ਬਣ ਕੇ ਸੁੰਦਰ ਪਿਆਉੜ ਚਲੀ ਰੇ ਓਲਾ। ਇਹ ਦੇਖੋ ਸੋਹਣੀ ਸੁਣਿਆ ਤੁਹਾਡੇ ਲਈ ਠੀਕ ਹੈ। ਪ੍ਰੇਮ ਜੋਗਨ ਬਣ ਕੇ ਸੁੰਦਰ ਸੁੰਦਰ ਪਿਆ ਚਲੇ ਰਾਮ ਜੋਗਨ ਬਣ ਗਏ ਪ੍ਰੇਮ ਜੋਗਨ ਬਣ ਗਿਆ ਸਾਜਨ ਸੋ
नैन मिले साजन सोज नैन मिले साजन साजन सो जो नैन मिले तो मन की प्यार आस बुझे हे हे जोगन मन प्रेम जोगन बन के जोगन बन गे प्रेम जोगन बन के ਬਾਕੀ ਤੁਹਾਨੂੰ ਇਦਾਂ ਲੱਗਦਾ ਕਿ ਰੋਮਾਂਸ ਵਿੱਚ ਲੈ ਜਾਂਦਾ ਇਸ ਤਰ੍ਹਾਂ ਦੀ ਗਾਇਕੀ ਔਰ ਇਸ ਤਰ੍ਹਾਂ ਦੀ ਬੰਦਿਸ਼ਾਂ ਔਰ ਇਸ ਤਰ੍ਹਾਂ ਦੇ ਵਰਡਸ ਐਕਚੁਅਲੀ ਉਸ ਜ਼ਮਾਨੇ 'ਚ ਇਹ ਵੀ ਇੱਕ ਬੜੀ ਖਾਸੀਅਤ ਹੋਇਆ ਕਰਦੀ ਸੀ ਕਿ ਜਿਹੜੇ ਲਿਖਾਰੀ ਹੁੰਦੇ ਸੀ ਨਾ ਬਹੁਤ ਪਿਓਰ ਲਿਖਦੇ ਸੀ ਵਰਡਸ ਦਾ ਚੁਣਾਵ ਜਿਹੜਾ ਕਰਦੇ ਸੀ ਉਹ ਬਹੁਤ ਵੱਡਾ ਰੋਲ ਅਦਾ ਕਰਦੇ ਨੇ ਯੂ ਨੋ ਮਿਊਜ਼ਿਕ ਦੇ ਵਿੱਚ ਮੈਨੂੰ ਇਸ ਟਾਈਮ ਇਹ ਸੁਣ ਕੇ ਪ੍ਰੇਮ ਜੋਗਨ ਮੈਨੂੰ ਇਸ ਟਾਈਮ ਮੇਰੇ ਦਿਲ 'ਚ ਇੱਕ ਫੀਲਿੰਗ ਆਈ ਕਿ ਜਿਵੇਂ ਮੀਰਾ ਜੀ ਬਹਿ ਕੇ ਕ੍ਰਿਸ਼ਨ ਅੱਗੇ ਗਾ ਰਹੇ ਨੇ कमाल जी तुसी मीरा जी और कृष्ण जी मेरे सामने लाए एकदम मेनू सामने नजर आने शुरू हो गए कमाल बहुत ही कमाल बिलकुल और इरशाद जी आपने क्या लिखा है वालेकुम लिखा ਵੈਲਕਮ ਸਲਾਮ ਸੰਜੀਵ ਅਨੰਦ ਜੀ ਥੈਂਕ ਯੂ ਜੀ ਤੁਸੀਂ ਵਾਚਿੰਗ ਯਾਦ ਰੱਖੋ ਜੀ ਹੁਣ ਮੈਂ ਰਾਈਟਿੰਗ ਦੀ ਗੱਲ ਕੀਤੀ ਅਤੇ ਵਨ ਆਫ ਦੀ ਫਾਈਨੈਸਟ ਸਾਡੇ ਰਾਈਟਰ ਨੇ ਜੀ ਇਹ ਬਹੁਤ ਅੱਛਾ ਲਿਖਦੇ ਨੇ ਮੈਂ ਇਹਨਾਂ ਦੀ ਵੀ ਬੜੀ ਫੈਨ ਹਾਂ ਬਹੁਤ ਜਲਦ ਤੁਹਾਡੇ ਨਾਲ ਵੀ ਰੂਬਰੂ ਹੋਣਾ ਚਾਹਾਂਗੀ ਪਲੀਜ਼ ਜ਼ਰੂਰ ਮਾਈ ਟੀ ਵੀ ਨੂੰ ਕੰਸੀਡਰ ਕਰਿਓ ਬਹੁਤ ਤੁਸੀਂ ਇਸ ਤਰ੍ਹਾਂ ਦੇ ਆਰਟਿਸਟ ਨੂੰ ਵੀ ਵਾਚ ਕਰ ਰਹੇ ਹੋ ਜਿਹੜੇ ਅਸੀਂ ਮਾਈ ਟੀ ਵੀ 'ਤੇ ਲੈ ਕੇ ਆਉਂਦੇ ਹਾਂ ਕੋਸ਼ਿਸ਼ ਇਹੀ ਹੈ ਕਿ ਮਿਊਜ਼ਿਕ ਘਰਾਣੇ ਦਾ ਬਿਲੋਂਗ ਕਰਦੇ ਹਾਂ ਅਤੇ ਐਸੀ ਚੀਜ਼ ਪ੍ਰਮੋਟ ਕਰੀਏ ਜਿਹੜੀ ਵਾਕਈ ਦੁਨੀਆ ਨੂੰ ਸਿੱਖਣ ਨੂੰ ਮਿਲੇ ਉਹਨਾਂ ਤੋਂ ਔਰ ਇਹ ਜਿਹੜਾ ਸਾਡੇ ਨਾਲ ਅੱਜ ਟੈਲੈਂਟ ਜੁੜਿਆ ਮੈਂ ਜਿਸ ਤਰ੍ਹਾਂ ਮੈਂ ਵਾਪਸ ਦੁਹਰਾਵਾਂਗੀ ਕਿ ਅਸੀਂ ਲੱਕੀ ਹਾਂ ਕਿ ਵੱਡੇ ਗੁਲਾਮ ਅਲੀ ਖਾਨ ਸਾਹਿਬ ਦਾ ਇੱਕ ਅੰਸ਼ ਸਾਨੂੰ ਅੱਜ ਨਜ਼ਰ ਆਇਆ ਉਹ ਵੀ ਲਾਈਵ ਸੋ ਆਈ ਫੀਲ ਲਾਈਕ ਕਿ ਵਾਕਈ ਅਸੀਂ ਬਲੈਸਡ ਹਾਂ ਕਿਉਂਕਿ ਅਸੀਂ ਉਹਨਾਂ ਨੂੰ ਸੀਡੀਆਂ 'ਚ ਸੁਣਿਆ ਉਹਨਾਂ ਨੂੰ ਰੇਡੀਓ 'ਚ ਸੁਣਿਆ ਅਤੇ ਅੱਜ ਉਹਨਾਂ ਦਾ ਇੱਕ ਫੈਮਿਲੀ ਮੈਂਬਰ ਅਗਰ ਬੈਠ ਕੇ ਸਾਡੇ ਸਾਹਮਣੇ ਗਾ ਰਿਹਾ ਤਾਂ ਸਾਨੂੰ ਉਹਨਾਂ ਦੀ ਝਲਕੀ ਵੀ ਵਿੱਚੋਂ ਨਜ਼ਰ ਆ ਰਹੀ ਹੈ ਇੱਕ ਹੋਰ ਨੇ ਮੈਂ ਜ਼ਰੂਰ ਲਾਂਗਾ ਜਵਨਜੋਤ ਪਾਰਸ ਨੇ ਲਿਖਿਆ ਮਾਈ ਨਾਨਾ ਜੀ ਉਸਤਾਦ ਭਾਈ ਗੁਰਬਾਗ ਸਿੰਘ ਜੀ ਬਿਗ ਫੈਨ ਆਫ ਬੜੇ ਗੁਲਾਮ ਅਲੀ ਖਾਨ ਸਾਹਿਬ ਬਿਲਕੁਲ ਸਾਡੇ ਜਿਹੜੇ ਘਰਾਨੇ ਨੇ ਨਾ ਮਿਊਜ਼ੀਕਲ ਪਰਿਵਾਰ 'ਚ ਨੇ ਤੇ ਉਹ ਸਾਰੇ ਹੀ ਖਾਨ ਸਾਹਿਬ ਦੇ ਮੁਰੀਦ ਅਮੀਨ ਅਸੀਂ ਸਾਰੇ ਹੀ ਇਹਨਾਂ ਨੂੰ ਬਹੁਤ ਵੱਡੇ ਫੈਨ ਅਸੀਂ ਤਾਂ ਬਹੁਤ ਛੋਟੇ ਸੀਗੇ ਲੇਕਿਨ ਸੁਣਿਆ ਸੀ ਆਪਣੇ ਬਜ਼ੁਰਗਾਂ ਤੋਂ ਕਿ ਜਦੋਂ ਰੇਡੀਓ ਤੇ ਗਾਉਂਦੇ ਹੁੰਦੇ ਸੀ ਤੇ ਸ਼ਾਂਤੀ ਜੀ ਹੋ ਜਾਂਦੀ ਪਬਲਿਕ ਰੇਡੀਓ ਦਾ ਕਿ ਦੁਨੀਆ ਖੜ ਜਾਂਦੀ ਸੀ ਉੱਥੇ ਕਿ ਉਹ ਆਪਣਾ ਵੱਡੇ ਗੁਲਾਮ ਅਲੀ ਖਾਨ ਸਾਹਿਬ ਆ ਗਏ ਤੇ ਰੇਡੀਓ ਉਸ ਜ਼ਮਾਨੇ 'ਚ ਬਹੁਤ ਬਿਗ ਬਿਗ ਹੋਇਆ ਕਰਦਾ ਸੀ ਵੈਨ ਮਾਈ ਫਾਦਰ ਯੂਜ਼ ਟੂ ਸੇ ਕਿ ਯੂ ਨੋ ਕਿ ਰੇਡੀਓ ਜਦੋਂ ਬੇਟਾ ਚੱਲਣਾ ਤੇ ਅਸੀਂ ਪ੍ਰੋਗਰਾਮ ਦੀ ਵੇਟ ਕਰਦੇ ਹੁੰਦੇ ਸੀ ਤੇ ਆਪਣੇ ਆਪ ਨੂੰ ਫ੍ਰੀ ਕਰ ਲੈਂਦੇ ਹੁੰਦੇ ਸੀ ਕੋਈ ਵੀ ਅਪੁਆਇੰਟਮੈਂਟ ਹੋਵੇ ਕਿਤੇ ਜਾਣਾ ਹੋਵੇ ਕਿ ਅਸੀਂ ਖਾਨ ਸਾਹਿਬ ਦੀ ਸੁਣਨੀ ਹੈ ਔਰ ਉਸ ਜ਼ਮਾਨੇ 'ਚ ਕਿਉਂਕਿ ਰਿਵਰਸ ਤਾਂ ਰਿਵਰਸ ਨਹੀਂ ਹੋ ਸਕਦਾ ਸੀ ਰੇਡੀਓ ਦੇ ਵਿੱਚ ਔਰ ਸੀਡੀਆਂ ਸਿਸਟਮ ਜਾਂ ਕੈਸਟ ਸਿਸਟਮ ਵੀ ਬਹੁਤ ਬਾਅਦ ਵਿੱਚ ਆਇਆ ਜਿਹੜੀ ਉਹ ਕੈਸਟ ਹੁੰਦੀਆਂ ਸੀਗੀਆਂ ਉਹ ਫਿਰ ਬਹੁਤ ਟਾਈਮ ਬਾਅਦ ਆਇਆ ਲੇਕਿਨ ਉਸ ਤੋਂ ਪਹਿਲਾਂ ਮੈਨੂੰ ਯਾਦ ਹੈ ਕਿ ਮੇਰੇ ਫਾਦਰ ਜਿਵੇਂ ਕੋਈ ਨਵੀਂ ਚੀਜ਼ ਵੱਜ ਰਹੀ ਹੁੰਦੀ ਸੀ ਰੇਡੀਓ 'ਤੇ ਤਾਂ ਫਟਾਫਟ ਲਿਖਦੇ ਹੁੰਦੇ ਸੀ ਉਹਦੇ ਲਿਰਿਕਸ ਵੀ ਕੀ ਲਿਖਿਆ ਅਤੇ ਉਹ ਮੈਂ ਯੂ ਨੋ ਅਸੀਂ ਉਹਨਾਂ ਨੂੰ ਵੇਖ ਵੇਖ ਕੇ ਸਿੱਖਿਆ ਫਿਰ ਅੱਗੋਂ ਅਸੀਂ ਆਪਣੇ ਫਾਦਰ ਨੂੰ ਵੇਖਿਆ ਅਸੀਂ ਆਪਣੇ ਫਾਦਰ ਨੂੰ ਵੇਖਿਆ ਕਿ ਕਿਵੇਂ ਅਦਬ ਕਰਦੇ ਨੇ ਆਪਣੇ ਉਸਤਾਦਾਂ ਦਾ ਜਿਸ ਤਰ੍ਹਾਂ ਪਿਆਰ ਕਰਦੇ ਨੇ ਫਿਰ ਸਾਨੂੰ ਸਮਝ ਆਇਆ ਕਿ ਇਹ ਗੁਰੂ ਨੂੰ ਕਿਵੇਂ ਪੂਜੀਦਾ ਗੁਰੂ ਨੂੰ ਕਿਵੇਂ ਪਿਆਰ ਕਰੀਦਾ ਸੋ ਇਹ ਅਦਬ ਸਿੱਖਿਆ ਇਸ ਤਰ੍ਹਾਂ ਦੀ ਰਾਈਟਿੰਗ ਤੋਂ ਇਹ ਅਦਬ ਸਿੱਖੀ ਕਿ ਅੱਛਾ ਰਾਈਟਰ ਅਗਰ ਕੁਛ ਲਿਖ ਰਿਹਾ ਤੇ ਉਹ ਵੀ ਬੜੀ ਜ਼ਰੂਰੀ ਹੈ ਇਹ ਸਾਰਾ ਚੀਜ਼ਾਂ ਦਾ ਕੰਬੀਨੇਸ਼ਨ ਅਗਰ ਹੋਵੇ ਤੇ ਫਿਰ ਸੁਭਾਨ ਅੱਲਾਹ ਹੋ ਜਾਂਦਾ ਉਸ ਮਿਊਜ਼ਿਕ ਦੇ ਚਾਰ ਚਾਰ ਲੱਗ ਜਾਂਦੇ ਨੇ ਬਿਲਕੁਲ ਐਸਾ ਹੀ ਤੇ ਤੁਸੀਂ ਆਪਣੀ ਦੱਸਿਆ ਕਿ ਤੁਹਾਡੀ ਮਿਊਜ਼ਿਕ ਸਕੂਲ ਹੈਗਾ ਇੱਥੇ ਟੋਰਾਂਟੋ 'ਚ ਜੀ
ਤੇ ਤੁਸੀਂ ਮਤਲਬ ਕਿ ਉੱਥੇ ਲਾਈਵ ਆਈ ਮੀਨ ਸੈਸ਼ਨਸ ਲੱਗਦੇ ਨੇ ਜਾਂ ਕਿਵੇਂ ਆਨਲਾਈਨ ਸਿਖਾਉਂਦੇ ਹੋ ਕਿ ਬੱਚੇ ਆਉਂਦੇ ਨੇ ਆਨਲਾਈਨ ਵੀ ਸਿਖਾਈਦਾ ਔਰ ਐਡਲਟਸ ਮੋਸਟਲੀ ਬੱਚੇ ਘੱਟ ਨੇ ਲੇਕਿਨ ਐਡਲਟਸ ਜ਼ਿਆਦਾ ਨੇ ਮਤਲਬ ਕਿ ਆਬਵੀਅਸਲੀ ਇਨ ਦੇਅਰ 20s ਐਂਡ ਔਨ ਲਾਈਕ ਏਜ ਇਜ਼ ਨਾਟ ਦਾ ਲਿਮਿਟ ਆਈ ਮੀਨ ਕੋਈ ਐਸੀ ਰਿਸਟ੍ਰਿਕਸ਼ਨ ਨਹੀਂ ਹੈ ਐਨੀਬਡੀ ਕੈਨ ਕਮ ਐਂਡ ਲਰਨ ਐਂਡ ਦੇ ਡੂ ਲਰਨ ਔਰ ਉੱਥੇ ਮਿਊਜ਼ਿਕ ਸੈਸ਼ਨਸ ਲਾਈਕ ਵੀ ਡੂ ਇਟ ਸਮਟਾਈਮ ਗਰੁੱਪਸ ਆਲਸੋ ਬਿਕੋਜ਼ ਸਾਰਿਆਂ ਦਾ ਇੱਕੋ ਜਿਹਾ ਲੈਵਲ ਹੋਣਾ ਜ਼ਰੂਰੀ ਗਰੁੱਪਸ ਲਈ ਠੀਕ ਹੈ ਨਾ ਮੋਸਟਲੀ ਵਨ ਐਂਡ ਵਨ ਐਂਡ ਜਿਹਦੇ ਵਿੱਚ ਜੋ ਬੇਸਿਕ ਸਾਡਾ ਹੈ ਉਹ ਸਿਖਾਈਦਾ ਸ਼ਾਸਤਰੀ ਸੰਗੀਤ ਤੋਂ ਸ਼ੁਰੂਆਤ ਪਲਟਿਆਂ ਤੋਂ ਜਿਸ ਤਰ੍ਹਾਂ ਅਸੀਂ ਸਿੱਖਿਆ ਮੈਂ ਜ਼ਰਾ ਅਸੀਂ ਲੋਕ ਹਟ ਕੇ ਕਰਦੇ ਹਾਂ ਕਿਉਂਕਿ ਅਕਸਰ ਲੋਕ ਕਰਦੇ ਨੇ ਉਹ ਡਾਇਰੀਆਂ ਲਿਖ ਭਰਾ ਦਿੱਤੀਆਂ ਲੋਕਾਂ ਦੀਆਂ ਸਟੂਡੈਂਟਸ ਦੀਆਂ ਸਮਝਦੇ ਹੋ ਫਿਲਮੀ ਗਾਣੇ ਲਿਖਾ ਦਿੱਤੇ ਜੇ ਕਰਦੇ ਲੇਕਿਨ ਸਾਡਾ ਮੰਨਣਾ ਐਸਾ ਕਿ ਜਦ ਤੱਕ ਤੁਹਾਡਾ ਆਵਾਜ਼ ਸੁਰ ਵਿੱਚ ਨਾ ਹੋਵੇ ਤੁਸੀਂ ਕੁਛ ਨਹੀਂ ਗਾ ਸਕਦੇ ਐਗਜ਼ੈਕਟਲੀ ਆਵਾਜ਼ ਦਾ ਸੁਰ ਵਿੱਚ ਹੋਣਾ ਵੋਇਸ ਕਲਚਰ ਇਜ਼ ਵੈਰੀ ਇੰਪੋਰਟੈਂਟ ਵੀ ਆਲ ਸ਼ੁਡ ਲਾਈਕ ਫੋਲੋ ਐਂਡ ਓਬਵੀਅਸਲੀ ਮੋਰ ਕੰਸਨਟ੍ਰੇਟ ਔਨ ਵੋਇਸ ਕਲਚਰ ਬਹੁਤ ਜ਼ਰੂਰੀ ਹੈ ਦੇਖੋ ਨਾ ਮਤਲਬ ਹੁਣ ਕੇ ਅਗਰ ਕੋਈ ਗਾਣਾ ਫਿਲਮੀ ਵੀ ਤੁਸੀਂ ਦੇਖੋ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਵਾਂ ਜੀ ਓ ਚੈਨ ਗਵਾਇਆ ਮੈਨੇ ਨਿੰਦਿਆ ਗਵਾਈ ਸਾਰੇ ਸਾਰੇ ਰਾਜਾਂ ਦੋ ਮੈਂ ਦੁਹਾਈ ਹੁਣ ਜਗ੍ਹਾ ਜਿਹੜੀ ਚੈਨ ਗਵਾਇਆ ਔਰ ਇਹ ਬਗੈਰ ਅਗਰ ਸਿੱਖਿਆ ਨਹੀਂ ਹੈ ਔਰ ਇਹਦੇ ਪਿੱਛੇ ਰਿਆਜ਼ ਨਹੀਂ ਹੈ ਤਾਂ ਤੁਸੀਂ ਨਹੀਂ ਕਹਿ ਸਕਦੇ ਭਾਵੇਂ ਤੁਸੀਂ ਸੁਣ ਲਏ ਸੁਣ ਕੇ ਵੀ ਕਹਿ ਲਓਗੇ ਤਾਂ ਠੀਕ ਨਹੀਂ ਹੋਏਗੀ ਪੁਖਤਗੀ ਨਾਲ ਨਹੀਂ ਹੋਏਗੀ ਇਹ ਚੀਜ਼ ਲਤਾ ਜੀ ਵਗੈਰਾ ਤਾਂ ਦੇਖੋ ਨਾ ਇਹਨਾਂ ਇਹ ਫਿਲਮੀ ਗਾਣਾ ਕੋਰਾ ਕਾਗਜ਼ ਥਾ ਜੇ ਮਨ ਮੇਰਾ ਕਿ ਉਹਨਾਂ ਦੇ ਕੰਮ ਵਿੱਚ ਇਲਮ ਵੀ ਸੀ ਔਰ ਫਿਲਮੀ ਵੀ ਸੀ ਬਿਲਕੁਲ ਬੜਾ ਸਿੱਖਿਆ ਉਹਨਾਂ ਨੇ ਤਾਂ ਉਹਨਾਂ ਦੇ ਫਾਦਰ ਬੜੇ ਸਟ੍ਰਿਕਟ ਸੀਗੇ ਲਤਾ ਮੰਗੇਸ਼ਕਰ ਦੇ ਜੀ ਹਾਂ ਔਰ ਬੜਾ ਉਹ ਮਤਲਬ ਕਹਿਣ ਦਾ ਮਕਸਦ ਹੈ ਕਿ ਵੋਇਸ ਕਲਚਰ ਅਗਰ ਹੈ ਤਾਂ ਤੁਸੀਂ ਫਿਰ ਬਹੁਤ ਅੱਛਾ ਗਾਓਗੇ ਸਮਝਦੇ ਹੋ ਅਦਰਵਾਈਜ਼ ਇਹ ਹੁੰਦਾ ਹੈ ਕਿ ਅਗਰ ਸਿੱਖਿਆ ਨਾ ਹੋਵੇ ਤਾਂ ਤੁਸੀਂ ਫਿਰ ਉਹ ਵੱਧ ਨਹੀਂ ਸਕਦੇ ਅੱਗੇ ਬਿਲਕੁਲ ਤੇ ਮੈਨੂੰ ਇਹ ਦੱਸੋ ਕਿ ਇਹ ਤਾਂ ਹੋ ਗਿਆ ਹੁਣ ਕਲਾਸੀਕਲ ਮਿਊਜ਼ਿਕ ਆਪਾਂ ਉਹਦਾ ਅਗਰ ਫਿਲਮੀ ਦੀ ਗੱਲ ਕੀਤੀ ਜਾਏ ਫਿਲਮਾਂ ਫੁਲਮਾਂ ਵੇਖਦੇ ਹੋ ਤੁਸੀਂ ਬਾਹਰਲੀ ਕੰਟਰੀ 'ਚੋਂ ਤੁਸੀਂ ਬਿਲਕੁਲ ਸਾਡੇ ਵਰਗੇ ਹੀ ਹੋਵੋਗੇ ਸ਼ੌਕੀਨ ਤੁਹਾਡੇ ਕਰਨੀ ਹੈ ਜੀ ਅਸੀਂ ਅੱਜ ਫਿਲਮਾਂ ਦੇਖੀਦੀਆਂ ਨੇ ਆਫਕੋਰਸ ਪਹਿਲੇ ਤਾਂ ਬਹੁਤ ਜ਼ਿਆਦਾ ਸਨ ਲੇਕਿਨ ਹੁਣ ਜਦੋਂ ਵਕਤ ਵਕਤ ਜਦੋਂ ਮਿਲਦਾ ਉਦੋਂ ਦੇਖੀਦੀਆਂ ਨੇ ਔਰ ਗਾਣੇ ਤਾਂ ਸੁਣਦੇ ਹੀ ਰਹੀਦਾ ਹਰ ਵਕਤ ਜੋ ਡਰਾਈਵ ਕਰ ਰਹੇ ਹਾਂ ਤੇ ਸੁਣ ਰਹੇ ਹਾਂ ਕਦੇ ਟੀਵੀ ਤੇ ਲੱਗੇ ਹਨ ਉਹ ਬਾਜ਼ ਕਰ ਗਾ ਰਹੇ ਹਾਂ ਤੇ ਕੀ ਸੁਣਦੇ ਹੋ ਜ਼ਿਆਦਾ ਅਗਰ ਡਰਾਈਵ ਕਰ ਰਹੇ ਹੋ ਤਾਂ ਕੀ ਜ਼ਿਆਦਾ ਸੁਣਦੇ ਹੋ ਕੋਈ ਵੀ ਅੱਛਾ ਲੱਗੇ ਤੇ ਮਤਲਬ ਆਫਕੋਰਸ ਲਤਾ ਜੀ ਨੂੰ ਤਾਂ ਸੁਣੀਦਾ ਹੀ ਅਸੀਂ ਨੁਸਰਤ ਫਤਿਹ ਅਲੀ ਖਾਨ ਸਾਹਿਬ ਉਸਤਾਦ ਬਰਕਤ ਅਲੀ ਖਾਨ ਸਾਹਿਬ ਨੂੰ ਮੇਰੇ ਜਿਹੜੇ ਛੋਟੇ ਦਾਦਾ ਜੀ ਨੂੰ ਉਹਨਾਂ ਨੂੰ ਫਿਰ ਮੈਡਮ ਨੂਰ ਜਾਨ ਨੂੰ ਮਹਿਦੀ ਹਸਨ ਸਾਹਿਬ ਕਿਆ ਬਾਤ ਹੈ ਆਸ਼ਾ ਜੀ ਔਰ ਲਤਾ ਜੀ ਆਫਕੋਰਸ ਰਫੀ ਸਾਹਿਬ ਔਰ ਅੱਜ ਕੱਲ੍ਹ ਵੀ ਬੜੇ ਅੱਛੇ ਲੋਕ ਗਾ ਰਹੇ ਨੇ ਕਈ ਅਰਜੀਤ ਸਿੰਘ ਨੇ ਅੱਛਾ ਸਾਡਾ ਗਾ ਰਹੇ ਨੇ ਉਹਨਾਂ ਦਾ ਗਾਣਾ ਅੱਛਾ ਹੈ ਬਹੁਤ ਅੱਛਾ ਫਿਰ ਨੇਹਾ ਕੱਕਰ ਅੱਛਾ ਗਾ ਰਹੇ ਨੇ ਸਾਡੇ ਦਿੱਲੀ ਦੀ ਆਨ ਬਾਨ ਸ਼ਾਨ ਹੈ ਨੇਹਾ ਕੱਕਰ ਹਾਂ ਨੇਹਾ ਕੱਕਰ ਛੋਟੇ ਕੱਕਰ ਨੇ ਬੜਾ ਧਮਾਕਾ ਹਾਂ ਉਹ ਬਾਈ ਬਰਥ ਮੈਨ ਲੱਗਦੇ ਨੇ ਆਰਟਿਸਟ ਨੇ ਉਹਨਾਂ ਦੇ ਵਿੱਚ ਹੈ ਇੱਕ ਸੁੱਚ ਲੱਗਾ ਹੁੰਦਾ ਨਾ ਜਿਹੜਾ ਸ਼ੀ ਇਜ਼ ਵੈਰੀ ਨਾਈਸ ਮਾਈ ਲਾਈਕ ਵੈਰੀ ਨਾਈਸ ਪਰਸਨ ਮੈਂ ਉਹਦਾ ਵੀ ਨੇਚਰ ਵਾਈਜ਼ ਹੀ ਵੀ ਵੈਰੀ ਲਾਈਵ ਪਰਸਨ ਔਰ ਬਚਪਨ ਤੋਂ ਹੀ ਰਿਲੀਜੀਅਸ ਜਿਹੜੀ ਮਾਤਾ ਦੀ ਭੇਟਾ ਹੁੰਦੀਆਂ ਨੇ ਉਹ ਗਾਉਂਦੇ ਆ ਪੂਰਾ ਫੈਮਿਲੀ ਐਕਚੁਅਲੀ ਉਹਨਾਂ ਦੇ ਸਿੰਗਰ ਹੀ ਹੈ ਬਹੁਤ ਅੱਛਾ ਬਚਪਨ ਤੋਂ ਹੀ ਗਾ ਰਹੇ ਨੇ ਹਾਂਜੀ ਸਿਸਟਰ ਵੀ ਹੈ ਬ੍ਰਦਰ ਉਹ ਸਾਰੇ ਗਾਉਂਦੇ ਨੇ ਹਾਂ ਫੈਮਿਲੀ ਨੇਹਾ ਕੱਕਰ ਅੱਛਾ ਉਹਨਾਂ ਨੂੰ ਵੀ ਸੁਣਦੇ ਯਾਨੀ ਕਿ ਨੇਹਾ ਕੱਕਰ ਹਾਂ ਆਫ ਕੋਰਸ ਤੇ ਸਾਡੇ ਰਾਹਤ ਫਤਿਹ ਅਲੀ ਖਾਨ ਸਾਹਿਬ ਨੇ ਉਹ ਬਹੁਤ ਅੱਛੇ ਨੇ ਬਹੁਤ ਅੱਛਾ ਗਾਏ ਨੇ ਉਹ ਰਾਹਤ ਫਤਿਹ ਅਲੀ ਖਾਨ ਸਾਹਿਬ ਜੀ ਬਿਲਕੁਲ ਬਿਲਕੁਲ ਇੱਥੇ ਸ਼ੋਅਸ ਹੁੰਦੇ ਨੇ ਕਾਫੀ ਸਾਲ ਦੇ ਵਿੱਚ ਦੋ ਵਾਰ ਤਾਂ ਆ ਜਾਂਦੇ ਔਰ ਔਰ ਪਾਕਿਸਤਾਨ ਵਾਲੇ ਪਾਸੋਂ ਫਿਰ ਤੁਹਾਨੂੰ ਸਿਰਫ ਰਾਹਤ ਫਤਿਹ ਅਲੀ ਔਰ ਕੁੜੀਆਂ ਦੇ ਵਿੱਚ ਕੌਣ ਪਸੰਦ ਹੈ ਕੁੜੀਆਂ ਮੈਨੂੰ ਸਾਰੀਆਂ ਪਸੰਦ ਨੇ ਉੱਥੇ ਮੈਡਮ ਨੂਰ ਜਾਨ ਦੀ ਨਿਵਾਸੀ ਨੇ ਉਹ ਤਕਰੀਬਨ ਦੀ ਹਾਂ ਅਜ਼ਰਾ ਜਾਨ ਨੇ ਉਹਨਾਂ ਦੀ ਮੈਡਮ ਨੂਰ ਜਾਨ ਦੀ ਭਤੀਜੀ ਨੇ ਉਹਨਾਂ ਦੀ ਅੱਗੋ ਬੇਟੀ ਨੇ ਤੇ ਨਸੀਬੋ ਲਾਲ ਵੀ ਅੱਛੇ ਨੇ ਉੱਥੇ ਗਾ ਰਹੇ ਨਸੀਬੋ ਲਾਲ ਬਹੁਤ ਅੱਛੇ ਨੇ ਫਿਰ ਫਰੀਦਾ ਖਾਨਮ ਆਫਕੋਰਸ ਆਫਕੋਰਸ ਮਾਈ ਵਨ ਆਫ ਮਾਈ ਫੇਵਰੇਟ ਪੁਰਾਣੇ ਸਕੂਲ ਨੇ ਉਹ ਵੀ ਸਾਡੇ ਬਜ਼ੁਰਗਾਂ
ਉਸਤਾਦ ਆਸ਼ਿਕ ਅਲੀ ਖਾਨ ਸਾਹਿਬ ਦੇ ਸ਼ਾਗਿਰਦ ਸਨ ਔਰ ਸਾਡੇ ਦਾਦਾ ਜੀ ਕੋਲੋਂ ਵੀ ਥੋੜ੍ਹਾ ਬਹੁਤ ਉਹਨਾਂ ਨੇ ਸਿੱਖਿਆ ਆ ਉਹ ਹੀ ਯੰਗ ਲੋਕਾਂ 'ਚੋਂ ਤਾਂ ਇਹੋ ਹੀ ਨੇ ਜਿਹਨਾਂ ਦਾ ਅਸੀਂ ਨਾਂ ਲਿਆ ਹੋਣੀ ਯੰਗ ਲੋਕਾਂ 'ਚੋਂ ਤੇ ਹੁਣ ਕੁੜੀਆਂ ਦੀ ਗੱਲ ਚੱਲੀ ਤੇ ਹੀਰੋਇਨ ਬਾਲੀਵੁੱਡ ਦੀ ਕਿਹੜੀ ਪਸੰਦ ਹੈ ਤੁਹਾਨੂੰ ਓ ਤੁਸੀਂ ਨਾਮ ਲਵੋ ਤੇ ਮੈਂ ਤੁਹਾਨੂੰ ਦੱਸਣਾ ਸੋਨਾਕਸ਼ੀ ਸਿਨਹਾ ਕਰੀਨਾ ਕਪੂਰ ਪ੍ਰਿਯੰਕਾ ਚੋਪੜਾ ਯੰਗ ਦੇ ਵਿੱਚ ਹੋਰ ਕਿਹੜੀ ਹੈ ਜੈਕਲਿਨ ਫਰਨਾਂਡਿਸ ਅੱਜ ਕੱਲ੍ਹ ਹੋਰ ਕਿਹੜੀ ਕਿਹੜੀ ਆ ਰਹੀ ਨੇ ਇੱਕ ਸੈਫ ਅਲੀ ਦੀ ਬੇਟੀ ਦਾ ਕੀ ਨਾਮ ਹੈ ਸੋਹਾ ਅਲੀ ਰਾਈਟ ਸੋਹਾ ਅਲੀ ਹਾਂ ਨਹੀਂ ਉਹ ਤਾਂ ਮੈਨੂੰ ਕਨਫਿਊਜ਼ ਨਾ ਕਰੋ ਨੱਕੀ ਸਾਹਿਬ ਕੌਣ ਹੈ ਕੀ ਨਾਮ ਹੈ ਸੋਹਾ ਦੀ ਸਿਸਟਰ ਉਹਨਾਂ ਦੀ ਹਾਂ ਹਾਂ ਸੋਹਾ ਸਿਸਟਰ ਵਾਟਸ ਹਰ ਨੇਮ ਆ ਫੋਰਗਟ ਹਰ ਨੇਮ ਚਲੋ ਛੋਟਾ ਆਪਾ ਕਿਹੜਾ ਰਿਸ਼ਤਾ ਕਰਨਾ ਓਕੇ ਉਹ ਵੀ ਅੱਛੀ ਐਕਟਰੈਸ ਹੈ ਸੋ ਚਲ ਐਨੀਵੇਜ਼ ਉਹਨਾਂ ਚੋਂ ਫਿਰ ਤੁਹਾਨੂੰ ਆਫਟਰ ਕੈਟਰੀਨਾ ਕੈਟਰੀਨਾ ਕਰੀਨਾ ਕਪੂਰ ਇਜ਼ ਵੈਰੀ ਨਾਈਸ ਯਾ ਸ਼ੀ ਇਜ਼ ਆਈ ਲਾਈਕ ਹਰ ਉਹਨਾਂ ਦੀ ਪਹਿਲੀ ਬਲਕਿ ਮੂਵੀ ਦੇਖੀ ਸੀ ਤੇ ਬੜਾ ਅੱਛਾ ਲੱਗਾ ਰਿਫਿਊਜੀ ਸ਼ਾਇਦ ਆਈ ਸੀ ਰਾਈਟ ਯਾ ਯਾ ਅਮੇਜ਼ਿੰਗ ਫਿਲਮ ਬਹੁਤ ਬਹੁਤ ਹੀ ਅੱਛੀ ਮੂਵੀ ਸੀ ਚਲੋ ਹੁਣ ਅਸੀਂ ਹੁਣ ਕੁੜੀਆਂ ਦਾ ਟਾਪਿਕ ਛੱਡ ਕੇ ਕਿਉਂਕਿ ਤੁਸੀਂ ਗੁੰਮਣਾ ਹੋ ਜਾਣਾ ਕੁੜੀਆਂ ਦਾ ਟਾਪਿਕ ਉਹ ਕਿਸੇ ਨੇ ਲਿਖਿਆ ਸੈਫ ਅਲੀ ਦੀ ਕੁੜੀ ਦਾ ਨਾਮ ਸਾਰਾ ਅਲੀ ਖਾਨ ਹਾਂ ਸਾਰਾ ਅਲੀ ਥੈਂਕ ਯੂ ਨਮਾਨ ਜ਼ਫਰ ਜੀ ਥੈਂਕ ਯੂ ਵੈਰੀ ਮਚ ਸਾਨੂੰ ਬਚਾ ਲਿਆ ਨਾ ਕਦੇ ਕਦੇ ਦਿਮਾਗ ਮੇ ਕੋਈ ਚੀਜ਼ ਚਲਦੀ ਨਹੀਂ ਹੈ ਹਾਂਜੀ ਤੇ ਹੁਣ ਅਗਰ ਮੁੰਡਿਆਂ ਦੀ ਗੱਲ ਕੀਤੀ ਜਾਏ ਮੇਲ ਐਕਟਰ ਐਕਟਰਸ ਵਿੱਚ ਆਫ ਕੋਰਸ ਸਲਮਾਨ ਖਾਨ ਬਹੁਤ ਅੱਛੇ ਨੇ ਯਾ ਸਲਮਾਨ ਖਾਨ ਸ਼ਾਹਰੁਖ ਖਾਨ ਔਰ ਆਮਿਰ ਖਾਨ ਅੱਛਾ ਤਿੰਨ ਖਾਨ ਇਕੱਠੇ ਹੀ ਪਸੰਦ ਆ ਗਏ ਔਰ ਇਹ ਛਾਏ ਹੋਏ ਨੇ ਉਹ ਪ੍ਰਿਆ ਕਿਨਾ ਉਹਨਾਂ ਦਾ ਜਿਹੜੇ ਨੇ ਉਹ ਰਣਵੀਰ ਕਪੂਰ ਹਾਂ ਰਣਵੀਰ ਕਪੂਰ ਰਿਸ਼ੀ ਕਪੂਰ ਦੇ ਜਿਹੜੇ ਬੇਟੇ ਨੇ ਬਹੁਤ ਅੱਛੇ ਔਰ ਅਕਸ਼ੇ ਕੁਮਾਰ ਹੋਰ ਕਿਹੜਾ ਉਹ ਕੰਨਾ ਦੇ ਜਿਹੜੇ ਹਸਬੈਂਡ ਨੇ ਕਿਨਾ ਉਹਨਾਂ ਦਾ ਪਾਕਿਸਤਾਨ ਵਾਲੇ ਪਾਸੇ ਸਾਡੇ ਸ਼ਾਨ ਬਹੁਤ ਅੱਛੇ ਨੇ ਸ਼ਾਨ ਹਾਂ ਜੀ ਜਦੋਂ ਮੈਂ ਛੋਟੀ ਸਾਂ ਉਦੋਂ ਵੀ ਹੀਰੋ ਆਉਂਦੇ ਸੀ ਹੁਣ ਮੈਂ ਵੱਡੀ ਹੋ ਕੇ ਬੱਚਿਆਂ ਦੀ ਮਾਂ ਵੀ ਬਣ ਗਈ ਹਲੇ ਵੀ ਹੀਰੋ ਆਉਂਦੇ ਨੇ ਆਲ ਟਾਈਮ ਹੀਰੋ ਨੇ ਆਲ ਟਾਈਮ ਹੀਰੋ ਧਰਮਿੰਦਰ ਐਵਰਗ੍ਰੀਨ ਹਾਂ ਜੋ ਸਲਮਾਨ ਖਾਨ ਹੈ ਪਰ ਉਹਨਾਂ ਨੇ ਵਰਕ ਵੀ ਬੜਾ ਕੀਤਾ ਆਪਣੀ ਬਾਡੀ ਤੇ ਬਹੁਤ ਜ਼ਿਆਦਾ ਵਰਕਆਊਟ ਬਹੁਤ ਅੱਛਾ ਕੀਤਾ ਉਹਨਾਂ ਨੇ ਔਰ ਫੀਮੇਲ ਪਾਕਿਸਤਾਨੀ ਜੀ ਸਾਰੀਆਂ ਦੈਟਸ ਰਾਈਟ ਇੱਕ ਪਾਕਿਸਤਾਨ ਦੀ ਆਨ ਬੰਦ ਸਾਡੇ ਨੇੜੇ ਰਹਿੰਦੀ ਹੈ ਰੀਮਾ ਖਾਨ ਹਾਂ ਰੀਮਾ ਜੀ ਹਾਂਜੀ ਤੇ ਸਾਡੇ ਉਹ ਨੇਬਰ ਜੀ ਨੇ ਆਲਮੋਸਟ ਕਹਿ ਲਓ ਮਾਧੁਰੀ ਦੀਕਸ਼ਿਤ ਜੀ ਬਹੁਤ ਅੱਛੇ ਸਨ ਕੀ ਬਾਤ ਜੀ ਉਹ ਕਮਾਲ ਆ ਬਹੁਤ ਬਹੁਤ ਹਾਲੇ ਵੀ ਫੇਵਰੇਟ ਹੈ ਮਾਧੁਰੀ ਦੀਕਸ਼ਿਤ ਔਰ 뮤직 ਚ ਵੀ ਕੀ ਰੂਹ ਆ ਰਹੀ ਉਹਨਾਂ ਦੀ ਬਹੁਤ ਅੱਛੇ ਯਾਰ ਜੀ ਵੀ ਚਾਵਲਾ ਇਹ ਫਿਰ ਉਹ ਪਤਾ ਨਹੀਂ ਅੱਜ ਕੱਲ ਉਹ ਕਿੱਥੇ ਗਏ ਨੇ ਕਿ ਨਾ ਉਹਨਾਂ ਦਾ ਉਹ ਜਿਹੜੇ ਕਸ਼ਮੀਰ ਦੇ ਸਨ ਇਹਨਾਂ ਨੇ ਪ੍ਰੀਟੀਜ਼ਿੰਟਾ ਨਹੀਂ ਪ੍ਰੀਟੀਜ਼ਿੰਟਾ ਯੈਸ ਯਾਰ ਓਕੇ ਪ੍ਰੀਟੀਜ਼ਿੰਟਾ ਸੀਗੀ ਫਿਰ ਉਹ ਸੀਗੀ ਸ਼ਿਲਪਾ ਸ਼ੈਟੀ ਹਾਂਜੀ ਹਾਂਜੀ ਸਭ ਹੀ ਅੱਛੇ ਜੀ ਹਾਂ ਤਕਰੀਬਨ ਇਹਨਾਂ ਨੇ ਸਭ ਨੇ ਆਪਣਾ ਆਪਣਾ ਦੌਰ ਆਪਣਾ ਕੰਮ ਬਹੁਤ ਅੱਛਾ ਕੀਤਾ ਹੈ ਸੋਚਣਾ ਕੀ ਸੁਣਾਵਾ ਕਿਸੇ ਨੇ ਲਿਖਿਆ ਲੱਗ ਜਾ ਗਲੇ ਹਾਂ ਬਿਲਕੁਲ ਇਹ ਕੁੜੀਆਂ ਲਈ ਸਾਰਿਆਂ ਲਈ ਨੋਮਾਨ ਜ਼ਫਰ ਜੀ ਤੁਹਾਡੀ ਫਰਮਾਇਸ਼ ਵਿਜੇ ਚਾਚਾ ਥੈਂਕ ਯੂ ਜਰਮਨੀ ਤੋਂ ਵਾਚ ਕਰ ਰਹੇ ਨੇ ਇਜਾਜ਼ ਹੁਸੈਨ ਇੱਕ ਵਾਰ ਚਲੇ ਆਓ ਆਵਾਜ਼ ਆ ਰਹੀ ਬਿਲਕੁਲ ਬਿਲਕੁਲ ਲੱਗ ਜਾ ਗਲੇ ਕੇ ਫੇਰ ਹਸੀ ਰਾਤ ਹੋ ਨਾ ਹੋ
शायद फिर से जना मुलाकात हो लग जागने के फिर हसी रात हो शायद फिर से जना मुलाकात हो लग जागने हमको मिली आज ये घड़िया नसीब से जी भर के देख हमको करीब से फिर आपके नसीब में ये बात हो शायद फिर से जन्म मुलाकात हो लग जागने पास आए के आएंगे बार बार पास आए के आएंगे बार बार बाहें गले में डाल के हम रोले जार जार आँखों से ये प्यार की बरसात शायद तेरे से जलो मुलाकात हो लग जागने लग जागने के हसीना ओ हसीना लग जागने क्या बात है वाह जी वाह तो सर मैं हुण एक पंजाबी भी सुनना तेरे तो एक नहीं दो तीन सुनेंगे एक तो तुसी मेनू साउंड टेस्ट सुना रहे सी बडाली ब्रदर दा सी आई थिंक चरखा गली च डाव अच्छा द द र द र मैं भूल गया कला केड़ा सी माही वे तेरे वेखण ली यस अच्छा माही वे तेरे वेखड़ ले एक्चुअली ओरिजिनल ही है तो फैल नियाजी साहब दा वाह 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 पाकिस्तान दे बहुत अच्छे जी जी असली में सुनया मैं बहुत सुनया उन्होंने ये ओरिजिनली उन्होंने दा है फिर बहुत सारे लोगों ने इन गाया भी बडाली साहब ने भी बहुत सारे और लोगों ने हुन उन्होंने बेटे के गा रहे ने जावेद बाबर नियाजी माही वे तेरे वेखड़े ले चुक चरखा गली चढ़ाया मैं लोका बाणे बड़कत दे तंद तेरिया यादा दे पावा माया तेरे
कर ले झुक चरका गले बिचरा बाबुल दिल लगेदा साड़े से हिजरी अगेदा बाबुली दिल नयो लगदा काले से हिजर दी अगदा नियाज तेरा दिल करदा नियाज मेरा दिल करदा कर छड़ के मलंग बन माया करे वे करे ले वे माया तेरे वे कर ले चुप चरखा गले चेरा क्या बात है जबरदस्त। मैं एक्चुअली तुहानू मैं जान के कहा कि मैं तुहाडी वर्सटैलिटी वेख सका कि जिहड़ा जिहड़ा बंदा ट्रेनड है ना जिहड़ा बंदा ट्रेनड सिंगर है दे कैन सिंग एनीथिंग दे कैन सिंग फोक दे कैन सिंग लाइट म्यूजिक दे कैन सिंग ठुमरीज बस हुण इक्को चीज रह गई है कुछ ख्याल श्याल भी हो जाए ख्याल भी हो जाए हाँ जरूर हो जाए बिल्कुल हो जो इस वक्त दिल कर रहा मैं चाह रही कि सिर्फ ख्याल ही रह गया मेरे ख्याल जो नहीं गाया सुन लिता जाए थोड़े तो जरूर कुछ है जेंच बिल्कुल बिल्कुल है कि जो दिल कर रहे अच्छा अच्छा सुनाना मैं तने सुनो जी ऑडियंस ने दस दिए कि साडे शो कदी भी जड़े ने वो प्लान नहीं हैगे स्पॉन्टेनियस जिवें आर्टिस्ट और जिवें दिल करदा हुंदे चलदे एक बंदिश है जी आदर्श खान साहब जी साडे बुजुर्ग भी बहुत गांदे सन एमन राग दी किनारे 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 दरिया कश्ती मांगोगे किनारे 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 दरिया कश्ती मांगोगे किनारे 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 दरिया किनारे दरिया किनारे
किनारे किनारे किनारे किनारे धरिया कैसे बागोरे मौजाए बरे फूल पत में मौजाए 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 बरे उले पत में किधर किनारे 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 दरिया किनारे 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 कैसे बागोरे किनारे मंगल धीरे धीरे घरे घरे मंगल घरे रे धारी रे धारी धारी रे घरे मंगल घरे घर मल मनी नी दबाव मंगल रे गाबा धारी धारी नी दबाव मंगल घरे धीरे सा धीरे घरे मंगल घर मदा भमगा सनी रे सनी दा भमगा गरे 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 धनी रे धनी धीरे धीरे देखा गावा मदा धनी नी धनी दा भमगा रे साके नारे ए नारे धरी जाए कैसे बादो रे के नारे के नारे के नारे के नारे धरी जाए। अच्छा एक एंड तो मैं तंजना ना ओ लाल मेरी पत रखियो भला झूले लाल ओ लाल मेरी पत रखियो भला झूले लाल सिंदड़ी ता सेवन दास के शाबाज कलम दमा दम मस्त कलंदर अली दम दम दे अंदर सखी शाबाज कलंदर दमा दम मस्त कलंदर अली दम दम दे अंदर ओ लाल मेरी ओ लाल मेरी तेरा वे तेरा पे सब दवली है तेरा वे तेरा पे सब दवली है लकब सदुल्ला नाम अली है नाम अली मेरे बाग जगा झूले लाल ओ नाम अली मेरे बाग जगा झूले लाल सिंदड़ी था सेवन दास के शाबाज कलंदर ओ दमा दम मस्त कलंदर अली दम दम बे अंदर सखी शाबाज कलंदर अली दा पहला नाम ओ लाल मेरी ओ लाल मेरी अली 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 आ दमा दम मस्त कलंदर अली दम दम दे अंदर अली दा पहला नंबर अली दा पहला नंबर ओ लाल मेरी यो ओ लाल मेरी क्या बात है। वाह जी वाह।
लो जी बहुत मजा आया। वाकई अली दा पहला नाम, पहला नाम है बेशक। ते उससे ते एक एक कमेंट में जरूर पढ़ूंगा जी। नुमान जफर जी लिखते हैं, योर शो इज द बेस्ट शो नॉट ओनली इन यूएस बट ऑल ओवर द वर्ल्ड। थैंक यू। यू ऑलवेज ब्रिंग टॉप नॉच आर्टिस्ट, दैट्स व्हाई वी लव यू। थैंक यू, वी लव यू टू। एजाज हुसैन, इस वक्त जेदा सऊदी से सब काम छोड़कर सुन रहे हैं, माशाल्लाह। थैंक यू। मोन वैभव लिख रही है, मोनी जी कुलदीप जी माई टीवी दिल से शुक्रिया आज के लिए। सो सर तुसी सानू तानू बहुत प्यार कर रहे ने लोग, असी थोड़े बड़े गुलाम अली खान सानू देख नहीं पाए, लेकिन अज तुसी समहा अपने संगीत रंग नाल पूरी दुनिया दे रूबरू कराता उन्होंने फिर और बहुत खुशकिस्मत असी समझने के सानू ऐसा मौका मिलता है, सानू चांस मिलता है कि असीं तुहाडे नाल गलबात कर सकीए। सुनन सुनती तो सारी दुनिया, लेकिन सानू गल करन दा मौका मिलता है साडे लई यही बहुत वड्डी गल है जी। और मैं ये जरूर कहांगी कि असीं ये कोरोना वायरस हले भी है, और मैं ये दस दिया कि इस वक्त हले तो इन्हों का 10% होएगा, क्योंकि रियल क्वालिटी जी वॉइस की माइक्रोफोन चाहती है। वो हले ये हैडफोन के नाल गल कर रहे हैं, इमेजिन कि आ आवाज इदा दी सुनाई दे रही है, कि इमेजिन के जो गुड क्वालिटी माइक्रोफोन सामने होए, तबला होए, बाजा होए, पूरा साज होए, ते क्या सोने पे सुहागा होएगा। श्योर, एक कमेंट जरूर पढ़ेंगे। नुमान सफर जी लिख रहे हैं, हाउ कैन वी रीच नकवी खान साहब फॉर ऑनलाइन क्लासेस टू लर्न म्यूजिक, इफ ही कैन शेयर हिज ईमेल एड्रेस सो वी कैन कांटेक्ट हिम प्लीज। हाउ दे कैन रीच यू? दे कैन राइट टू मी एट musiclover07@hotmail.com। ਤੇ ਜ਼ਰੂਰ। ਔਰ ਅਗਰ ਤੁਸੀਂ ਸੋਸ਼ਲ ਮੀਡੀਆ ਤੇ ਹੈਗੇ ਹੋ ਤਾਂ ਇਹਨਾਂ ਕੋਲ 4-5 ਅਕਾਊਂਟ ਹੈ, ਇਹਨਾਂ ਨੇ ਮੋਨੀ ਗਿੱਲ ਨੂੰ ਵੀ ਮਾਤ ਕੀਤਾ ਫੇਸਬੁੱਕ ਤੇ। ਸਾਰੇ ਇਟਸ ਵਰਕਿੰਗ ਆਲ ਓਵਰ। ਤੇ ਇਹਨਾਂ ਦੇ ਬੜੇ ਸਾਰੇ ਅਕਾਊਂਟ ਨੇ, ਉਹਨਾਂ ਦੇ ਵੀ ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ। ਅਗਰ ਤੁਸੀਂ ਨਹੀਂ ਲੱਭ ਪਾ ਰਹੇ ਦੈਨ ਡੂ ਕੰਟੈਕਟ ਅਸ, ਆਈ ਵਿਲ ਮੇਕ ਸ਼ੋਰ ਕਿ ਤੁਸੀਂ ਇਹਨਾਂ ਨੂੰ ਰੀਚ ਕਰ ਸਕੋ, ਇਹਨਾਂ ਨੂੰ ਅਸੀਂ ਸੁੱਤੇ ਵੀ ਜਗਾ ਲਾਂਗੇ ਉਦੋਂ। ਲੋਕਾਂ ਨੂੰ ਜ਼ਰੂਰ ਸ਼ੇਅਰ ਕਰਨਾ ਚਾਹੂੰਗਾ ਕਿ ਐਡੇ ਵੱਡੇ ਖਾਨਦਾਨ, ਲੈਜੈਂਡ ਸਿੰਗਰਸ ਸਾਡੇ ਸਾਹਮਣੇ ਨੇ, ਤੇ ਜੇ ਇਹਨਾਂ ਤੋਂ ਕੁਝ ਸਿੱਖ ਸਕੋ ਔਰ ਬੜੇ ਖੁਸ਼ਕਿਸਮਤ ਹੋਊਗੇ ਜੇ ਇਹ ਫਿਊਚਰ 'ਚ ਚੱਲ ਕੇ ਤੁਹਾਨੂੰ ਗੰਢਾ ਬੰਧਨ ਸ਼ਗਿਰਦ ਬਣਾਉਣਗੇ, ਕਿਉਂਕਿ ਇਸ ਪੀੜ੍ਹੀ ਇਸ ਖਾਨਦਾਨ ਦੇ ਸ਼ਗਿਰਦ ਹੋਣਾ ਇਹਨਾਂ ਤੋਂ ਸਿੱਖਣਾ ਬਹੁਤ ਵੱਡੀ ਗੱਲ ਹੈ ਸਰ। ਬਿਲਕੁਲ ਬਿਲਕੁਲ, ਥੈਂਕ ਯੂ। ਔਰ ਅਸੀਂ ਚਾਹਾਂਗੇ ਕਿ ਤੁਸੀਂ ਬਹੁਤ ਜਲਦ ਅਮਰੀਕਾ ਵੀ ਆਓ ਸਰ, ਜਦੋਂ ਵੀ ਆਓ, ਇਹ ਤੁਹਾਡਾ ਆਪਣਾ ਘਰ ਹੈ। ਔਰ ਸੋਚਣਾ ਵਾਸ਼ਿੰਗਟਨ ਡੀਸੀ 'ਚ ਆਪਣਾ ਘਰ ਹੈ, ਪਤਾ ਤੁਹਾਡੇ ਇੱਥੇ ਰਿਲੇਟਿਵਸ ਹੈਗੇ ਨੇ ਕੈਨੇਡਾ, ਸੌਰੀ ਨਿਊਯਾਰਕ 'ਚ, ਤੇ ਇੱਥੇ ਵੀ ਜ਼ਰੂਰ ਹੋ ਕੇ ਜਾਣਾ। ਔਰ ਕੋਸ਼ਿਸ਼ ਕਰਾਂਗੇ ਕਿ ਅਸੀਂ ਲਾਈਵ ਕੌਨਸਰਟਸ ਕਰੀਏ, ਔਰ ਜਿਹੜੀ ਸਾਡੀ ਆਡੀਅੰਸ ਹੈ ਉਹਨਾਂ ਨੂੰ ਵੀ ਕਹਾਂਗੇ ਕਿ ਜਿਹੜੀ ਲਾਈਵ ਕਲਾਸੀਕਲ ਮਿਊਜ਼ਿਕ ਦੀ ਅਗਰ ਕੋਈ ਕੌਨਸਰਟ ਹੁੰਦੀ ਹੈ ਤਾਂ ਜ਼ਰੂਰ ਜਾਓ, ਕਿਉਂਕਿ ਉਹਨਾਂ ਦੀ ਉਹਨਾਂ ਤੋਂ ਹੀ ਸਾਨੂੰ ਅੱਗੋਂ ਸਾਡੀ ਧਰੋਹਰ ਹੈ ਜਿਹੜੀ ਮਿਊਜ਼ਿਕ ਸੰਭਾਲ ਕੇ ਉਹਨਾਂ ਨੇ ਰੱਖਿਆ, ਅਤੇ ਉਹਨਾਂ ਨੂੰ ਜ਼ਰੂਰ ਹੱਲਾਸ਼ੇਰੀ ਦਿਆ ਕਰੋ, ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਵੀ ਪਤਾ ਚੱਲੇ ਕਿ ਮੌਸੀਕੀ ਕੀ ਹੈ, ਸੰਗੀਤ ਕੀ ਹੈ, ਅਸਲੀ ਰੀਅਲ ਮਿਊਜ਼ਿਕ ਕੀ ਹੈ। ਸੋ ਵੰਸ ਅਗੇਨ ਨੱਕੀ ਜੀ, ਬਹੁਤ ਬਹੁਤ ਥੈਂਕ ਯੂ ਤਹਿ ਦਿਲੋਂ। ਮੈਂ ਲਫ਼ਜ਼ ਘੱਟ ਨੇ, ਕਿਉਂਕਿ ਇਸ ਘਰਾਣੇ ਦੇ ਅਸੀਂ ਲਫ਼ਜ਼ ਘੱਟ ਪੈਂਦੇ ਨੇ ਇਸ ਘਰਾਣੇ ਨੂੰ ਕਹਿੰਦੇ, ਕਿਉਂਕਿ ਸਾਡਾ ਆਪਣਾ ਘਰਾਣਾ, ਅਸੀਂ ਇਸ ਘਰਾਣੇ ਦੇ ਗੁਲਾਮ ਹਾਂ। ਸਰ ਮੈਂ ਇੱਕ ਚੀਜ਼ ਤੁਹਾਨੂੰ ਕਹਾਂਗਾ, ਤੁਹਾਡੀ ਜਿਹੜੀ ਅੱਛੀ ਗੱਲ ਹੈ ਕਿ ਪੂਰੇ ਸ਼ੋਅ 'ਚ ਤੁਸੀਂ ਇੰਝ ਹੀ ਮੁਸਕਰਾ ਰਹੇ ਹੋ, ਤੁਹਾਡੀ ਸਮਾਈਲ, ਔਰ ਕੋਲਗੇਟ ਦੀ ਆਦਤ ਨਹੀਂ ਕਰ ਰਹੇ ਨਾ, ਬਸ ਫਿਰ ਮੈਨੂੰ ਇੱਥੇ ਮਧੂ ਕੀਤਾ ਆਪਣੇ ਪ੍ਰੋਗਰਾਮ ਵਿੱਚ, ਔਰ ਇੱਕ ਮੌਕਾ ਦਿੱਤਾ ਤੁਹਾਡੇ ਸਾਰੇ ਦਰਸ਼ਕਾਂ ਨਾਲ ਮੈਂ ਗੱਲਬਾਤ ਕਰ ਸਕਾਂ, ਗੱਲ ਕਰ ਸਕਿਆ, ਔਰ ਉਹਨਾਂ ਨੂੰ ਕੁਛ ਸੁਣਾ ਸਕਿਆ। ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਦਾ ਵਾਂਸ ਅਗੇਨ ਐਂਡ ਮਾਈ ਟੀਵੀ ਦਾ। ਥੈਂਕ ਯੂ ਸੋ ਮੱਚ ਜੀ, ਹੁਣ ਅਲਵਿਦਾ ਲੈਂਦੇ ਆ ਤੁਹਾਡੇ ਤੋਂ। ਅੱਛੀ ਬਾਤ, ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ। ਸੋ ਜੀ ਅਗਲੇ ਹੁਣ ਸਾਨੂੰ ਇਹ ਹੈ ਕਿ ਜਿਹੜੇ ਸਾਡੇ ਫਨਕਾਰ ਸਾਡੇ ਨਾਲ ਜੁੜਦੇ ਨੇ ਉਹਨਾਂ ਨੂੰ ਤੁਸੀਂ ਰਾਬਤਾ ਕਰਦੇ ਰਹੋ, ਤਾਂ ਕਿ ਉਹਨਾਂ ਨੂੰ ਵੀ ਪੁਸ਼ ਮਿਲਦਾ ਰਹੇ ਕਿ ਅਸੀਂ ਹੋਰ ਗਾਈਏ, ਹੋਰ ਕੁਛ ਕਰੀਏ। ਜਿੰਨੇ ਵੀ ਅੱਜ ਤੱਕ ਆਰਟਿਸਟ ਆਏ ਨੇ ਸਭ ਆਪਣੀ ਆਪਣੀ ਫੀਲਡ 'ਚ ਵਰਸਟਾਈਲ ਨੇ, ਸੰਗੀਤ ਬਹੁਤ ਤਰੀਕੇ ਦਾ ਹੈ, ਕਵਾਲ ਹੈ, ਮਿਊਜ਼ੀਸ਼ੀਅਨਸ ਨੇ, ਆਰਟਿਸਟ ਨੇ, ਤਬਲਾ ਪਲੇਅਰ ਤੋਂ ਯਾਦ ਆਇਆ, ਸੰਡੇ ਨੂੰ ਜਿਹੜੇ ਆਰਟਿਸਟ ਆ ਰਹੇ ਨੇ
ਤਬਾਹੀ ਦੇ ਆ ਰਹੀ ਹੈ ਮਾਹਿਰ ਨੇ ਜੀ। ਮੈਂ ਕਹਾਂਗੀ ਕਿ ਮੈਂ ਬਚਪਨ ਤੋਂ ਜਦੋਂ ਹੋਸ਼ ਸੰਭਾਲੀ ਹੈ, ਕਿਉਂਕਿ ਮਿਊਜ਼ਿਕ ਤਾਂ ਸੁਣਦੇ ਸੁਣਦੇ ਰਹੇ ਹਾਂ, ਔਰ ਮਿਊਜ਼ਿਕ ਦੇ ਨਾਲ ਮਿਊਜ਼ਿਕ ਮਤਲਬ ਗਾਇਕੀ ਤਾਂ ਸੁਣਦੇ ਰਹੇ ਹਾਂ, ਲੇਕਿਨ ਜਦੋਂ ਤਬਲੇ ਦੀ ਜਦੋਂ ਗੱਲ ਆਉਂਦੀ ਸੀ ਤੇ ਤਬਲੇ ਦੀ ਗੱਲ ਜਾਂ ਜ਼ਾਕਿਰ ਭਾਈ, ਇਸ ਹਿੰਦੁਸਤਾਨ ਵਾਲੇ ਪਾਸੋਂ ਜ਼ਾਕਿਰ ਭਾਈ ਆਉਂਦਾ ਸੀ ਤੇ ਪਾਕਿਸਤਾਨ ਵਾਲੇ ਪਾਸੋਂ ਉਸਤਾਦ ਤਾਰਿਕ ਖਾਨ ਜਾਂ ਉਸਤਾਦ ਤਾਫੂ ਜੀ, ਤੇ ਤਾਫੂ ਜੀ ਦਾ ਨਾਮ ਇੰਨਾ ਕੁ ਵੱਡਾ ਹੈ ਕਿ ਉਹਨਾਂ ਦੇ ਵਿੱਚ ਇੱਕ ਅਲੱਗ ਕਿਸਮ ਦੀ ਕਲਾਕਾਰੀ ਹੈ ਜਿਹੜੀ ਕਿ ਅੱਗੋਂ ਉਹਨਾਂ ਦੀ ਔਲਾਦ ਵਿੱਚ ਵੀ ਆਈ ਹੈ। ਸੋ ਉਹਨਾਂ ਦੇ ਵਿੱਚ ਜਿਹੜੀ ਰੂਹਦਾਰੀ ਹੈ ਨਾ, ਉਹ ਰੂਹਦਾਰੀ ਲੈ ਕੇ ਆ ਰਹੇ ਹਾਂ ਜੀ ਅਗਲੇ ਦਿਸ ਕਮਿੰਗ ਸੰਡੇ। ਵਾਜਿਦ ਉਸਤਾਦ ਵਾਜਿਦ ਉਸਤਾਦ ਵਾਜਿਦ ਦੇ ਲਈ ਖਾਨ ਤਾਫੂ ਗਾਣਾ ਤੇ ਗਾਇਆ ਜਾਂਦਾ, ਲੇਕਿਨ ਤਬਲਾ ਗਾਣੇ ਨਾਲ ਕਿਵੇਂ ਤਬਲਾ ਗਾਣਾ ਗਾਉਂਦਾ ਇਹ ਉਸ ਦਾ ਗਾਣਾ। ਹੱਥ ਉਹਨਾਂ ਦੇ ਹਵਾ ਦੇ ਵਿੱਚ ਐਨ ਜੁੜਦੇ ਨੇ ਕਿ ਤੁਸੀਂ ਉਹਨਾਂ ਦੇ ਫਿੰਗਰਸ ਵੀ ਦੇਖ ਨਹੀਂ ਸਕਦੇ। ਕਿ ਅਗਰ ਅਸੀਂ ਟਰੂਲੀ ਮਿਊਜ਼ਿਕ ਲਵਰ ਹੋ ਤੇ ਮੇਕ ਸ਼ੋਰ ਕਰਨਾ ਕਿ ਉਹਨਾਂ ਦਾ ਇਹ ਸ਼ੋਅ ਜਿਹੜਾ ਸੰਡੇ ਨੂੰ ਆ ਰਿਹਾ ਜ਼ਰੂਰ ਵਾਚ ਕਰਨਾ, ਕਿਉਂਕਿ ਉਹ ਮੇਰੇ ਦਿਲ ਦੇ ਬਹੁਤ 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 ਕਰੀਬੇ ਆਰਟਿਸਟ। ਵਾਂਸ ਅਗੇਨ ਅਸੀਂ ਨੱਕੀ ਅਲੀ ਖਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ, ਬਹੁਤ ਬਹੁਤ ਸ਼ੁਕਰੀਆ ਪੂਰੇ ਖਾਨਦਾਨ ਦਾ, ਪੰਜਾਬ ਘਰਾਣੇ ਜਿਸ ਥੈਂਕਸ ਵਰਡ ਬਹੁਤ ਛੋਟਾ ਜੀ ਉਹਨਾਂ ਵਾਸਤੇ, ਬਹੁਤ ਛੋਟਾ। ਆ ਸਭ ਤੋਂ ਮੋਸਟ ਇੰਪੋਰਟੈਂਟ ਜਿਹੜੀ ਆਡੀਅੰਸ ਸਾਡੇ ਨਾਲ ਜੁੜਦੀ, ਤੁਹਾਡਾ ਬਹੁਤ ਥੈਂਕ ਯੂ। ਜਸੋ ਅਸੀਂ ਤੁਹਾਡੇ ਕਮੈਂਟਸ ਰੀਡ ਕਰਨੇ, ਸਾਨੂੰ ਇਹ ਲੱਗਦਾ ਕਿ ਇਸ ਜਰਨੀ 'ਚ ਤੁਸੀਂ ਸਾਡੇ ਨਾਲ ਹੋ। ਮਾਫੀ ਚਾਹੁੰਦੇ, ਹਰ ਬੰਦੇ ਦੀ ਫਰਮਾਇਸ਼ ਕਈ ਵਾਰੀ ਅਸੀਂ ਨਹੀਂ ਪੂਰੀ ਕਰ ਸਕਦੇ, ਕਈ ਵਾਰੀ ਮਿਸਟਰ ਗਿੱਲ ਕਦਾ ਮੈਸੇਜ ਉੜਾ ਜਾਂਦੇ ਨੇ, ਨਹੀਂ ਕਈ ਵਾਰੀ ਗਾਣੇ 'ਚ ਦੇਖ ਸੁਣਦੇ ਰਹੀਦੇ ਤੇ ਪਿੱਛੋਂ ਮੈਸੇਜ ਨਿਕਲ ਜਾਂਦਾ, ਲੇਕਿਨ ਕਦੀ ਨਾ ਕਦੀ ਤੁਹਾਡਾ ਫਰਮਾਇਸ਼ ਜ਼ਰੂਰ ਪੂਰੀ ਆਏਗੀ। ਤੁਸੀਂ ਸਾਰੇ ਹੀ ਉਹਨੇ ਸਾਡੇ ਦਿਲ ਦੇ ਕਰੀਬ ਹੋ ਜਿਵੇਂ ਆਰਟਿਸਟ ਨੇ। ਸੋ ਵੀ ਆਲ ਲਵ ਯੂ ਐਂਡ ਵਾਂਸ ਅਗੇਨ ਥੈਂਕ ਯੂ ਫਰਮ ਅਸ ਸੋ ਮਚ। ਔਰ ਸੰਡੇ ਨੂੰ ਮੁਲਾਕਾਤ ਕਰਾਂਗੇ 12 ਵਜੇ ਉਸਤਾਦ ਵਾਜਿਦ ਤਾਫੂ ਨਾਲ। ਪਹਿਲਾਂ ਥੋੜੀ ਸੀ ਐਡਵਰਟਾਈਜ਼ ਹੋ ਰਿਹਾ ਹੈ ਕਿਉਂਕਿ ਹਨੀ ਕੋ ਮਨੀ ਵੀ ਚਾਹੀਏ। ਚਲੋ ਜੀ ਐਡਵਰਟਾਈਜ਼ ਕਰਦੇ ਹਾਂ, ਔਰ ਜੇਕਰ ਤੁਸੀਂ ਐਡਵਰਟਾਈਜ਼ ਕਰਨਾ ਚਾਹੋ ਆਪਣਾ ਬਿਜ਼ਨਸ ਤੇ ਜ਼ਰੂਰ ਸਾਨੂੰ ਕੰਟੈਕਟ ਕਰ ਸਕਦੇ ਹੋ, ਔਰ ਗਾਣਾ ਪ੍ਰਮੋਟ ਕਰਨਾ ਹੋਵੇ ਉਹ ਵੀ ਕਰ ਸਕਦੇ ਹੋ। ਜੇ ਫਿਊਚਰ ਦੇਖਣਾ ਚਾਹੋ ਤੇ ਹੁਣ ਜਿਹੜੀ ਐਡ ਆ ਰਹੀ ਹੈ ਉਹਨਾਂ ਨੂੰ ਕਾਲ ਕਰਕੇ ਉਹਨਾਂ ਨਾਲ ਗੱਲਬਾਤ ਕਰ ਜੀ ਬਿਲਕੁਲ। ਔਰ ਮੈਂ ਜਾਂਦੇ ਜਾਂਦੇ ਹੋਰ ਕਹਾਂ ਕਿ ਤੁਸੀਂ ਡੈਫੀਨੇਟਲੀ ਪਲੀਜ਼ ਸਬਸਕ੍ਰਾਈਬ ਕਰੋ ਚੈਨਲ, ਫੇਸਬੁੱਕ ਦਾ ਪੇਜ ਵੀ ਤੇ ਯੂਟਿਊਬ ਦਾ ਵੀ ਪੇਜ, ਤਾਂ ਕਿ ਤੁਸੀਂ ਨੈਕਸਟ ਜਿਹੜੀ ਸਾਡਾ ਆਰਟਿਸਟ ਆਵੇ ਤੁਸੀਂ ਉਹ ਤੋਂ ਵੰਚਿਤ ਨਾ ਰਹਿ ਜਾਓ ਤੇ ਤੁਹਾਨੂੰ ਨੋਟੀਫਿਕੇਸ਼ਨ ਆਏਗੀ। ਸੋ ਮੇਕ ਸ਼ੋਰ ਟੂ ਸਬਸਕ੍ਰਾਈਬ ਦੀ ਫੇਸਬੁੱਕ ਪੇਜ ਐਂਡ ਡੂ ਸ਼ੇਅਰ ਦੀ ਵੀਡੀਓਜ਼, ਤਾਂ ਕਿ ਜਿਹੜੇ ਇਹ ਆਰਟਿਸਟ ਤੁਹਾਨੂੰ ਫ੍ਰੀ ਦੇ ਵਿੱਚ ਇੰਟਰਟੇਨ ਕਰ ਰਹੇ ਨੇ ਕੋਵਿਡ ਦੇ ਟਾਈਮ ਦੇ ਵਿੱਚ ਵੀ, ਤੇ ਉਹ ਉਹਨਾਂ ਨੂੰ ਵੀ ਲੱਗੇ ਕਿ ਸਾਨੂੰ ਅੱਗੋਂ ਪ੍ਰੋਤਸਾਹਨ ਮਿਲੇ। ਹਾਲਾਂਕਿ ਇਸ ਟਾਈਮ ਆਰਟਿਸਟ ਇੱਕ ਐਸਾ ਮਿਊਜ਼ਿਕ ਬਿਜ਼ਨਸ ਜਿਹੜਾ ਦੇ ਆਰ ਨਾਟ ਮੇਕਿੰਗ ਮਨੀ ਐਂਡ ਦੇ ਆਰ ਦ ਵਨ ਐਂਟਰਟੇਨਿੰਗ ਅਸ, ਦੇ ਆਰ ਐਂਟਰਟੇਨਿੰਗ। ਸੋ ਆਪਾਂ ਜੇ ਉਹਨਾਂ ਨੂੰ ਫਾਈਨੈਂਸ਼ਲੀ ਜਾਂ ਦੂਸਰੀ ਸਪੋਰਟ ਨਹੀਂ ਦੇ ਸਕਦੇ, ਐਟਲੀਸਟ ਆਡੀਅੰਸ ਬਣ ਕੇ ਉਹਨਾਂ ਦੇ ਨਾਲ ਸ਼ੋਅ 'ਚ ਸ਼ਾਮਿਲ ਹੋ ਕੇ ਉਹਨਾਂ ਦੇ ਕਮੈਂਟਸ ਲਿਖ ਕੇ ਅਸੀਂ ਵਾਹ ਵਾਹ ਜਾਂ ਦਾਤ ਹੀ ਦੇ ਦਈਏ, ਤੇ ਆਰਟਿਸਟ ਕਈ ਵਾਰੀ ਦਾਤ ਤੇ ਹੀ ਖੁਸ਼ ਹੁੰਦਾ, ਖੁਸ਼ ਹੁੰਦਾ ਉਹਦੀ ਉਹੀ ਰੂਹ ਹੈ, ਉਹੀ ਉਹਦੀ ਇਨਕਮ ਹੈ, ਯੂ ਨੋ। ਸੋ ਲੋ ਜੀ, ਮੋਨੀ ਗਿੱਲ ਵੱਲੋਂ ਸਤਿ ਸ਼੍ਰੀ ਅਕਾਲ, ਰੱਬ ਰੱਖਾ, ਤੇ ਹੁਣ ਐਡਵਰਟਾਈਜ਼ਿੰਗ ਦਾ ਟਾਈਮ ਆ ਗਿਆ। ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਅਗਲੇ ਹਫ਼ਤੇ। Hi, my name is Kuldeep Gill. I'm broker of Sky Realty. The reason we are so successful, because client trust us. I've been doing this my whole life. My team is my wife, my office manager, and my agents. We look forward to earn your business, and we do speak your language. Thank you. Ramji Astrologer, everything begins with faith. We walk by faith, not by sight. Ramji is in the USA. Virginia offers reliable and practical astrology solutions to all of life's problems. Confidentiality promise. Phone number is 571-551-8142. Email is ramjiastrologer@yahoo.com.